ਜੇ ਜਲਣ ਦੇ ਰੌਲੇ ਨੂੰ ਜਰਾ ਠੱਲਣ ਦੇ ਸੁਣੋ ਸਰੋ ਤਿਓ ਧਿਆਨ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੋ ਜਹਾਨ ਦੇ ਵਾਲੀ ਦੇ ਚਰਨਾਂ 'ਚ ਸਜੀ ਹੋਈ ਸ਼ਹਿਨਸ਼ਾਹ ਦੁਨੀਆਂ ਦੇ ਮਾਲਕ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਆਵੋ ਮਾਲਕ ਦੇ ਦਰ ਆਪਣੀ ਅਤੇ ਸਾਡੀ ਹਾਜ਼ਰੀ ਪ੍ਰਵਾਨ ਕਰਵਾਓ। ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਕੌਮ ਨੂੰ ਦਿੱਤਾ ਹੋਇਆ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਤਾ ਪਰਤੀ ਵਾਂਗ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਕਲਯੁਗ ਦੇ ਬਾਨੀ ਸ਼ਹਿਨਸ਼ਾਹ ਉਹਨਾਂ ਦੇ ਦਸ ਰੂਪ ਅਰਥਾਤ ਦਸਵੇਂ ਪਾਤਸ਼ਾਹ ਤਾਈਂ ਉਹਨਾਂ ਦੇ ਚਰਨਾਂ 'ਚ ਪਹਿਲਾਂ ਪ੍ਰਾਰਥਨਾ ਕਰ ਲਈਏ। ਆਓ ਤਵੱਜੋ ਨਾਲ ਸਰਵਣ ਕਰੋ। ਦਸ ਅਵਤਾਰਾਂ ਦੀ ਕਰੂੰ ਸਿਫਤ ਲਗਾ ਕਰ ਰੀਜ, ਵਿਦਿਆ ਹੋ ਗਏ ਜਗਤ ਚੋਂ ਬੀਜ ਧਰਮ ਦਾ ਬੀਜ। ਮਹਿਮਾ ਬਾਬੇ ਨਾਨਕ ਦੀ ਯਾਦ ਗੁਰ ਥਰੜ ਪੰਥ ਦੇ ਵਾਲੀ, ਦੋਵੇਂ ਨੈਣ ਰਸੀਲੇ ਜੀ ਮੂੰਹੋਂ ਫੁੱਲ ਕਿਰਦੇ ਮੱਥੇ ਤੇ ਲਾਲੀ। ਇੱਕ ਰੱਬ ਨੂੰ ਜਪਦੇ ਸੀ ਗੁਰਾਂ ਨੇ ਕਮਰ ਕੁਫਰ ਦੀ ਤੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਬਈ ਗੁਰੂ ਅੰਗਦ ਦੂਸਰੇ ਦੀ ਬੜਾ ਦਿਲ ਨਰਮ ਸੱਚੇ ਦੇ ਤਾਰੇ, ਪੜੇ ਜਾਣ ਸੁਖਾਲੇ ਜੀ ਗੁਰਮਖਾਂ ਗੁਰਮਖੀ ਅੱਖਰ ਉਚਾਰੇ। ਲਿਖ ਕਲਮਾ ਤਰੀਫਾਂ ਕੀ ਅਨਕ ਪਾਠ ਬੋੜੀ ਕਾਗਜ਼ੀ ਥੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਗੁਰੂ ਅਮਰਦਾਸ ਜੀ ਨੇ ਦੂਈ ਕਰ ਦੂਰ ਮਕਾਤੀ ਰੌਲੀ, ਹੱਥੋ ਧਰਮੀ ਪੁਰਸ਼ ਦਿਓ ਗਈ ਬਣ ਗੋਇੰਦਵਾਲ ਦੀ ਬੋਲੀ। ਕਰਿਆ ਸ਼ੁਰੂ ਆਨੰਦਾਂ ਨੂੰ ਵੇਦ ਦੀ ਰੀਤ ਪੁਰਾਣੀ ਛੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਉਸ ਬਸਰ ਦੀ ਛੱਪੜੀ ਤੇ ਆਣ ਗੁਰ ਰਾਮਦਾਸ ਜੀ ਟਿਕਲੇ, ਤਲ ਸ਼ਕਤੀ ਵਾਲਾ ਸੀ ਕਾਲੇ ਤਾਂ ਵੜ ਕੇ ਬਗੇ ਹੋ ਨਿਕਲੇ। ਜਲ ਠਾਠਾ ਮਾਰਦਾ ਜੀ ਸਿਉਣੇ ਦਾ ਮੰਦਰ ਕੁੱਟੀ ਹੇਠ ਰੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਦੇਖ ਲਾਟਾਂ ਨਿਕਲਦੀਆਂ ਦੂਰ ਤੋਂ ਸੇਠ ਲਾਹੌਰੀ ਲਰ ਜਾਣਾ, ਬੈਠ ਤੱਤੀਆਂ ਤਵੀਆਂ ਤੇ ਸਾਰਾ ਦਿਨ ਮਾਲਾ ਫੇਰੀ ਗੁਰ ਅਰ ਜਾਣਾ। ਨੇੜੇ ਸ਼ਾਹੀ ਮਸਜਦ ਦੇ ਮੱਚੀ ਗਈ ਸ਼ਾਮ ਤੀਕਰਾਂ ਲੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਕਹਿੰਦੀ ਛੱਡ ਲੈ ਗਵਾਲੀਅਰ ਦੇ ਜਹਾਂਗੀਰ ਛੱਟਵੇਂ ਗੁਰਾਂ ਦੇ ਪਖਸੇ, ਫਿਰ ਮਾਤਾ ਸੁਲੱਖਣੀ ਨੂੰ ਪੁੱਤਰ ਸਤ ਮਿਹਰਬਾਨ ਹੋ ਬਖਸ਼ੇ। ਸਾਦਾ ਬਣ ਗਿਆ ਏਕ ਦਾ ਸਰਕ ਗਿਆ ਹੱਥ ਤਿਬਕ ਗਈ ਕੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਓ ਗੁਰੂ ਸਤਵੇਂ ਪੋਲੇ ਦੀ ਮੁੰਡਿਆਂ ਦੀ ਟੰਡਲੀ ਮਹਾਰਾਜੋਂ ਆਜੇ, ਭੁੱਖ ਢਿੱਡ ਨੂੰ ਵਜਾਉਂਦੇ ਸੀ ਪੱਖੀ ਵਸ ਜੱਟ ਸੀ ਬਣਾ ਤੇ ਰਾਜੇ। ਇਹਨਾਂ ਸਿੱਧੂਆਂ ਬਰਾੜਾਂ ਦੀ ਮਾਨ ਤੇ ਪੁੱਲਰਾਂ ਵਕਾਤੀ ਗੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਹਰ ਕ੍ਰਿਸ਼ਨ ਗੁਰੂ ਨੇ ਜੀ ਛਟੀ ਰੱਖ ਸਿਰ ਤੇ ਹਸ਼ਾਰਾ ਕੀਤਾ, ਗੁੰਗਾ ਲੜਕਾ ਮੈਰਿਆਂ ਦਾ ਚਟਾ ਪਟ ਲੱਗ ਗਿਆ ਸੁਨਾਵਣ ਗੀਤਾ। ਖੜਾ ਪੁੱਟ ਪੁੱਟ ਬੋਲੇ ਜੀ ਵਿਖਾਤੀ ਸ਼ਕਤੀ ਜ਼ਬਾਨ ਮਰੋੜੀ, ਦਸ ਸੱਚਿਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ। ਗੱਲਾਂ ਔਰੰਗਜ਼ੇਬ ਦੀਆਂ ਬਾਦਸ਼ਾਹ ਜਗਤ ਉਲਾਮਾ ਖਟ ਲਿਆ, ਗੁਰੂ ਤੇਗ ਬਹਾਦਰ ਦਾ ਸੀਸ ਸਦ ਚੌਂਕ ਚਾਂਦਨੀ ਕੱਟ ਲਿਆ।
ਇਹਨਾਂ ਨਿਤਦਿਆਂ ਜ਼ੁਲਮਾਂ ਨੇ ਦਿੱਤੀ ਪੱਟ ਮੁਗਲ ਰਾਜ ਦੀ ਮੋੜੀ ਦਸ ਸੱਚੀਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ ਸਾਣਾ ਸਿੰਘ ਜਗ ਮੇਲਦੀਆਂ ਰਜਬ ਅਲੀ ਪਾਸ ਲੱਗਦੀਆਂ ਵਾਰਾਂ ਪਰ ਵਾਰ ਵਾਰ ਤਾਸੀ ਕਰੇ ਦਸਮੇਸ਼ ਦੇਸ਼ ਦੀਆਂ ਪਿਆਰਾਂ ਕੰਦੀ ਲਾਲ ਚਣਾ ਤੇ ਸੀ ਡੋਲ ਗਿਆ ਤਨ ਤੇ ਬ੍ਰਾਹਮਣ ਕੋੜੀ ਡੋਲ ਗਿਆ ਤਨ ਤੇ ਬ੍ਰਾਹਮਣ ਕੋੜੀ ਦਸ ਸੱਚੀਆਂ ਸਤਿਗੁਰਾਂ ਦੀ ਸਭਾ ਵਿੱਚ ਸਿਫਤ ਸੁਣਾਵੇ ਜੋੜੀ ਮੰਗਲ ਤੋਂ ਬਾਅਦ ਜੋ ਇਤਿਹਾਸ ਦਾ ਹਿੱਸਾ ਜਿੱਥੋਂ ਆਪਾਂ ਕੱਲ੍ਹ ਛੱਡਿਆ ਉੱਥੋਂ ਸ਼ੁਰੂ ਕਰਨ ਲੱਗੇ ਹਾਂ ਤੀਸਰੇ ਸਾਥੀ ਨੂੰ ਥੋੜ੍ਹੀ ਜਿਹੀ ਤਕਲੀਫ ਹੋ ਗਈ ਇਸ ਕਰਕੇ ਹਾਜ਼ਰ ਨਹੀਂ ਹੋ ਸਕਿਆ ਤਾਂ ਮਾਫ ਕਰੋਂਗੇ ਸਤਿਕਾਰਯੋਗ ਸਤਸੰਗੀਓ ਬਹਾਦਰ ਬਿਧੀ ਚੰਦ ਨੇ ਦੁਸ਼ਮਣਾਂ ਦੇ ਅੱਖੀਂ ਕੱਟਾ ਪਾ ਕੇ ਦਿਲਬਾਗ ਘੋੜੇ ਨੂੰ ਮੋੜ ਕੇ ਜਿੱਥੋਂ ਜਿੱਥੋਂ ਦੀ ਉਹ ਘੋੜੇ ਨੂੰ ਲੈ ਕੇ ਭਾਈ ਕੀ ਡਰੋਲੀ ਪਹੁੰਚੇ ਉਹ ਤੁਸੀਂ ਕੱਲ੍ਹ ਜਿਹੜੀਆਂ ਸਿੱਖ ਸੰਗਤਾਂ ਹਾਜ਼ਰ ਸੀ ਸਰਵਨ ਕਰ ਚੁੱਕੇ ਹੋ ਦੁਸ਼ਮਣਾਂ ਦੇ ਵਿੱਚ ਦਿਨ ਚੜਿਆ ਹਲਚਲੀ ਪੈਗੀ ਜਦੋਂ ਕੋਈ ਆਦਮੀ ਗਲਤੀ ਕਰ ਬਹਿੰਦਾ ਇਸੇ ਕਰਕੇ ਹੀ ਸ਼ਰਾਬ ਨੂੰ ਵੇਦਾਂ ਕਿਤੇਬਾਂ ਸ਼ਾਸਤਰਾਂ ਨੇ ਨਿੰਦਿਆ ਸ਼ਰਾਬ ਇੱਕ ਸ਼ਰਾਰਤ ਭਰਿਆ ਪਾਣੀ ਹੈ ਇਹਦੇ ਪੀਣ ਨਾਲ ਜੀਵ ਦੇ ਮਨ 'ਚ ਸ਼ੈਤਾਨੀ ਆ ਜਾਂਦੀ ਹੈ ਸ਼ੈਤਾਨ ਦੇ ਵੱਸ ਪੈ ਜਾਂਦਾ ਸ਼ੈਤਾਨ ਦਾ ਸ਼ਿਕਾਰ ਹੋ ਜਾਂਦਾ ਤੋ ਇਸੇ ਤਰ੍ਹਾਂ ਕੱਲ੍ਹ ਸਰਵਣ ਕੀਤਾ ਸੀ ਸ਼ੋਰ ਪਾਉਂਦੇ ਵੜ ਗਏ ਸੰਦੇਹਾਂ ਅੰਦਰ ਹੀ ਅਸਰ ਵਿਖਾ ਗਈ ਸੀ ਸ਼ਰਾਬ ਚੰਦਰੀ ਆਵੇ ਨਾ ਆਵਾਜ਼ ਬੈਠਕਾਂ ਬਰਾਂਡਿਆਂ 'ਚੋਂ ਬਿਧੀ ਚੰਦ ਚੋ ਗਿਆ ਮਖਿਆਲ ਟਾਂਡਿਆਂ 'ਚੋਂ ਕਰ ਦੇਣੀ ਗਲਤੀ ਮੁਆਫ ਸੰਗਤੇ ਪਾ ਲਗਾਮ ਜੀਨ ਕੱਸ ਲਿਆ ਤਰੰਗ 'ਤੇ ਛਾਲਲਾ ਫਸੀਲ ਦੇ ਉੱਤੋਂ ਦੀ ਪਾਰ ਗਿਆ ਮਾਰ ਕੇ ਤੇ ਅੱਡੀ ਬਾਗ ਨੂੰ ਸਹਾਰ ਗਿਆ ਛਾਲਲਾ ਫਸੀਲ ਦੇ ਉੱਤੋਂ ਦੀ ਪਾਰ ਗਿਆ ਘੇਰਨੇ ਨੂੰ ਜ਼ੋਰ ਲਾ ਲਿਆ ਵਹੇਰੇ ਨੇ ਪਰ ਮੱਛ ਵਾਂਗ ਉਤਾਰੀ ਬੰਨ ਲਈ ਵਛੇਰੇ ਨੇ ਜਮਾਂ ਨਾ ਤਿਪਕਦਾ ਕਿਤੋਂ ਨਾ ਡਰਦਾ ਬੀਸਕੋ ਨਿਕਲ ਗਿਆ ਨਦੀ ਮੇ ਤਰਦਾ ਉਹਨੇ ਘਾਟ ਤੋਂ ਦੀ ਪਟੜੀ ਚੜਾ ਲਿਆ ਬਾਹਰਲੀ ਉੱਡਣੇ ਜਹਾਜ਼ ਨੇ ਅਡਾਰੀ ਮਾਰ ਲਈ ਰਾਜਾ ਜੰਗ ਲੰਘ ਗਿਆ ਕਸੂਰ ਕੋਲ ਦੀ ਪਰ ਕਾੜ ਕਾੜ ਸੁਣਦੀ ਜ਼ਮੀਨ ਬੋਲਦੀ ਚੜਿਆ ਸੁਗਾਹੀ ਸਤ ਲੁਜ ਦਰਿਆ ਵਿੱਚ ਦੀ ਦਰਿਆਈ ਘੋੜਾ ਜਾਂਦਾ ਤਰਿਆ ਨੰਗ ਅੱਡੀ ਮਾਰਦਾ ਪ੍ਰੇਮੀ ਗੁਰਦਾ ਪਈ ਰਾਕੀ ਸ਼ਹਿਰ ਟੱਪ ਗਿਆ ਆਨੰਦਪੁਰ ਦਾ ਗੱਭਰੂ ਵਛੇਰੇ ਨੂੰ ਰਤਾ ਕ ਘੂਰ ਗਿਆ ਟੱਪ ਗਿਆ ਡਰੋਲੀ ਨੰਗ ਗਿਆ ਡਰੋਲੀ ਭੁੱਲ ਕੇ ਭਲੂਰ ਗਿਆ ਉੱਥੋਂ ਸਿੱਧਾ ਡੰਡੀ ਪੈ ਸਮਾਲ ਸਰ ਗਿਆ ਸੌ ਕੋ ਵਾਟ ਰਾਤ 'ਚ ਵਛੇਰਾ ਕਰ ਗਿਆ ਫੇਰ ਸਿੱਧਾ ਤੀਰ ਗਿਆ ਕਿਤੇ ਨਾ ਅੜਕੇ ਮਾੜੀ ਪਹੁੰਚ ਜਾਂਦਾ ਦੋ ਘੜੀ ਦੇ ਤੜਕੇ ਮਾਲਵੇ 'ਚ ਮਾੜੀ ਮੁਸਤਫਾ ਇੱਕ ਬਹੁਤ ਵੱਡਾ ਪੁਰਾਣਾ ਇਤਿਹਾਸਕ ਨਗਰ ਹੈ ਇੱਕ ਸਵਾਰ ਦੀ ਵਛੇਰਾ ਸਾਰ ਠਾਰ ਗਿਆ ਪਿਆਰੋ ਭਾਈ ਰੂਪੇ ਤੀਕ ਪੈਂਦਾ ਧਮਕਾਰ ਗਿਆ ਆਫਰੀ ਜਹਾਨਾ ਇਹੋ ਜਿਹੇ ਮਰੀਦ ਦੇ ਜਿਹੜੇ ਜਾਨ ਦੇ ਕੇ ਧਰਮ ਖਰੀਦ ਦੇ ਬਾਬੂ ਕੀ ਨੇ ਇਹੋ ਜਿਹੀ ਦਲੇਰੀ ਕਰਨੀ ਲੱਗ ਗਿਆ ਉੱਤਰ ਕੇ ਗੁਰਾਂ ਦੇ ਚਰਨੀ ਬਾਬਾ ਬਿਧੀ ਚੰਦ ਜੀ ਘੋੜੇ ਤੋਂ ਲੈ ਕੇ ਦੋ ਜਹਾਨ ਦੇ ਵਾਲੀ ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਤੇ ਢਹਿ ਪਏ ਸ਼ਹਿਨਸ਼ਾਹਾਂ ਨੇ ਬਾਹਾਂ ਦੇ ਕਲਾਵੇ 'ਚ ਲਿਆ ਆਸ਼ੀਰਵਾਦ ਦਿੱਤੇ ਬਿਧੀ ਚੰਦ ਦਾ ਸਤਿਕਾਰ ਸਾਰਿਆਂ ਸਿੱਖ ਬਹਾਦਰ ਫੌਜਾਂ ਨੇ ਕੀਤਾ ਖੈਰ ਦੂਸਰੇ ਪਾਸੇ ਚੱਲੋ ਦਿਨ ਚੜ੍ਹਿਆ ਦਿਨ ਚੜ੍ਹੇ ਰਾਤ ਦੇ ਸ਼ਰਾਬੀ ਹੋਇਆ ਨਾ ਬਾਬਾ ਨੂੰ ਹੋਸ਼ ਆਈ ਉਹਨਾਂ ਨੇ ਕਿਲ੍ਹੇ ਦਾ ਗੇਟ ਖੁੱਲ੍ਹਾ ਦੇਖਿਆ ਉਹਨਾਂ ਨੇ ਘੋੜਿਆਂ ਦੇ ਵਿੱਚੋਂ ਇੱਕ ਘੋੜਾ ਨਾ ਦਿਸਣ 'ਤੇ ਭਾ ਦੀ ਬਣ ਗਈ ਇੱਧਰ ਉੱਧਰ ਦੇਖਣ ਲੱਗੇ ਪਰ ਕੋਈ ਸੂਹ ਨਾ ਚੱਲੇ ਸੂਬੇ ਨੂੰ ਜਾ ਕੇ ਪਿਆਰਿਓ ਕਾਸੂਮ ਬੇਗ ਨੂੰ ਪਤਾ ਕਰਤਾ ਖਾਨ ਸਾਹਿਬ ਸਾਡੇ ਨਾਲ ਤਾਂ ਬਹੁਤ ਛਲ ਹੋ ਗਿਆ ਧੋਖਾ ਹੋ ਗਿਆ ਸਰਕਾਰ ਦਾ ਇੱਕ ਘੋੜਾ ਚੋਰੀ ਹੋ ਗਿਆ ਸਾਰੇ ਮਹਿਕਮਿਆਂ ਨੂੰ ਹਫੜਾ ਦਫੜੀ ਪੈ ਗਈ ਸਰਕਾਰ ਦੇ ਭਾਅ ਦੇ ਬਣ ਗਈ ਕਿਸੇ ਸਮੇਂ ਘੋੜਿਆਂ ਆਇਆ ਤੋਂ ਬਾਦਸ਼ਾਹ ਜਹਾਨ ਖਾਂ ਨੂੰ ਚਿੱਠੀ ਭੇਜੀ ਗਈ ਸੀ ਕਿ ਜਨਾਬ ਅਸੀਂ ਤੁਹਾਡੇ ਵਾਸਤੇ ਬਹੁਤ ਦੋ ਸੁੰਦਰ ਘੋੜੇ ਲਏ ਹਨ ਬਹੁਤ ਵਧੀਆ ਘੋੜੇ ਹਨ
ਇਹਨਾਂ ਦੇ ਸਾਨੀ ਕੋਈ ਘੋੜਾ ਨਹੀਂ ਦਿਸਦਾ। ਉਧਰੋਂ ਹਾਲੇ ਜਵਾਬ ਨਹੀਂ ਆਇਆ ਸੀ। ਇਦੋਂ ਬਾਅਦ ਇੱਕ ਘੋੜਾ ਚੋਰੀ ਹੋ ਗਿਆ, ਖਾਨਾ ਦੇ ਬਣ ਗਈ ਭਾਅ ਦੀ ਸਰਕਾਰੀ ਖੋਜੀ ਬੁਲਾਏ ਗਏ। ਖੋਜੀਆਂ ਨੂੰ ਕਹਿਣ ਲੱਗੇ, ਚੋਰ ਕਿੱਥੇ ਚਲਿਆ ਗਿਆ ਹੋਵੇਗਾ? ਤੁਸੀਂ ਤਾਂ ਬੜੇ ਮੰਨੇ ਪ੍ਰਵੰਨੇ ਸੂਝਵਾਨ ਖੋਜੀ ਹੋ, ਛੇਤੀ ਕਰੋ, ਅਸੀਂ ਬਾਦਸ਼ਾਹ ਤੋਂ ਝੂਠੇ ਨੇ ਪੈ ਜਾਈਏ। ਅਸੀਂ ਬਾਦਸ਼ਾਹ ਨੂੰ ਲਿਖ ਚੁੱਕੇ ਹਾਂ ਕਿ ਤੁਹਾਡੇ ਲਈ ਬਹੁਤ ਸੁੰਦਰ ਜੋੜੀ ਘੋੜਿਆਂ ਦੀ ਖਰੀਦੀ ਹੈ। ਹੁਣ ਇੱਕ ਘੋੜਾ ਜਦੋਂ ਦੋ ਦੀ ਥਾਂ ਭੇਜਿਆ, ਬਾਦਸ਼ਾਹ ਸਾਨੂੰ ਕੀ ਕਹੇਗਾ? ਬਾਦਸ਼ਾਹ ਦੇ ਮਨ 'ਚ ਸ਼ੁਭਾ ਜਾਣੀ ਹੈ ਕਿ ਮੇਰੇ ਸਰਕਾਰੀ ਕਰਮਚਾਰੀ ਚੰਗਾ ਕੀਮਤੀ ਘੋੜਾ ਦੇਖ ਕੇ ਬੇਈਮਾਨ ਹੋ ਗਏ। ਸ਼ਾਇਦ ਘੋੜਾ ਚੋਰੀ ਨਾ ਹੋਇਆ ਹੋਵੇ, ਇਹਨਾਂ ਨੇ ਆਪ ਹੀ ਕਿਤੇ ਗਮਨ ਕਰ ਲਿਆ ਹੋਵੇ ਜਾਂ ਪੈਸੇ ਦੇ ਲੋਭ 'ਚ ਆ ਕੇ ਅੱਡ ਵੇਚ ਦਿੱਤਾ ਹੋਵੇ। ਇਹ ਨਾ ਹੋਵੇ ਅਸੀਂ ਬਾਦਸ਼ਾਹ ਬਣੀਓ, ਕਾਲਾ ਮੂੰਹ ਕਰਾ ਲਈਏ, ਝੂਠੇ ਪੈ ਜਾਈਏ, ਆਪਣੇ ਖਾਣੇ 'ਚ ਜ਼ਹਿਰ ਪਾ ਲਈਏ। ਹੋਵੇ ਨਾ ਤਾਂ ਖੋਜੀਆਂ ਨੂੰ ਕਹਿੰਦੇ ਘੋੜਾ ਲੱਭ ਲੈਣਾ ਚਾਹੀਦਾ। ਲਓ ਸਰੋਤੇ ਸੱਜਣੋ, ਸੁਬਾਹ ਸਾਰ ਉੱਠ ਕੇ ਦੂਸਰਾ ਕਾਸੂਮ ਬੇਗ ਸੂਬੇ ਨੂੰ ਬੜਾ ਫਿਕਰ ਪਿਆ, ਸੌਂਦੇ ਖਾਂ ਦਰੋਗਾ। ਸਾਰਾ ਅਮਲਾ ਫੈਲਾ ਇਕੱਠਾ ਹੋ ਕੇ ਕਰਮਚਾਰੀਆਂ ਨੂੰ ਭੇਜ ਕੇ ਜੋ ਸਰਕਾਰੀ ਖੋਜੀ ਸੀ ਉਹ ਬੁਲਾਏ ਗਏ। ਆਓ ਖੋਜੀ ਖੋਜ ਕੱਢ ਕੇ ਪੈੜ ਦਾ ਪਿੱਛਾ ਕਰਦੇ ਹੈ, ਤਵੱਜੋ ਨਾ ਤੱਕਣਾ ਉਹਨਾਂ ਨੇ ਪੈੜ ਕਿਸ ਤਰ੍ਹਾਂ ਕੱਢੀ ਅਤੇ ਕਿੱਥੇ ਕਿੱਥੇ ਲੱਭਿਆ, ਕੌੜਾ ਮਿਲਿਆ ਜਾਂ ਨਾ ਮਿਲਿਆ, ਇਹ ਆਪ ਨੂੰ ਕਵਿਤਾ ਦੱਸੇਗੀ। ਤਵੱਜੋ ਨਾ ਕਰਮ ਲੱਗੇ ਸਦ ਸਰਕਾਰੀ ਖੋਜੀਆਂ ਸੂਬਾ ਕਰੇ ਸਵਾਲ, ਕੌੜਾ ਲੈ ਗਏ ਚੋਰ ਟੇ ਤੁਰਤ ਲਿਆ ਦੋ ਪਾਲ। ਓ ਹਾਂਜੀ ਸੋਭਾ ਸਾਰਾ ਸੂਬੇ ਨੇ ਬੁਲਾ ਲੇ, ਖੋਜੀ ਜੀ ਬੁੱਲਾਂ ਤੇ ਆ ਗਈ ਸਿਕਰੀ, ਮੌਜਾਂ ਨਾਲ ਖਾਂਦੇ ਸੀ ਲੱਗੀ ਵੀਰੋ ਜੀ ਜੀ ਚੋਰੀ ਦੀ ਬੇਫਿਕਰੀ। ਉਦੋਂ ਲੋਕਰੀ ਡੁਕਣ ਸੁੱਕੀ 20 ਸਾਲ ਦੇ ਕੀ ਕਹਿ ਜੀ ਆ ਸਹੇੜ ਦੇ, ਖੋਜੀ ਦਿਲ ਬਾਗ ਨੂੰ ਫਿਰ ਨਪਾਲ ਦੇ ਕਿਲੇ ਦੇ ਨੇੜੇ ਤੇੜ ਦੇ। ਯਾਰੋ ਖੋਜੀਆਂ ਦੀ ਕੰਡਲੀ ਖੜੋਤੀ ਬੈਸ ਦੀ ਸਭੇ ਫਟਾਉਣ ਲੱਗ ਦੇ, ਪਹਿਲਾਂ ਪੈੜ ਲੈ ਗਈ ਆ ਕਿਸੇ ਦੀ ਮੈਸ ਦੀ ਰਲਾਈ ਵਿੱਚ ਵਗ ਦੇ। ਉਹਦਾ ਦਿਨ ਛੇਪੇ ਪਹੁੰਚ ਗਏ ਉਪਰ ਮਾਲ ਦੇ ਕੋ ਦਸਾਂ ਤੋਂ ਟੇੜ ਦੇ, ਖੋਜੀ ਦਿਲ ਬਾਗ ਨੂੰ ਫਿਰ ਨਪਾਲ ਦੇ ਕਿਲੇ ਦੇ ਨੇੜੇ ਤੇੜ ਦੇ। ਆਦਾ ਦੂਜੇ ਬੇਅਕਲ ਨੂੰ ਖਬਰ ਖੋਜਦੀ, ਦੂਜੇ ਬੇਅਕਲ ਨੂੰ ਨਾ ਖਬਰ ਖੋਜਦੀ, ਪੈਣ ਲੈ ਗਿਆ ਪੈੜ ਮੈਸ ਦੀ, ਪੈ ਗਈ ਲੈ ਗਿਆ ਦੇ ਗਿਆ ਤੜੀਣ, ਪੈੜ ਲੈ ਗਏ ਰੋਜ ਦੀ ਪਦੇ ਬਨ ਰਾਜਾ ਜੰਗ ਦੀ। ਨੰਗੇ ਜਾਂਦੇ ਕਾਰ ਦੇ ਮਖੌਲ ਨਾਲ ਦੇ ਬਲਦ ਵਿੱਚ ਮੇੜ ਦੇ, ਖੋਜੀ ਦਿਲ ਬਾਗ ਨੂੰ ਫਿਰ ਨਪਾਲ ਦੇ ਕਿਲੇ ਦੇ ਨੇੜੇ ਤੇੜ ਦੇ। ਫਿਰ ਚੌਥਾ ਲੈ ਗਿਆ ਵਾੜ ਦਾ ਚਰਾ ਕੇ ਸ਼ਾਰ ਗਾਇਓ ਪੋਰ ਜਾਂਦੇ ਭੋਕ ਦੇ, ਕਹਿੰਦੇ ਲੈ ਜੇ ਬੱਕਰਾ ਬਸ਼ੇਰੇ ਵਾਰ ਗਾ ਹੱਸੇ ਕਪਾਹਾਂ ਚੋਕ ਦੇ, ਕਹਿੰਦੇ ਗੁਆਚਾ ਬੱਕਰਾ ਗੱਲਾਂ ਚ ਟਾਲ ਦੇ ਅਸੀਂ ਜੜ ਛੇੜ ਦੇ, ਖੋਜੀ ਦਿਲ ਬਾਗ ਨੂੰ ਫਿਰ ਨਪਾਲ ਦੇ ਕਿਲੇ ਦੇ ਨੇੜੇ ਤੇੜ ਦੇ। ਆਦਾ ਸਿਰ ਸਾਰੇ ਬੇਅਕਲ ਅਕਲ ਟਕਾਣੇ ਨਾ ਦੱਸਣ ਕੌਡੀ ਖਿਲ ਨੂੰ, ਖੁਰਾ ਤੋਂ ਪਛਾਣ ਕਰੀ ਬੁੱਧੂ ਲਾਣੇ ਨਾ ਪਕੜ ਕਹਿਣ ਇਲ ਨੂੰ। ਬਾਬੂ ਹੁਣ ਬੇੜੀਆਂ ਚੌਹਾਂ ਦੇ ਡਾਲ ਦੇ ਤੇ ਆਚਾ ਮੜੀ ਅਦੇੜ ਦੇ, ਖੋਜੀ ਦਿਲ ਬਾਗ ਨੂੰ ਫਿਰ ਨਪਾਲ ਦੇ ਕਿਲੇ ਦੇ ਨੇੜੇ ਤੇੜ ਦੇ। ਸ਼ਫਾਰ ਸੀ, ਖੋਜੀ ਸੀ, ਮੁਫਤ ਦੀਆਂ ਤਲਬਾਂ ਖਾਣ ਵਾਲੇ ਸੀ। ਕੋਈ ਮੈਸ ਦੀ ਪੈੜ ਲਈ ਫਿਰਦਾ, ਕੋਈ ਜਿਸ ਨੂੰ ਨੀਲਮ ਕਹਿੰਦੇ ਹੈ ਰੋਜ਼ ਉਸਦੀ ਪੈੜ ਲਈ ਫਿਰਦਾ, ਕੋਈ ਅਜਾਲੀ ਬੱਕਰੀਆਂ ਚਾਰ ਕੇ ਗਿਆ ਸੀ। ਉਸਦਾ ਜੋ ਮਾਲੀ ਹੁੰਦਾ ਜਿਸਨੂੰ ਬੋਕ ਕਹਿੰਦੇ ਆ, ਉਹ ਕਿਸੇ ਦੀ ਫਸਲ 'ਚ ਪੈ ਗਿਆ, ਉਹ ਗਿੱਲੇ ਥਾਂ ਪੈੜਾਂ ਖੁੱਬਦੀਆਂ ਗਈਆਂ, ਉਹਦੀ ਪੈੜ ਲੈ ਕੇ ਗਏ ਤਾਂ ਉਹ ਜਾ ਕੇ ਪੈੜ ਇੱਜੜ ਦੇ ਵਿੱਚ ਜਾ ਮਿਲੀ। ਉਹਨਾਂ ਨੇ ਪੁੱਛਿਆ, ਤੁਸੀਂ ਕਾਸ ਨੂੰ ਲੱਭਦੇ ਫਿਰਦੇ ਹੈ? ਜੇ ਹੁਣ ਦੱਸਦੇ ਆ ਵੀ ਅਸੀਂ ਘੋੜਾ ਲੱਭਦੇ ਹਾਂ, ਘੋੜੇ ਦੀ ਪੈੜ ਦਾ ਅਤੇ ਬੱਕਰੇ ਦੀ ਪੈੜ ਦਾ ਤਾਂ ਫਰਕ ਬੜਾ ਹੁੰਦਾ, ਦਿਨ ਰਾਤ ਦਾ ਫਰਕ ਹੈ, ਜਿਵੇਂ ਅਸਮਾਨ ਦਾ ਪਾੜਾ। ਖੈਰ ਕਹਿਣ ਲੱਗੇ ਜੀ, ਸਾਡਾ ਬਾਦਸ਼ਾਹ ਦਾ ਇੱਕ ਬੜਾ ਪਾਲਿਆ ਹੋਇਆ ਸੁੰਦਰ ਬੱਕਰਾ ਸੀ, ਆਪਣੇ ਮਗਰੋਂ ਉਹ ਕਚਿਆਈ ਟਾਲਣ ਦੇ ਮਾਰੇ ਝੂਠ ਬੋਲਣ ਲੱਗੇ, ਉਹ ਕਿਤੋਂ ਸਾਡਾ ਔਟਲ ਗਿਆ, ਕੱਲ੍ਹ ਦਾ ਅਸੀਂ ਉਹ ਲੱਭਦੇ ਫਿਰਦੇ ਹਾਂ। ਪਰ ਉਸਤਾਦ ਕਹਿੰਦਾ, ਸ਼ਹਿਰ ਕਹਿੰਦਾ, ਸਾਰੇ ਬੇਅਕਲ ਸੀ, ਅਕਲ ਟਿਕਾਣੇ ਨਹੀਂ ਸੀ, ਜਾਨਵਰਾਂ ਦੀਆਂ ਪੈੜਾਂ ਘੋੜਿਆਂ ਦੇ ਭਲਾਵੇਂ ਕੱਢੀ ਫਿਰਦੇ ਹੈ, ਪਰ ਜੇ ਕੋਈ ਬੁੱਧੀਜੀਵੀ ਹੁੰਦਾ ਉਹਨਾਂ ਚੌਹਾਂ ਨੂੰ ਫੜ ਕੇ ਜੇਲ੍ਹ 'ਚ ਦੇ ਦਿੰਦਾ, ਕੁੱਟ ਕੁੱਟ ਕੇ ਛਮਕਾਂ ਮਾਰ ਮਾਰ ਚਮੜੀ ਹਦੇੜ ਦਿੰਦਾ। 20 ਸਾਲ ਹੋ ਗਏ ਬਾਦਸ਼ਾਹ ਦਾ ਸੁੱਕਾ ਹੀ ਲੂਣ ਖਾਈ ਜਾਂਦਿਆਂ, ਅੱਜ ਹੀ ਵਕਤ ਪਿਆ ਸੀ, ਅੱਜ ਹੀ ਉਹ ਕੰਮ ਨਾ ਆ ਸਕੇ।
ਇਹਦਾ ਮਤਲਬ ਬੇਇਲਮੇ ਸੀ, ਜਿਸ ਇਲਮ ਦੀ ਖਾਤਰ ਉਹਨਾਂ ਨੂੰ ਨੌਕਰ ਰੱਖਿਆ ਗਿਆ ਸੀ ਉਹ ਗੁਣ ਉਹਨਾਂ 'ਚ ਕੋਈ ਨਹੀਂ ਸੀ। ਹਾਂ ਸਤਿਕਾਰਯੋਗ ਸਤਸੰਗੀਓ, ਉਸ ਪਾਸਿਓਂ ਪਹਿਲੀ ਚਿੱਠੀ ਬਾਦਸ਼ਾਹ ਦੇ ਪਾਸ ਮੌਜੂਦ ਹੈ, ਦੂਸਰੀ ਚਿੱਠੀ ਹੋਰ ਇੱਕ ਲਿਖ ਕੇ ਬਾਦਸ਼ਾਹ ਨੂੰ ਜਾਣੂ ਕੀਤਾ ਜਾਵੇ ਕਿ ਬਾਦਸ਼ਾਹ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੱਭ ਰਹੇ ਹਾਂ, ਸਾਡੇ ਉਹਨਾਂ ਦੋਹਾਂ ਘੋੜਿਆਂ 'ਚੋਂ ਇੱਕ ਘੋੜਾ ਚੋਰੀ ਹੋ ਗਿਆ। ਚਿੱਠੀ 'ਤੇ ਲਿਖਿਆ ਕਿ ਜਦੋਂ ਚਿੱਠੀ ਸ਼ਾਹਜਹਾਨ ਦੇ ਪਾਸ ਚਲੀ ਗਈ ਉਹਦੇ ਬਣੀ ਭਾਅ ਦੀ, ਪਹਿਲਾਂ ਚਾਅ ਬੜਾ ਸੀ ਬਈ ਜੇ ਦੋਹਾਂ ਘੋੜਿਆਂ 'ਚੋਂ ਇੱਕ ਨਿਖੜ ਗਿਆ ਤਾਂ ਹੋ ਸਕਦਾ ਜੇ ਇੱਕ ਚੋਰੀ ਹੋ ਗਿਆ ਤਾਂ ਚੋਰੀ ਦੂਸਰਾ ਵੀ ਹੋ ਸਕਦਾ। ਉਹ ਆਹਦਾ ਅਗਲੀ ਨੂੰ ਨਾ ਰੋ, ਪਿਛਲੇ ਦਾ ਫਿਕਰ ਕਰੋ, ਇੱਕ ਘੋੜਾ ਤਾਂ ਚੋਰੀ ਹੋ ਗਿਆ ਜਿਹੜਾ ਬਹੁਤ ਬੁਰੀ ਗੱਲ ਹੈ, ਮੈਂ ਇਸ ਦੀ ਪੜਤਾਲ ਕਰਾਂਗਾ, ਜਾਂਚ ਕਰਾਵਾਂਗਾ ਇਹ ਕਿਹਦੀ ਗਲਤੀ ਕਿਹਦੀ ਕੁਤਾਹੀ ਨਾਲ ਘੋੜਾ ਚੋਰੀ ਹੋਇਆ। ਅਗਲੇ ਦਾ ਪ੍ਰਬੰਧ ਕਰੋ, ਜਿੱਥੇ ਉਹਨੂੰ ਬੰਨਦੇ ਹੋ, ਜਿੱਥੇ ਉਹ ਰੱਖਿਆ ਉੱਥੇ ਸਖਤ ਪਹਿਰਾ ਕਰ ਦਿਓ ਨੰਗੀਆਂ ਸਗੀਨਾਂ ਦਾ, ਕਿਤੇ ਦੇਖਿਓ ਸ਼ਰਾਬ ਪੀ ਕੇ ਗਾਫਲ ਹੋ ਕੇ ਅਣਗਹਿਲੀ ਨਾ ਕਰ ਲਿਓ। ਰਾਤ ਨੂੰ ਬੱਤੀਆਂ ਨਹੀਂ ਕਿਲੇ 'ਚੋਂ ਭਜਾਉਣੀਆਂ, ਸਾਰੀ ਰਾਤ ਛਮਾਂ ਜਗਦੀ ਰਹੇ, ਅਤੇ ਦਿਨ ਚੜ੍ਹਨ ਤੋਂ ਪਹਿਲਾਂ ਗੇਟ ਨਹੀਂ ਕਿਲੇ ਦਾ ਖੁੱਲ੍ਹਣਾ ਚਾਹੀਦਾ, ਤਾਂ ਕਿ ਅੱਗੇ ਵਾਂਗੂ ਤੁਹਾਡੇ ਨਾਲ ਛਲ ਜਾਂ ਧੋਖਾ ਹੋ ਜਾਵੇ। ਜਦੋਂ ਬਿਗਲ ਦਾ ਪਰੇਟ ਵੱਜੇ ਸੁਬਹਾ, ਪਰੇਟ ਦਾ ਬਿਗਲ ਵੱਜੇ ਸੁਬਹਾ, ਉਦੋਂ ਜਿਹੜਾ ਹੈਗਾ ਦਰਵਾਜ਼ੇ ਦਾ ਗੇਟ ਖੋਲ੍ਹਣਾ, ਇਸ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਲਿਖ ਕੇ ਦਰਵਾਜ਼ੇ ਦੇ ਅੱਗੇ ਲਟਕਾ ਦਿਓ, ਮੇਰਾ ਹੁਕਮ ਹੈ, ਉਦੋਂ ਪਹਿਲਾਂ ਗੇਟ ਕਿਲੇ ਦਾ ਖੁੱਲ੍ਹਣਾ ਨਹੀਂ ਚਾਹੀਦਾ। ਆਓ ਪਿਆਰਿਓ, ਸ਼ਾਹਜਹਾਨ ਦੀ ਜਿਹੜੀ ਚਿੱਠੀ ਲਾਹੌਰੋਂ ਲਾਹੌਰ ਨੂੰ ਆਉਂਦੀ ਹੈ, ਉਸ ਚਿੱਠੀ ਦਿਲ ਬਾਗ ਚੋਰੀ ਹੋਏ ਦੇ ਜਵਾਬ 'ਚ ਉਸ ਚਿੱਠੀ ਦਾ ਮਜ਼ਮੂਨ ਇਸ ਤਰ੍ਹਾਂ ਹੈ। ਚੋਰ ਚਰਾਲੂ ਦੂਸਰਾ ਲਿਖੇ ਬਾਦਸ਼ਾਹ ਤਾੜ, ਪਹਿਰਾ ਸਖਤ ਲਗਾ ਦਿਓ ਕਰਤੇ ਗਾਂਧੀ ਵਾੜ। ਓ ਹਾਂ ਬਈ ਦਿਲ ਬਾਗ ਗੁਆਚੇ ਦਾ ਲਫਾਫਾ ਪੜਿਆ, ਬੜਾ ਸ਼ਾਹਜਹਾਨ ਨੂੰ ਕਰੋਧ ਚੜਿਆ। ਕਹਿੰਦਾ ਇੱਕ ਨੂੰ ਕੀ ਰੋਂਦੇ ਦੂਸਰਾ ਤਰੇ ਜੇ ਨਾ, ਕੋਈ ਗੁਲ ਬਾਗ ਨੂੰ ਭਜਾ ਕੇ ਲੈ ਜੇ ਨਾ। ਕਹਿੰਦਾ ਸੋਭਾ ਜਦੋਂ ਵੱਜੇ ਬੇਗਲ ਪਰੇਟ ਦਾ, ਉਦੋਂ ਖੁੱਲੇ ਜਿੰਦਰਾ ਕਿਲੇ ਦੇ ਗੇਟ ਦਾ। ਕਹਿੰਦਾ ਕਿਸੇ ਕਰੇ ਉੱਪਰ ਮਰਦ ਬਹਿ ਜੇ ਨਾ, ਕੋਈ ਗੁਲ ਬਾਗ ਨੂੰ ਭਜਾ ਕੇ ਲੈ ਜੇ ਨਾ। ਆਦਾ ਜਿੱਥੇ ਇਸ ਥਾਣੇ ਘੋੜਿਆਂ ਸ਼ਕੀਨਾਂ ਦਾ, ਉੱਥੇ ਪੈਰਾ ਲਾ ਦੋ ਨੰਗੀਆਂ ਸਕੀਨਾਂ ਦਾ। ਕਹਿੰਦਾ ਰਹਿਣ ਸ਼ਾਵਾਂ ਜਾਗਦੇ ਹਾਂ ਤੇਰੇ ਸ਼ਹਿ ਜੇ ਨਾ, ਕੋਈ ਗੁਲ ਬਾਗ ਨੂੰ ਭਜਾ ਕੇ ਲੈ ਜੇ ਨਾ। ਹਾਂ ਬਈ ਗੇਟ ਮੂਰੇ ਲਾ ਦੀ ਉਹ ਲਖਾ ਕੇ ਫੱਟੇ ਨੂੰ, ਅੱਗੇ ਵਾਂਗੂ ਪਾ ਜੇ ਨਾ ਅੱਖਾਂ ਚ ਕੱਟੇ ਨੂੰ। ਕਹਿੰਦਾ ਪਹਿਲਾਂ ਵਾਂਗੂ ਰਹਿਣ ਦਾ ਤਰੀਕਾ ਰਹਿ ਜੇ ਨਾ, ਕੋਈ ਗੁਲ ਬਾਗ ਨੂੰ ਭਜਾ ਕੇ ਲੈ ਜੇ ਨਾ। ਉਹ ਹਾਂ ਬਈ ਤੋੜਾ ਦੇ ਪਾਲੰਗ ਖਾ ਕੋ ਬਾਬ ਲੁੱਭ ਜਿਉਂ, ਅੱਗੇ ਵਾਂਗੂ ਪੀ ਕੇ ਨਾ ਸ਼ਰਾਬ ਡੁੱਬ ਜਿਉਂ। ਕਹਿੰਦਾ ਵੇਖਿਓ ਕੋਈ ਬਿੱਜ ਆਸ ਮਾਨੋ ਪੈ ਜੇ ਨਾ, ਕੋਈ ਗੁਲ ਬਾਗ ਨੂੰ ਭਜਾ ਕੇ ਲੈ ਜੇ ਨਾ। ਕਹਿੰਦਾ ਮੈਂ ਨਾਰਾਜ ਦਿਲ ਬਾਗ ਦੇਵ ਛੋੜੇ ਤੇ, ਵੇਖੋ ਕੋਈ ਚੜੇ ਨਾ ਦਰਿਆਈ ਘੋੜੇ ਤੇ, ਨਾਲੇ ਓਡਨ ਘਟੋਲੇ ਨੂੰ ਅੜਾ ਕੇ ਵਹਿ ਜੇ ਨਾ, ਕੋਈ ਗੁਲ ਬਾਗ ਨੂੰ ਭਜਾ ਕੇ ਲੈ ਜੇ ਨਾ। ਮੈਂ ਨਾਰਾਜ ਦਿਲ ਬਾਗ ਦੇਵ ਛੋੜੇ ਤੇ, ਵੇਖੋ ਕੋਈ ਚਾੜੇ ਜੇ ਦਰਿਆਈ ਘੋੜੇ ਤੇ, ਆਦਾ ਬਾਬੂ ਮੇਰਾ ਕਿੰਗਰਾ ਦਿਲਾਂ ਦਾ ਟਹਿ ਜੇ ਨਾ, ਕੋਈ ਗੁਲ ਬਾਗ ਨੂੰ ਤੇਰਾ ਕੇ ਲੈ ਜੇ ਨਾ। ਸਤ ਸੰਗੀਓ, ਸ਼ਾਹਜਹਾਨ ਨੇ ਲਾਹੌਰੋਂ ਗਏ ਲੈਟਰ ਦੇ ਜਵਾਬ 'ਚ ਇਹ ਪੱਤਰਿਕਾ ਲਿਖ ਕੇ ਭੇਜੀ ਕਿ ਮੈਨੂੰ ਹੇਠਾਂ ਥੋੜ੍ਹਾ ਜਿਹਾ ਹੈਂਡ ਦਿੱਤਾ ਚਿੱਠੀ ਦੇ, ਬਈ ਕੁਛ ਪਹਿਰੇਦਾਰ ਜਿਹੜੇ ਸਨ ਉਹਨਾਂ ਨੇ ਸ਼ਰਾਬ ਪੀ ਕੇ ਅਣਗਹਿਲੀ ਕੀਤੀ ਹੈ, ਉਹ ਸ਼ਰਾਬ ਪੀ ਹੋ ਕੇ ਸੌਂਗੇ, ਮਗਰੋਂ ਘੋੜਾ ਚੋਰੀ ਹੋ ਗਿਆ, ਇਹਨਾਂ ਨੂੰ ਮੇਰੇ ਵੱਲੋਂ ਹਦਾਇਤ ਕਰ ਦਿਓ, ਇੱਕ ਵਾਰ ਤਾਂ ਜੋ ਕੁਛ ਹੋ ਗਿਆ ਮੈਂ ਸੋਚਾਂਗਾ ਇਸ ਬਾਰੇ ਤਾਂ, ਪਰ ਆਇੰਦਾ ਵਾਸਤੇ ਐਸੀ ਗਲਤੀ ਨਾ ਕਰੇ। ਤੋੜਦੇ ਪਲੰਗ ਖਾ ਕਬਾਬ ਲੁੱਭ ਜਿਓ, ਅੱਗੇ ਵਾਂਗੂ ਪੀ ਕੇ ਨਾ ਸ਼ਰਾਬ ਡੁੱਬ ਜਿਓ,
ਪਹਿਲਾਂ ਵਾਂਗੂ ਰਹਿਣ ਦਾ ਤਰੀਕਾ ਰਹਿ ਜੇ ਨਾ, ਕੋਈ ਗੁਲਬਾਗ ਨੂੰ ਚਰਾ ਕੇ ਲੈ ਜੇ ਨਾ, ਤਾਂ ਫਿਰ ਕਹਿੰਦਾ ਅੱਗੇ ਵਾਂਗੂ ਜੇ ਦੁਬਾਰੇ ਗਲਤੀ ਕੀਤੀ ਗੇਟ ਮੂਹਰੇ ਲਾ ਦਿਓ ਲਿਖਾ ਕੇ ਫੱਟੇ ਨੂੰ, ਅੱਗੇ ਵਾਂਗੂ ਪਾ ਜੇ ਨਾ ਅੱਖਾਂ 'ਚ ਘੱਟੇ ਨੂੰ, ਕਿਸੇ ਘਰੇ ਓਪਰਾ ਮਰਦ ਬਹਿ ਜੇ ਨਾ, ਕੋਈ ਗੁਲਬਾਗ ਨੂੰ ਭਜਾ ਕੇ ਲੈ ਜੇ ਨਾ। ਅਤੇ ਫਿਰ ਕਹਿੰਦਾ ਮੈਂ ਨਾਰਾਜ਼ ਦਿਲ ਬਾਗ ਦੇ ਵਿਛੋੜੇ 'ਤੇ, ਵੇਖਿਓ ਕੋਈ ਚੜ੍ਹ ਜੇ ਦਰਿਆਈ ਘੋੜੇ 'ਤੇ, ਇਹਨੂੰ ਬਾਹਰ ਵੀ ਨਹੀਂ ਲਿਜਾਣਾ, ਉੱਡਣ ਗਟੋਲੇ ਨੂੰ ਉਡਾ ਕੇ ਬਹਿ ਜੇ ਨਾ, ਕੋਈ ਗੁਲਬਾਗ ਨੂੰ ਭਜਾ ਕੇ ਲੈ ਜੇ ਨਾ। ਆ ਗਿਆ ਕਿਤੋਂ ਕੋਈ ਜੇ ਪੁਰਸ਼ ਗਾਲੜੀ, ਲੈ ਜੂ ਤੁਹਾਡੇ ਹੱਥਾਂ ਛਲ ਕੇ ਹੱਥਾਂ 'ਚੋਂ ਲਾਲੜੀ, ਬਾਬੂ ਮੇਰੇ ਕਿੰਗਰਾ ਦਿਲਾਂ ਦਾ ਢਹਿ ਜੇ ਨਾ, ਕੋਈ ਗੁਲਬਾਗ ਨੂੰ ਭਜਾ ਕੇ ਲੈ ਜੇ ਨਾ। ਇਹ ਚਿੱਠੀ ਸੂਬੇ ਨੇ ਕਾਸਮ ਬੇਗ ਨੇ ਪੜ੍ਹ ਕੇ ਸਾਰੇ ਕਰਮਚਾਰੀਆਂ ਨੂੰ ਲਾਹਣਤਾਂ ਪਾਈਆਂ, ਤਰਕਾਰਾਂ ਦਿੱਤੀਆਂ, ਇਹ ਤੁਹਾਡੀ ਪਿਛਲੀ ਕੀਤਾ ਹੋਇਆ ਗੁਨਾਹ, ਪਤਾ ਨਹੀਂ ਇਸ ਬਾਰੇ ਮੈਨੂੰ ਕਿੰਨਾ ਝੂਠ ਬਾਦਸ਼ਾਹ ਪਾਸ ਬੋਲਣਾ ਪੈਣਾ, ਇਹ ਤਾਂ ਮੈਂ ਤੁਹਾਡਾ ਸੰਭਾਲੂੰਗਾ, ਪਰ ਅਗਲੇ ਘੋੜੇ ਦਾ ਹੁਣ ਪ੍ਰਬੰਧ ਕਰ ਲਓ, ਜਿਹੜੇ ਇੱਕ ਲੈ ਗਏ ਉਹਨਾਂ ਨੇ ਛੱਡਣਾ ਦੂਸਰਾ ਵੀ ਨਹੀਂ। ਸਰੋਤੇ ਸੱਜਣੋ, ਸਰਕਾਰ ਦੇ ਬਣਗੀ ਭਾ ਦੇ, ਪਤਾ ਲੱਗ ਚੁੱਕਾ ਸੀ ਵੀ ਜਿਹੜਾ ਘੋੜਾ ਗਿਆ ਕਿੱਥੇ ਗਿਆ ਅਤੇ ਕਿਵੇਂ ਗਿਆ। ਸਤਿਸੰਗੀ ਜੋ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੰਜਾਬ ਬੰਦਰ ਪਹਿਲਾਂ ਹੀ ਤਾਂਗ ਪਈ ਸੀ, ਉਸਨਾਂ ਦੀਆਂ ਚਾਰ ਲੜਾਈਆਂ ਮੁਗਲਾਂ ਨਾਲ ਹੋਈਆਂ, ਚੌਹਾਂ ਲੜਾਈਆਂ 'ਚ ਉਹਨਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜੋ ਮਹਾਰਾਜ ਦਾ ਜੰਗ ਹੋਣਾ ਉਹ ਇਹਨਾਂ ਘੋੜਿਆਂ ਦੇ ਕਾਰਨ ਹੋਣਾ। ਆਓ ਇਸ ਪ੍ਰਸੰਗ ਤੋਂ ਬਾਅਦ, ਇੱਕ ਪ੍ਰਸੰਗ ਹੋਰ ਕਹਿਣ ਤੋਂ ਬਾਅਦ, ਫਿਰ ਉਹ ਛੇਵੇਂ ਪਾਤਸ਼ਾਹ ਦਾ ਜੋ ਮਾਲਵੇ ਦੀ ਧਰਤੀ 'ਚ ਮਹਾਰਾਜ ਦੇ ਵਿੱਚ ਲਲਾ ਬੇਗ ਦੇ ਨਾਲ ਯੁੱਧ ਹੋਇਆ, ਉਹ ਸਾਕਾ ਵੀ ਕਹਾਂਗੇ ਤੁਹਾਡੀ ਕਿਰਪਾ ਨਾਲ। ਮੈਂ ਬੇਨਤੀ ਕਰ ਰਿਹਾ ਸੀ, ਇਹ ਸ਼ਾਹਜਹਾਨ ਦੀ ਚਿੱਠੀ ਆਉਣ 'ਤੇ ਜਦੋਂ ਕਰੜੀਆਂ ਗੱਲਾਂ ਸੂਬੇ ਨੇ ਪੜੀਆਂ, ਫਿਕਰ ਉਹਨੂੰ ਵੀ ਪਿਆ। ਹਰ ਚਿੱਠੀ 'ਚ ਹਰ ਰਾਜ ਹੁੰਦਾ, ਹਰ ਇੱਕ ਲਫਜ਼ 'ਚ ਰਾਜ ਹੁੰਦਾ, ਨੀਤੀਵਾਨ ਬੁੱਧੀਜੀਵੀ ਸਮਝ ਜਾਂਦੇ ਹੈ। ਤੁਹਾਨੂੰ ਪਤਾ ਪੰਜਾਬ 'ਚ ਐਕਸ਼ਨ ਹੋਇਆ, ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ, ਜਦੋਂ ਕੌਮ ਦੇ ਨਾਂ ਉਸ ਅਗਿਆਨੀ ਜੈਲਸੋਂ ਨੇ ਭਾਸ਼ਣ ਦਿੱਤਾ, ਉਹਦੇ 'ਚ ਇੱਕ ਗੱਲ ਉਹਨੇ ਕਹਿਤੀ ਵੀ ਜਿਹੜੇ ਪੰਜਾਬ ਦੇ ਖਾਸ ਜ਼ਿੰਮੇਦਾਰ ਕਈ ਵਿਅਕਤੀ ਹਨ ਉਹਨਾਂ ਦਾ ਵੀ ਹੱਥ ਹੈ, ਅਤੇ ਜਿਹੜੇ ਜ਼ਿੰਮੇਦਾਰ ਉਹ ਪੰਜਾਬ ਦਾ ਰਾਜਪਾਲ ਹੋ ਸਕਦਾ। ਇਸੇ ਤਰ੍ਹਾਂ ਹੀ ਜਿਹੜਾ ਉੱਥੇ ਆਈ ਜੀ ਲਾਇਆ ਸੀਗਾ ਉਹ ਹੋ ਸਕਦਾ ਭਿੰਡਰ ਸਾਹਿਬ, ਉਹਨਾਂ ਨੇ ਦੋਨਾਂ ਨੇ ਅਸਤੀਫੇ ਦਿੱਤੇ। ਸੋ ਮੇਰੇ ਕਹਿਣ ਤੋਂ ਮਤਲਬ ਹੈ ਰਾਜਨੀਤੀ ਦੇ ਵਿੱਚ ਥੋੜ੍ਹੀ ਜਿਹੀ ਗੱਲ ਹੁੰਦੀ, ਉਹਦਾ ਪਿਛੋਕੜ ਬਹੁਤ ਵੱਡਾ ਹੁੰਦਾ। ਬਾਦਸ਼ਾਹ ਦੀ ਇਹ ਚਿੱਠੀ ਪੜ੍ਹ ਕੇ ਸੌਂਦੇ ਖਾਂ ਦਰੋ ਗਿਆ, ਅਤੇ ਜਿਹੜਾ ਖਾਸ ਉੱਥੋਂ ਦਾ ਸੂਬਾ ਜ਼ਿੰਮੇਦਾਰ ਸੀਗਾ ਉਹਨੂੰ ਜ਼ਿਆਦਾ ਫਿਕਰ ਪਿਆ। ਉਹਨਾਂ ਨੇ ਸੋਚਿਆ ਵੀ ਬਾਦਸ਼ਾਹ ਸਾਡੇ 'ਤੇ ਪਤਾ ਨਹੀਂ ਕੀ ਇਲਜ਼ਾਮ ਲਾਊਗਾ, ਤੁਹਾਡੇ ਪ੍ਰਬੰਧ 'ਚ ਪਹਿਲੇ ਨਹੀਂ ਆਈ ਹੈ ਅਤੇ ਕਿਉਂ ਆਈ ਹੈ। ਸਤਿਕਾਰਯੋਗ ਸਤਸੰਗੀਓ, ਇਸ ਪਾਸੇ ਤਾਂ ਇਹ ਕਹਾਣੀ ਹੋ ਗਈ, ਹੁਣ ਅਗਲੇ ਪਾਸੇ ਆਓ, ਬਾਦਸ਼ਾਹਾਂ ਦਾ ਤਾਂ ਇਹ ਫਿਕਰ ਪੈ ਗਿਆ ਨਾ। ਹੁਣ ਆ ਜਾਓ ਛੇਵੇਂ ਪਾਤਸ਼ਾਹ ਦੇ ਪਾਸ ਮਾਲਵੇ ਦੇ ਵਿੱਚ ਭਾਈ ਰੂਪੇ। ਹੁਣ ਦਿਲਬਾਗ ਅਤੇ ਗੁਲਬਾਗ ਦਾ ਪੈ ਗਿਆ ਵਿਛੋੜਾ। ਗੁਲਬਾਗ ਉੱਥੇ ਨਹੀਂ ਦਾਣਾ ਨੀਰਾ ਚੜਦਾ, ਅਤੇ ਜਿਹੜਾ ਹੈਗਾ ਗੁਲਬਾਗ ਉਹ ਲਾਹੌਰ ਭੁੱਖਾ ਤੇ ਆ ਖੜੋਤਾ, ਨਾ ਪਾਣੀ ਪੀਂਦਾ, ਨਾ ਪੱਠੇ ਚੜਦਾ, ਨਾ ਨਿਹਾਰੀ ਚੜਦਾ। ਇਸ ਪਾਸਿਓਂ ਦਿਲਬਾਗ ਦੇ ਅੱਖਾਂ 'ਚੋਂ ਆਸੂ ਵਹਿ ਰਹੇ ਹੈ, ਉਸ ਪਾਸੇ ਲਾਹੌਰ ਆਪਣੇ ਨਾਲ ਦੇ ਭਰਾ ਨੂੰ ਯਾਦ ਕਰ ਕਰਕੇ ਕੀ ਹੋਇਆ ਜੇ ਜਾਨਵਰ ਹੈ, ਉਹ ਗੁਲਬਾਗ ਰੋ ਰਿਹਾ। ਜੋ ਕੁੜਵਾਲ ਸੀ ਬਾਬਾ ਜੇਠਾ ਸਿਓਂ, ਉਹ ਬਾਬਾ ਜੇਠਾ ਜੀ ਸ਼ਹਿਨਸ਼ਾਹ ਦੀ ਹਾਜ਼ਰੀ 'ਚ ਆ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ 3 ਦਿਨ ਹੋ ਗਏ, ਮੈਂ ਬੜੇ ਭੁਲੇਖੇ ਦੇ ਕੇ ਬਦਲ ਬਦਲ ਕੇ ਨਿਹਾਰੀ ਤੁਹਾਡੇ ਇਸ ਕੋਤਲ ਨੂੰ ਚਪਾਈ ਹੈ, ਪਰ ਪਤਾ ਨਹੀਂ 3 ਦਿਨ ਹੋ ਗਏ ਇਸਨੇ ਇੱਕ ਪੱਠਾ ਨਹੀਂ ਡੰਗਿਆ, ਨਾ ਇਸਨੇ ਮਲੀਦਾ ਖਾਧਾ, ਨਾ ਦਾਣਾ ਚਰਿਆ, ਮੈਂ ਚੂਰੀ ਵੀ ਕੁੱਟ ਕੇ ਪਾਇਆ ਚੂਰਮਾ, ਇਸ ਕਰਕੇ ਹਰ ਵੇਲੇ ਪੌੜ ਮਾਰੀ ਜਾਂਦਾ, ਹਿਣਕੀ ਜਾਂਦਾ, ਅੱਖਾਂ 'ਚੋਂ ਪਾਣੀ ਵਗੀ ਜਾਂਦਾ, ਅਤੇ ਇਹ ਤਾਂ 2-3 ਦਿਨਾਂ 'ਚ ਹੀ ਬੜਾ ਉਦਾਸ ਹੋ ਗਿਆ, ਇਹਦਾ ਕੋਈ ਪ੍ਰਬੰਧ ਸੋਚਣਾ ਚਾਹੀਦਾ, ਜਾਂ ਤਾਂ ਇਹਦੇ ਨਾਲ ਦਾ ਘੋੜਾ ਲਿਆਵੋ, ਅਤੇ ਨਹੀਂ ਫਿਰ ਇਹਨੂੰ ਵੀ ਉੱਥੇ ਛੱਡਿਆਓ, ਇਹਨਾਂ ਦਾ ਵਿਛੋੜਾ ਨਾ ਪਾਓ। ਆਓ ਪਿਆਰੋ ਸ਼ਹਿਨਸ਼ਾਹ ਛੇਵੇਂ ਪਾਤਸ਼ਾਹ ਦੀ ਹਾਜ਼ਰੀ 'ਚ ਆ ਕੇ ਭਾਈ ਜੇਠਾ ਜੀ ਜੋ ਕੁਝ ਕਹਿੰਦੇ ਆ ਇਸ ਨਜ਼ਮ ਦੇ ਵਿੱਚੋਂ ਆਪ ਸਰਵਨ ਕਰੋਗੇ। ਜੇਠਾ ਜੀ ਕੜਵਾਲ ਨੇ ਆਣ ਕਹੀ ਗੱਲ ਹੋਰ,
ਕੋੜਾ ਨੀਰਾ ਨਾ ਚਰੇ ਹਿਣਕਣ ਉੱਪਰ ਜੋਰ ਉਹ ਹੱਥ ਬੰਨ ਕੇ ਸੁਣਾਉਂਦਾ ਨਾ ਫੋਰਾ ਕੋਲੇ ਗੁਰੂ ਸਾਹਿਬ ਦੇ ਖੜਾ ਦਿਲ ਬਾਗ ਦਾ ਕਰਿਆ ਵਿਆ ਬਾਲਾ ਸਫੋਰਾ ਹੋਇਆ ਵਿਆ ਉਦਾਸ ਬੜਾ ਤੁਸੀਂ ਮੰਨਣਾ ਯਕੀਨ ਮੇਰੀ ਗੱਲ ਦਾ ਕਾਹੇ ਸੱਚ ਦਾਸ ਗੁਰੂ ਖੜਾ ਉਤਰਿਆ ਬਸ਼ੇਰਾ ਕੱਲ ਦਾ ਚਾਰ ਦਨ ਕਾਸ ਗੁਰੂ ਲਿਆਂਦਾ ਸੱਦ ਕੇ ਵਗਾਰੀ ਵੇੜਿਓ ਨੀਰੇ ਦੀ ਲਿਆ ਪਰ ਬਾਕੀ ਚਾਰੇ ਦੀ ਚਰੀ ਵੱਢ ਕੇ ਲਿਆਂਦੀ ਨੇੜਿਓ ਬਈ ਕੋਈ ਕੋਈ ਡਾਲ ਗੁਆਰੇ ਦੀ ਦੂਜਾ ਸੇਵਕ ਸਵਜ ਮੁਠ ਕੱਲ ਦਾ ਹਾਸ਼ਟ ਕਲਾਸ ਗੁਰੂ ਖੜਾ ਉਤਰਿਆ ਬਸ਼ੇਰਾ ਕੱਲ ਦਾ ਚਾਰ ਦਨ ਕਾਸ ਗੁਰੂ ਹੋਰ ਤਾਂ ਕਾਢਿਆ ਚਾਰੀ ਲੰਗਰ ਬਥੇਰੇ ਸੀਤੇ ਸੁੰਘ ਕੇ ਖੜੋ ਗਿਆ ਦੂਰ ਜੀ ਪਾਏ ਕੁੱਟ ਕੇ ਹਜੂਰ ਮਲੀ ਦੇਤੇ ਬੱਠਲ ਟਕਾ ਤਾ ਪੂਰ ਜੀ ਕੋਲੇ ਪਾਰਿਆ ਪਿਆ ਬਾਲਟਾ ਜਲ ਦਾ ਕਿੱਥੇ ਗਈ ਪਿਆਸ ਗੁਰੂ ਖੜਾ ਉਧਰ ਬਸ਼ੇਰਾ ਕੱਲ ਦਾ ਚਾਰ ਦਨ ਕਾਸ ਗੁਰੂ ਕੋਲੇ ਕਾ ਕੱਢ ਤਾ ਛਾਣ ਕੇ ਤੂੜੀ ਇਸ ਦੀ ਖਰਾ ਕੇ ਜੁਗਰੀ ਦਾਣਾ ਦਾਣਾ ਕੇ ਲਿਆਈ ਬੂੜੀ ਨੀਰੇ ਦੀ ਰਲਾਤੀ ਟੋਕਰੀ ਕੋੜਾ ਹੋਰ ਨਾ ਕਿਸੇ ਦੇ ਨਾਲ ਰਲਦਾ ਖੜ ਦਾਣਾ ਪਾਸ ਗੁਰੂ ਖੜਾ ਉਧਰ ਬਸ਼ੇਰਾ ਕੱਲ ਦਾ ਚਾਰ ਦਨ ਕਾਸ ਗੁਰੂ ਉਹ ਲਿਆ ਕੇ ਟਿੱਬੇ ਤੋਂ ਬਛਾਤਾ ਰੇਤਾ ਲੇਟਣੇ ਨੂੰ ਦਿਲ ਬਾਗ ਦੇ ਉੱਠ ਵਧੀਆ ਮਸਾਲਾ ਦੇਤਾ ਇਸ ਨੂੰ ਸਵੇਰੇ ਜਾਗ ਕੇ ਕਿਸੇ ਵੇਲੇ ਨਹਿਣ ਕਣੋ ਟਲ ਦਾ ਤੋੜ ਦਿੱਤੀ ਲਾਸ ਗੁਰੂ ਖੜਾ ਉਧਰ ਵਸ਼ੇਰਾ ਕੱਲ ਦਾ ਚਾਰ ਦਨ ਕਾਸ ਗੁਰੂ ਉਹ ਬਾਬੂ ਚਾਰਨੀ ਗੋਰਾਂ ਦੇ ਨਿਮ ਦਾ ਜੇਠਾ ਸਿਉ ਫਰਿਆਦ ਕਰੇ ਨੀਵੀਂ ਸੱਟ ਅੱਖੀਆਂ ਚੋਰਤ ਸਿਮਦਾ ਨਾਲ ਦੇ ਨੂੰ ਯਾਦ ਕਰੇ ਨੈਣੋ ਠਣਕ ਠਣਕ ਜਲ ਚੱਲਦਾ ਟੁੱਟ ਗਏ ਹਰਾਸ ਗੁਰੂ ਖੜਾ ਉਧਰ ਵਸ਼ੇਰਾ ਕੱਲ ਦਾ ਚੜਦਾ ਨਾ ਕਾਸ ਗੁਰੂ ਬਾਬਾ ਜੇਠਾ ਜੀ ਨੇ ਸ਼ਹਿਨਸ਼ਾਹਾਂ ਦੀ ਹਾਜ਼ਰੀ ਚ ਆ ਕੇ ਭਰੇ ਗਲੇ ਨਾਲ ਦੁਖਾਂਤ ਭਰਿਆ ਇਹ ਸੀਨ ਪੇਸ਼ ਕੀਤਾ ਦੋ ਜਹਾਨ ਦੇ ਮਾਲਕੋ ਤੁਸੀਂ ਤਾਂ ਬੇਪਰਵਾਹ ਹੋ ਬੇਪਰਵਾਹੀ ਦੇ ਮਾਲਕ ਹੋ ਮੇਰਾ ਦੁੱਖ ਸੁਣ ਲਓ ਮੈਂ ਹਾਰ ਕੇ ਤੁਹਾਡੀ ਖਿਦਮਤ ਵਿੱਚ ਪਹੁੰਚਿਆ ਮੈਂ ਬਹੁਤ ਚਾਰਾ ਕੀਤਾ ਬੜੀ ਕੋਸ਼ਿਸ਼ ਕੀਤੀ ਪਰ ਹੁਣ ਮੇਰੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ ਮੈਂ ਆਪਣੀ ਪੂਰੀ ਵਾਹ ਲਾ ਕੇ ਥੱਕ ਚੁੱਕਾ ਹਾਂ ਘੋੜੇ ਨੇ ਕਿਸੇ ਸ਼ੈ ਨੂੰ ਮੂੰਹ ਨਹੀਂ ਲਾਇਆ ਇਸ ਕਰਕੇ ਸੱਚੇ ਪਾਤਸ਼ਾਹ ਉਹ ਤਾਂ ਪੌੜ ਮਾਰ ਮਾਰ ਕੇ ਜ਼ਮੀਨ ਪੱਟੀ ਜਾਂਦਾ ਜੱਕ ਨਾਲ ਇੱਕ ਸਕਿੰਟ ਵੀ ਇੱਕ ਜਗ੍ਹਾ ਨਹੀਂ ਖਲੋਂਦਾ ਕੰਨ ਵਿੜਕੇ ਭੰਨਦਾ ਅੱਖਾਂ 'ਚੋਂ ਜਲ ਚੱਲਦਾ ਇਸ ਕਰਕੇ ਉਹ ਤਾਂ ਸੁੱਕ ਕੇ ਤਾਂਬਾ ਹੋ ਗਿਆ ਜੇ ਇਸੇ ਤਰ੍ਹਾਂ ਦੋ ਤਿੰਨ ਦਿਨ ਹੋਰ ਰਿਹਾ ਤਾਂ ਇਹ ਘੋੜਾ ਬਚ ਨਹੀਂ ਸਕੇਗਾ ਏਦੂ ਚੰਗਾ ਇਸ ਦੀ ਜਾਨ ਬਚ ਰਹੇ ਇਸ ਨੂੰ ਲਾਹੌਰ ਦੇ ਨੇੜੇ ਜਾ ਕੇ ਛੱਡ ਦੇਣਾ ਚਾਹੀਦਾ ਜਾਂ ਫਿਰ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਦੇ ਨਾਲ ਦੇ ਗੁਲਬਾਗ ਨੂੰ ਵੀ ਮੰਗਾ ਲਓ ਜੋਜੀ ਪਾਤਸ਼ਾਹ ਕਹਿਣ ਲੱਗੇ ਠੀਕ ਭਾਈ ਜੇਠਾ ਜੀ ਤੇਰੀ ਗੱਲ ਦਰੁਸਤ ਹੈ ਜਾਂ ਤਾਂ ਜੋੜੀ ਨੂੰ ਇਕੱਠੀ ਕਰ ਦੇਣਾ ਚਾਹੀਦਾ ਜ਼ਰੂਰ ਆ ਜਾਵੇਗਾ ਦੂਸਰਾ ਘੋੜਾ ਵੀ ਆ ਜਾਵੇਗਾ ਪਿਆਰੋ ਰਾਤ ਪੈ ਗਏ ਇਸੇ ਤਰ੍ਹਾਂ ਸਿੱਖ ਸੰਗਤਾਂ ਨੇ ਗੱਲਾਂ ਬਾਤਾਂ ਕਰਕੇ ਰਾਤ ਬਿਤਾਈ ਸੋਭਾ ਦਾ ਦੀਵਾਨ ਸਜਿਆ ਜਿਸ ਤਰ੍ਹਾਂ ਹਮੇਸ਼ਾ ਦੀਵਾਨ ਸਜਦਾ ਹੁੰਦਾ ਸੀ ਚੋਜੀ ਪਾਤਸ਼ਾਹ ਦਾ ਦਰਬਾਰ ਸਜ ਗਿਆ ਸਾਰੇ ਬਹਾਦਰ ਸਾਰੀਆਂ ਸਿੱਖ ਸੰਗਤਾਂ ਬੈਠੀਆਂ ਹਨ ਚੋਜੀ ਪਾਤਸ਼ਾਹ ਨੇ ਫਿਰ ਸਟੇਜ 'ਤੇ ਉੱਠ ਕੇ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿੱਚ ਇੱਛਾ ਜ਼ਾਹਰ ਕੀਤੀ ਬਹਾਦਰੋ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਬੜਾ ਅਫਸੋਸ ਹੈ
ਇਸ ਕਰਕੇ ਇੱਕ ਘੋੜਾ ਤਾਂ ਲਿਆਂਦਾ ਆ ਗਿਆ, ਬਹੁਤ ਚੰਗੀ ਗੱਲ ਹੋਈ। ਪਰ ਜਿੰਨਾ ਚਿਰ ਦੂਸਰਾ ਘੋੜਾ ਨਹੀਂ ਆਉਂਦਾ ਉਨਾ ਚਿਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਮੈਂ ਉਪਰਾਮ ਰਵਾਂਗਾ, ਸ਼ਾਇਦ ਤੁਸੀਂ ਸਾਰੀਆਂ ਸੰਗਤਾਂ ਇਸ ਗੱਲ ਦੇ ਨਾਲ ਸਹਿਮਤ ਹੋਵੋ। ਆਓ ਪਿਆਰਿਓ, ਬਾਬਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀਆਂ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਜੋ ਗੱਲਾਂ ਕਹਿੰਦੇ ਹਨ ਉਹ ਇਸ ਨਜ਼ਮ ਦੇ ਵਿੱਚੋਂ ਆਪ ਸਰਵਨ ਕਰੋਗੇ। ਘੋੜਾ ਨੀਰਾ ਨਾ ਚਰੇ ਕੁਲ ਸਿੱਖ ਕਰਨ ਦਰੇਗਾ, ਰੱਖਤੀ ਕੱਢ ਕੇ ਮਿਆਨ ਚੋਂ ਗੁਰਾਂ ਦੁਬਾਰਾ ਤੇਗਾ। ਗੁਰ ਜੀ ਦਾ ਚੂਲੇ ਚੰਡਾ ਮਿਆਨੋ ਕੱਢ ਰੱਖਤਾ ਖੰਡਾ, ਪਾਨਾ ਦਾ ਬੀੜਾ ਲਾ ਕੇ ਮਾਂ ਦਾ ਪੁੱਤ ਚੱਕ ਲੈ ਆ ਕੇ, ਕੋਈ ਜਾਗੇ ਸਿੱਖਾਂ ਦੇ ਵਿੱਚੋਂ ਸੂਰਾ ਬਥੇਰੀ ਹੋਈ, ਮੇਰਾ ਕਰ ਦਿਓ ਮਨੋਰਥ ਪੂਰਾ ਬਥੇਰੀ ਹੋਈ। ਮੇਰਾ ਦਿਲ ਬਾਗ ਸੋਹਣਾ ਪੈਦਾ ਨਾ ਕਰ ਕਰ ਹੋਣਾ, ਦਾਣਾ ਨਾ ਨੀਰਾ ਖਾਂਦਾ ਬਈ ਕੱਲ ਦਾ ਇਹਣ ਕੀ ਜਾਂਦਾ, ਕੋਈ ਚੱਬ ਦੇ ਮਾਰ ਲੋ ਗੇੜਾ ਲਾਹੌਰੋਂ ਲਿਆ ਦੇ, ਇਹਦੇ ਨਾਲ ਦਾ ਵਛੇਰਾ ਕਿਹੜਾ ਲਾਹੌਰੋਂ ਲਿਆ ਦੇ। ਚੜਦੇ ਰੋਵਾਂਗੇ ਗੁੱਸੇ ਫਾਲੇ ਦੇ ਫਾਲੇ ਵਾਂਗ ਤਪਗੇ ਜੁੱਸੇ, ਮੈਂ ਭਰ ਦੇ ਉੱਪਰ ਚੜ ਕੇ ਬਿਜਲੀ ਦੇ ਵਾਂਗੂ ਕੜਕੇ, ਉਹ ਆ ਗਿਆ ਜੋਸ਼ ਕਾਰਨ ਤਕਰੀਰਾਂ ਲਿਆ ਦੇ ਰਾਕੀ, ਕੋਈ ਜਵਾਨੋ ਬਣਾ ਦੇ ਤੀਰਾਂ ਲਿਆ ਦੇ ਰਾਕੀ। ਮਿੱਟੀ ਦੇ ਹੋ ਗਈ ਕਲਦੀ ਮੇਰੀ ਨਾ ਪੇਸ਼ ਚਲਦੀ, ਜਾਂਦੇ ਸਿਰ ਚੜਦੇ ਪਾਪੀ ਜੀ ਕੋਈ ਉੱਠ ਮਾਰੋ ਥਾਪੀ, ਮੋੜ ਮੋੜ ਕੇ ਛੇੜ ਦੇ ਚੇੜਾ ਲਾਹੌਰੋਂ ਲਿਆ ਦੇ, ਇਹਦੇ ਨਾਲ ਦਾ ਵਛੇਰਾ ਕਿਹੜਾ ਲਾਹੌਰੋਂ ਲਿਆ ਦੇ। ਗਬਰੂ ਟਿਕ ਜਿੱਡੇ ਜਿੱਡੇ ਦੁਸ਼ਮਣ ਤੋਂ ਡਰਦੇ ਕਿੱਡੇ, ਸਭਨਾ ਦੇ ਗਜ ਗਜ ਸੀਨੇ ਬਈ ਮੱਥੀਆਂ ਤੇ ਆਉਣ ਪਸੀਨੇ, ਨਹੀਂ ਉਧਰ ਕਿਸੇ ਦਾ ਨੱਕ ਟੁੱਕਦਾ ਵਾਗੇ ਨਾ ਜੇਰਾ, ਇੱਕ ਦੂਸਰੇ ਮਗਰ ਫਿਰੇ ਲੁੱਕਦਾ ਵਾਗੇ ਨਾ ਜੇਰਾ। ਲੈਂਦੇ ਕਿਉਂ ਫਿਰਦੇ ਤਰਲੇ ਕੱਢ ਕੇ ਜਿੰਦੇ ਹੱਥ ਤੇ ਤਰਲੇ, ਜਾ ਕੇ ਤੇ ਪਾੜ ਲਾ ਦੇ ਪਰ ਕੀਲੇ ਜੇ ਪਨਲੇ ਛਾ ਦੇ, ਜਾਵੇ ਮਾਰ ਡਾਰੀ ਜਿਹੜਾ ਲਾਹੌਰੋਂ ਲਿਆ ਦੇ, ਇਹਦੇ ਨਾਲ ਦਾ ਵਛੇਰਾ ਕਿਹੜਾ ਲਾਹੌਰੋਂ ਲਿਆ ਦੇ। ਨੀਵੀਂ ਕਿਉਂ ਪਾਲੀ ਜਵਾਨੋ ਬਈ ਨੀਵੀਂ ਕਿਉਂ ਪਾਲੀ ਜਵਾਨੋ, ਬੋਲੋ ਕੋਈ ਸੁਖਨ ਜਵਾਨੋ ਧਰਮ ਦੀ ਕਰ ਲੋ ਰਾਖੀ, ਕੋ ਗੱਲ ਲਖਦੀ ਆਖੀ ਸਾਡੀ ਅਣਖ ਖਤਮ ਕਿਉਂ ਹੋਈ ਦੇਲਾਂ ਦੇ ਕਹਿਰੋ, ਸਿੱਖ ਗੈਰਤ ਮੰਨੇ ਨਾ ਕੋਈ ਦੇਲਾਂ ਦੇ ਕਹਿਰੋ। ਰਾਂਝਣ ਤਾਂ ਚਾਰੇ ਮੱਜੀਆਂ ਪੁੱਲਾਂ ਦੇ ਉੱਤੇ ਵਜੀਆਂ, ਰੇਤਾ ਫਕਗਾਰ ਪੀਤੀ ਜੀ ਸਿਆਲਾਂ ਨੇ ਕਿਹੜੀ ਕੀਤੀ, ਵਿਆਹ ਕੇ ਹੀਰ ਨੂੰ ਲੈ ਗਿਆ ਖੇੜਾ ਲਾਹੌਰੋਂ ਲਿਆ ਦੇ, ਇਹਦੇ ਨਾਲ ਦਾ ਵਛੇਰਾ ਕਿਹੜਾ ਲਾਹੌਰੋਂ ਲਿਆ ਦੇ। ਨੀਵੀਂ ਕਿਉਂ ਪਾਲੀ ਬਾਬੂ ਬਾਬੂ ਕਿਉਂ ਟਾਲੀ ਤੇਰੀ, ਗੱਭਰੂ ਕਰੋ ਦਲੇਰੀ ਮੌਲੋ ਬੋਲੋ ਨਾ ਮਾਰਾਂ ਵਾਜਾਂ, ਸਿੱਖੀ ਨੂੰ ਲੱਗਦੀਆਂ ਲਾਜਾਂ, ਕੋਈ ਪਾਗੇ ਪਾਨ ਉਠਾ ਕੇ ਸ਼ਕਲੋ ਕਰੋ ਨਾ ਦੇਰਾਂ, ਆ ਕੇ ਤੇਜ ਸਭਾ ਦੇ ਵਿੱਚੋਂ ਚੱਕ ਲੋ ਕਰੋ ਨਾ ਦੇਰਾਂ। ਮੇਰੇ ਜੇ ਦਿਲ ਦੀ ਬੁਝਦੇ ਮੱਝਦੇ ਨਾ ਪਾਂਬੜਾ ਬੁਝਦੇ, ਦਿਲ ਦੇ ਵਿੱਚ ਲਾਟ ਬਲਦੀ ਬਈ ਲਿਆ ਦਿਓ ਗੁਲਬਾਗ ਜਲਦੀ, ਕਰੋ ਗੱਲ ਦਾ ਨਤਾਰਨ ਬੇੜਾ ਲਾਹੌਰੋ ਲਿਆ ਦੇ, ਇਹਦੇ ਨਾਲ ਦਾ ਵਛੇਰਾ ਕਿਹੜਾ ਲਾਹੌਰੋ ਲਿਆ ਦੇ। ਸਤਿਕਾਰਯੋਗ ਲੈਕ ਤੇ ਹੰਸ ਸਰੋਤਿਓ, ਦੋ ਜਹਾਨ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀਆਂ ਸਿੱਖ ਸੰਗਤਾਂ 'ਚ ਇਹ ਗੱਲਾਂ ਕਹੀਆਂ। ਦੁਸ਼ਮਣਾਂ ਦਾ ਬੜਾ ਦਬਦਬਾ ਸੀ, ਇਹ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੀ ਦੇਣ ਹੈ ਇਸ ਕੌਮ ਨੂੰ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਮਗਰੋਂ ਦੁਸ਼ਮਣਾਂ ਦੇ ਨਾਲ
ਦੋ ਹੱਥ ਕੀਤੇ, ਚਾਰ ਬਹੁਤ ਵੱਡੀਆਂ ਜੰਗਾਂ ਲੜੀਆਂ ਅਤੇ ਉਹਨਾਂ ਚੌਹਾਂ ਜੰਗਾਂ 'ਚ ਦੁਸ਼ਮਣ ਦਾ ਲੱਕ ਤੋੜਵੀਂ ਹਾਰ ਦਿੱਤੀ। ਮੈਂ ਬੇਨਤੀ ਕਰ ਰਿਹਾ ਸਾਂ, ਨਵੀਂ ਨਵੀਂ ਸੰਗਤ ਸੀ, ਬਾਬਾ ਜੇਠਾ, ਬਾਬਾ ਸ਼ੀਹਾਂ, ਬਾਬਾ ਭੱਲਣ, ਬਾਬਾ ਪ੍ਰਤਾਪਾ, ਬਾਬਾ ਬਿਧੀ ਚੰਦ, ਭਾਵੇਂ ਸਰਦੂਲੇ ਜਰਨੈਲ ਸਨ ਸੈਨ ਸ਼ਾਹਾਂ ਦੀ ਫੌਜ ਦੇ ਵਿੱਚ, ਪਰ ਫਿਰ ਵੀ ਜਿਹੜੀ ਫੌਜ ਨੇ ਇਕੱਠਿਆਂ ਹੋ ਕੇ ਲੜਾਈ ਲੜਨੀ ਹੈ ਉਹ ਗੱਲ ਹੋਰ ਹੈ। ਜਿਹੜਾ ਕਿਸੇ ਇੱਕ ਵਿਅਕਤੀ ਦਾ ਕਿਸੇ ਥਾਂ ਪਹੁੰਚਣਾ ਕਿਸੇ ਮਕਸਦ ਵਾਸਤੇ, ਕਿਸੇ ਕੰਮ ਵਾਸਤੇ, ਇਹ ਬਹੁਤ ਕਠਿਨਾਈ ਦੀ ਗੱਲ ਹੈ। ਪਿਆਰਿਓ, ਬਿਧੀ ਚੰਦ ਤਾਂ ਆਪਣੀ ਡਿਊਟੀ ਨਿਭਾ ਕੇ ਆ ਚੁੱਕਾ ਸੀ ਅਤੇ ਦੂਸਰਿਆਂ ਨੂੰ ਫਿਕਰ ਪੈ ਗਿਆ ਬਈ ਬਿਧੀ ਚੰਦ ਤਾਂ ਬਹੁਤ ਹਿੰਮਤੀ ਅਤੇ ਬਹੁਤ ਜੁਗਤੀ ਇਨਸਾਨ ਹੈ, ਇਹ ਦੁਸ਼ਮਣਾਂ ਦੇ ਅੱਖੀਂ ਘੱਟਾ ਪਾ ਕੇ ਘੋੜਾ ਲੈ ਆਇਆ। ਹੁਣ ਦੁਸ਼ਮਣ ਹੋਏ ਆ ਚਕੰਨੇ, ਉਹਨਾਂ ਦੇ ਪ੍ਰਬੰਧ ਬਹੁਤ ਮਜ਼ਬੂਤ ਕੀਤੇ ਹੋਏ ਹੈ ਅਤੇ ਬਈ ਹੁਣ ਤਾਂ ਉੱਥੇ ਪਹੁੰਚਣਾ ਮੌਤ ਨੂੰ ਵਾਰੰਟ ਦੇਣ ਵਾਲੀ ਗੱਲ ਹੈ, ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ। ਇਸ ਕਰਕੇ ਸਭ ਗੋਡਿਆਂ 'ਚ ਸਿਰ ਪਾਈ ਬੈਠੇ ਹੈ, ਨੀਵੀਂ ਪਾਈ ਬੈਠੇ ਹੈ। ਚੋਜੀ ਪਾਤਸ਼ਾਹ ਨੇ ਬਹੁਤ ਕਰੜੀਆਂ ਗੱਲਾਂ ਕਹੀਆਂ, ਫਿਰ ਵੀ ਕਿਸੇ ਦਾ ਖੂਨ ਨਾ ਖੋਲਿਆ। ਚੋਜੀ ਪਾਤਸ਼ਾਹ ਨੇ ਦੇਖਿਆ, ਮੈਂ ਤਾਂ ਇਹਨਾਂ ਦੇ ਮਨਾਂ 'ਚ ਬਹੁਤ ਕੁੱਟ ਕੁੱਟ ਕੇ ਰੋਜ਼ ਅਣਖ ਭਰ ਰਿਹਾ, ਇਸ ਕੌਮ ਨੂੰ ਬਲਵਾਨ ਬਣਾਉਣਾ ਚਾਹੁੰਦਾ ਹਾਂ, ਇਹਨਾਂ ਦਾ ਖੂਨ ਏਡੀ ਛੇਤੀ ਠੰਡਾ ਕਿਉਂ ਪੈ ਗਿਆ। ਦੁਬਾਰੇ ਚੋਜੀ ਪਾਤਸ਼ਾਹ ਫਿਰ ਦੂਰ ਪਾਉਣ ਲੱਗੇ, ਉਹ ਫਿਰ ਆਧਾਰ ਨਾ ਦੇ ਕੇ ਕਹਿੰਦੇ ਹੈ, ਉਹ ਦੁਸ਼ਮਣਾਂ ਨੇ ਸਾਡੇ ਸਿਰ ਭਾਜੀ ਚਾੜੀ ਹੈ, ਉੱਠੋ ਕੋਈ ਸੂਰਮਾ, ਉਹਦੇ 'ਤੇ ਗੁਰੂਆਂ ਦੀਆਂ ਬਹੁਤ ਰਹਿਮਤਾਂ ਹੋਣਗੀਆਂ, ਗੁਰੂਆਂ ਦੀਆਂ ਬਖਸ਼ਿਸ਼ਾਂ ਹੋਣਗੀਆਂ, ਪਰ ਅਸੀਂ ਕਲਯੁਗੀ ਜੀਵ ਸਮਝ ਨਹੀਂ ਨਾ ਸਕਦੇ। ਆਓ ਪਿਆਰੋ, ਗੁੱਸੇ ਭਰੇ ਸ਼ਬਦ ਜੋ ਦੁਬਾਰੇ ਚੋਜੀ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਹੈ ਇਹ ਸਰਵਨ ਕਰੋ, ਇਹ ਕਵਿਤਾ ਕਹਿ ਕੇ ਸਮਾਂ ਹੋਣ ਵਾਲਾ ਸਮਾਪਤ ਕਰਾਂਗੇ। ਕੱਲ੍ਹ ਦੇ ਦੀਵਾਨ 'ਚ ਗੁਰੂ ਕਿਰਪਾ ਕਰੇ ਆਪਾਂ ਇਸ ਸਾਰੀ ਸਟੋਰੀ ਨੂੰ ਸਿਰੇ ਚੜ੍ਹਾ ਦਿਆਂਗੇ। ਬਾਬਾ ਬਿਧੀ ਚੰਦ ਹੀ ਉੱਠੇਗਾ, ਉਹੀ ਦੂਸਰਾ ਕੋੜਾ ਲਿਆਏਗਾ ਨਜੂਮੀ ਬਣ ਕੇ। ਆਓ ਤਵੱਜੋ ਨਾਲ ਸਰਵਨ ਕਰੋ ਸਾਰੇ ਸੂਰਮਿਆਂ ਨੂੰ, ਦੁਬਾਰੇ ਦੋ ਜਹਾਨ ਦੇ ਵਾਲੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਰ੍ਹਾਂ ਵੰਗਾਰਨ ਲੱਗੇ। ਪਾਗੇ ਨੀਵੀ ਸੂਰਮੇ ਗਰਜ ਰਹੇ ਗੁਰਸਾਹਿਬ, ਡਰਿਆਂ ਨੂੰ ਨੀ ਛੋੜਦਾ ਕਾਸਮ ਵੇਗ ਨਵਾਬ। ਉਹਾਂ ਵੀ ਕੋੜੇ ਖੋਲੇ ਸੁੰਦਰ ਜਲੋ ਮਕਾਰ ਤਾ ਲਾਹੌਰ ਦੇ ਨਵਾਬ ਨੇ, ਲਿਆ ਕੇ ਬੀੜਾ ਪਾਨਾ ਦਾ ਸਭਾ ਚ ਤਾਰਤਾ ਹਰਗੋਬਿੰਦ ਸਾਹਿਬ ਨੇ। ਰੱਤ ਵੀ ਮਕਾ ਦੇ ਰੱਤ ਵੀ ਚ ਬੱਚੇ ਦੀ ਫੜੀ ਬੜੀ ਕਟਾਰੀ ਹੋ, ਲੋੜ ਪੈਗੀ ਗੁਰਾਂ ਨੂੰ ਮਰਦ ਬੱਚੇ ਦੀ ਜੋ ਪਾਰ ਆਪਕਾਰੀ ਹੋ। ਪਿਆਰੇ ਜਦੋਂ ਆ ਗਈ ਮੂਰਛਾ ਲਖਣ ਪੈ ਗਿਆ ਤੇ ਰੋਂਦੇ ਰਾਮ ਜੀ ਕਣੇ, ਹਨੂਮਾਨ ਚੱਕ ਕੇ ਪਹਾੜ ਲੈ ਗਿਆ ਤਮਾਮ ਬੂਟੀਆਂ ਸਣੇ। ਉਦੋਂ ਖੁਸ਼ੀ ਕੀਤੀ ਰੌਣ ਦੇ ਸ਼ਹਿਰ ਬੱਚੇ ਦੀ ਤੇ ਮਾਰੀ ਕਾਲਕਾਰੀ ਹੋ, ਲੋੜ ਪੈਗੀ ਗੁਰਾਂ ਨੂੰ ਮਰਦ ਬੱਚੇ ਦੀ ਜੋ ਪਾਰ ਆਪਕਾਰੀ ਹੋ। ਉਹ ਕੱਲੇ ਮਾਂ ਦੇ ਪੁੱਤ ਨੇ ਲੜਾਈ ਲਾੜ ਕੇ ਰਣਾ ਕਈਆਂ ਨੂੰ ਮੋੜਿਆ, ਆਪਾ ਮਨੂ ਵਾਂਗਰਾਂ ਦਲਾਂ ਚ ਵਾੜ ਕੇ ਚੱਕਰ ਵਿਓ ਨੂੰ ਤੋੜਿਆ। ਯਾਰੋ ਚੱਲ ਲਈ ਗੁਰਜ ਜੈਦ ਰਾਤ ਕੱਚੇ ਦੀ ਜਗ੍ਹਾ ਤੇ ਜਾਣ ਵਾਰੀ ਹੋ, ਲੋੜ ਪੈਗੀ ਗੁਰਾਂ ਨੂੰ ਮਰਦ ਬੱਚੇ ਦੀ ਜੋ ਪਾਰ ਆਪਕਾਰੀ ਹੋ। ਉਹ ਪਾਈਆਂ ਰਣੀ ਪਾਜੜਾਂ ਕੱਲੇ ਤੋਂ ਡਰ ਗਏ ਤੇ ਤਰ ਥੱਲ ਪਾਤੇ ਸੀ, ਪਾਣ ਤਾਂ ਚਲਾ ਗਿਆ ਨਰੋਦ ਵਰ ਗਏ ਅਸਰ ਪਜਾਤੇ ਸੀ। ਉਦੋਂ ਪੈ ਗਈ ਸੀ ਵਹੀਰ ਰਾਕਸ਼ਾਂ ਦੇ ਟੱਚੇ ਦੀ ਹੈ ਤਨ ਸ਼ਿਤਾਰੀ ਹੋ, ਲੋੜ ਪੈ ਗਈ ਗੁਰਾਂ ਨੂੰ ਮਰਦ ਬੱਚੇ ਦੀ ਜੋ ਪਾਰ ਆਪਕਾਰੀ ਹੋ। ਬਾਬੂ ਤਾੜ ਮਾਰੇ ਸ਼ੇਰ ਤੋੜਦਾ ਜਿਵੇਂ ਗੜੇ ਗਿੱਦੜ ਪਾੜ ਦੇ, ਸੂਰਮਾ ਨੇ ਜੈਮਲ ਚ ਤੋੜਦਾ ਜਿਵੇਂ ਜ਼ਮੀਨ ਨੂੰ ਰੰਗ ਚਾੜ ਦੇ। ਉਹ ਕਰਦੇ ਤਾਰੀਫ ਬਿਧੀ ਚੰਦ ਸੱਚੇ ਦੀ ਅੱਗੇ ਵੀ ਇੱਕ ਠਾਰੀ ਹੋ, ਲੋੜ ਪੈ ਗਈ ਗੁਰਾਂ ਨੂੰ ਮਰਦ ਬੱਚੇ ਦੀ ਜੋ ਪਾਰ ਆਪਕਾਰੀ ਹੋ। ਸਤਿਕਾਰਯੋਗ ਸਤਸੰਗੀਓ, ਭਾਵੇਂ ਤੀਸਰਾ ਸਾਥੀ ਸਾਡਾ ਅੱਜ ਢਿੱਲਾ ਮੱਠਾ ਸੀ, ਨਹੀਂ ਹਾਜ਼ਰ ਹੋ ਸਕਿਆ, ਫਿਰ ਵੀ ਸੰਗਤਾਂ ਨੇ ਨਿਹਾਇਤ ਖਮੋਸ਼ੀ ਨਾਲ ਰੋਜ਼ ਦੀ ਤਰ੍ਹਾਂ ਬੈਠ ਕੇ ਮੀਰੀ ਪੀਰੀ ਦੇ ਮਾਲਕ ਦੇ ਇਤਿਹਾਸ ਦੀ ਕੜੀ ਨੂੰ ਅਤੇ ਬਾਬਾ ਬਿਧੀ ਚੰਦ ਬਹਾਦਰ ਦੀ ਬਹਾਦਰੀ ਦੇ ਸਾਚੇ ਨੂੰ ਗੌਹ ਨਾਲ ਸਰਵਨ ਕੀਤਾ। ਮੈਂ ਤੁਹਾਡਾ ਅਤਿ ਰਿਣੀ ਅਤੇ ਮਸ਼ਕੂਰ ਅਤੇ ਧੰਨਵਾਦੀ ਹਾਂ ਜਿਸ ਜਿਸ ਮਾਈ ਭਾਈ ਨੇ
ਇਤਿਹਾਸ ਦਾ ਸਤਿਕਾਰ ਕਰਦਿਆਂ ਮਾਣ ਕਰਦਿਆਂ ਆਪਣੀ ਨੇਕ ਕਮਾਈ 'ਚੋਂ ਬੇਅੰਤ ਮਾਇਆ ਭੇਜੀ ਹੈ। ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੇ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੇ, ਗੁਰੂ ਘਰ ਨਾਲ ਗੰਢ ਪਵੇ, ਦਰੋਂ ਘਰੋਂ ਆਪਣੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਮਹਾਨ ਕਲਯੁੱਗ ਦੀ ਦਾਤ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਿਸ਼ ਕਰੇ, ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਹੈ ਖਜ਼ਾਨੇ ਮਾਲੋ ਮਾਲ ਕਰੇ। ਇੰਨੇ ਕੁਝ ਕਹਿੰਦੇ ਖਿਮਾ ਦੇ ਜੱਜ ਕਰ, ਕੱਲ੍ਹ ਦੇ ਦੀਵਾਨ 'ਚ ਫਿਰ ਹਾਜ਼ਰੀ ਭਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਸਥਿਤ ਮਾਨਯੋਗ ਸਾਧ ਸੰਗਤ ਜੀ, ਭਾਈ ਸਾਹਿਬ ਬਸੰਤ, ਭਾਈ ਸਾਹਿਬ ਜੀ ਨੇ ਆਪ ਜੀ ਨੂੰ ਕਿਸੇ ਦੁਆਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੇਰੀ ਪੀਰ ਦੇ ਮਾਲਕ ਦੀ ਗਾਥਿਆ ਸੁਣਾਈ ਹੈ, ਕਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਆਪਣੇ ਘੋੜੇ ਵਾਪਸ ਲਏ, ਉਹਨਾਂ ਘੋੜਿਆਂ ਦੇ ਵਾਸਤੇ ਜੰਗ ਹੋਈ ਬੜੀ ਭਾਰੀ। ਗੁਰੂ ਮਹਾਰਾਜ ਨੇ 4 ਜੰਗ ਲੜੇ ਹਨ, ਲਹਿਰੇ ਗਾਗੇ ਦੀ ਜੰਗ, ਅੰਮ੍ਰਿਤਸਰ ਦੀ ਜੰਗ, ਔਰ ਕਰਤਾਰਪੁਰ ਦੀ ਜੰਗ, ਔਰ ਹਰਗੋਬਿੰਦਪੁਰੇ ਦੀ ਜੰਗ। ਗੁਰੂ ਮਹਾਰਾਜ ਨੇ 4 ਜੰਗਾਂ ਦੇ ਵਿੱਚ ਸ਼ਾਹਜਹਾਨ ਦੇ ਬਾਦਸ਼ਾਹ ਦੇ ਭਜਨ ਉੱਤੇ ਜਿੱਤ ਪ੍ਰਾਪਤ ਹੋਈ, ਔਰ ਗੁਰੂ ਮਹਾਰਾਜ ਅਤਿ ਬਹਾਦਰ ਸਨ ਗੁਰਮਾਨੇ ਨੇ, ਔਰ ਗੁਰੂ ਮਹਾਰਾਜ ਸਿੱਖਾਂ ਨੂੰ ਇੱਕ ਸ਼ਕਤੀ ਦਿੱਤੀ ਮੇਰੇ ਬਾਲਕ ਨੇ, ਪਰ ਸਿੰਘਾਂ ਨੂੰ ਇੱਕ ਮਾਰਸ਼ਲ ਫੋਮ ਬਣਾਇਆ। ਭਾਈ ਸਾਹਿਬ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਇਹਨਾਂ ਨੇ ਸਾਕਾ ਸੁਣਿਆ, ਕੱਲ੍ਹ ਨੂੰ ਪੂਰਨ ਕਰਨਗੇ। ਦੂਸਰੇ ਇਹ ਇੱਕ ਇਸ਼ਤਿਹਾਰ ਹੈ ਜਿਹੜੇ ਮੁਲਕੋਂ ਆਇਆ ਹੈ, ਚੰਡੀਗੜ੍ਹ ਦੇ ਗੁਰਦੁਆਰੇ ਵਿੱਚ ਬਾਜ਼ ਦੇ ਦਰਸ਼ਨ, ਹਜ਼ਾਰਾਂ ਸੰਗਤਾਂ ਨੇ ਹਮਵਾ ਕੇ ਕੁਦਰਤ ਦਾ ਕਰਿਸ਼ਮਾ ਦੇਖਿਆ। ਇਹ ਸ਼ਾਇਦ ਬਾਹਰ ਵੀ ਆਪਣੇ ਗੁਰਦੁਆਰੇ ਦੇ ਕਾਊਂਟਰ ਉੱਤੇ ਪਏ ਹੋਣਗੇ, ਆਪ ਨੂੰ ਮਿਲ ਜਾਣਗੇ। ਇਹਦੇ ਵਿੱਚ ਲਿਖਿਆ ਇਹ ਹੈ ਕਿ 21 ਜੁਲਾਈ ਨੂੰ ਆਹ ਬਾਜ਼ ਹੈ ਜਿਹੜਾ ਗੁਰਦੁਆਰਾ ਚੰਡੀਗੜ੍ਹ ਦੇ ਸੈਕਿੰਡ ਆਪਣੇ ਸਟੋਰੀ ਦੇ ਉੱਤੇ ਬੈਠਾ ਸੀ, ਸੰਗਤਾਂ ਨੇ ਰੋਜ਼ ਦਰਸ਼ਨ ਇਸਦੇ ਕੀਤੇ। ਇਹ ਦਿੱਲੀ ਦੇ ਗੁਰਦੁਆਰੇ ਕਾਬਗੰਜ ਦੇ ਵਿੱਚ, ਮੋਤੀ ਬਾਗ ਦੇ ਵਿੱਚ, ਬੰਗਲਾ ਸਾਹਿਬ ਦੇ ਵੀ ਦਰਸ਼ਨ ਹੋਏ, ਅੰਮ੍ਰਿਤਸਰ ਦੇ ਵੀ ਦਰਸ਼ਨ ਹੋਏ। ਜਦੋਂ ਆਪਣੇ ਪੰਥ ਦੇ ਉੱਤੇ ਕੋਈ ਵੀ ਆਪਣੇ ਇਸ ਤਰ੍ਹਾਂ ਦੀ ਆਉਂਦੀ ਹੈ, ਮੁਸੀਬਤ ਆਉਂਦੀ ਹੈ, ਬਾਬ ਦੇ ਦਰਸ਼ਨ ਹੁੰਦੇ ਹਨ। ਗੁਰੂ ਦੇ ਬਾਗ ਦੇ ਮੌਕੇ ਉੱਤੇ ਵੀ ਸੰਗਤਾਂ ਨੂੰ ਬਾਬ ਦੇ ਦਰਸ਼ਨ ਹੋਏ, ਉਤਸ਼ਾਹ ਮਿਲਿਆ, ਮੋਰਚਾ ਜਿੱਤਿਆ ਗਿਆ। ਔਰ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਅਸੀਂ ਆਪ ਦਰਸ਼ਨ ਕੀਤੇ ਨੇ, ਅਕਾਲ ਤਖਤ ਦੇ ਨਿਸ਼ਾਨ ਸਾਹਿਬ ਦੇ ਉੱਤੇ ਬੈਠੇ ਹੋਏ ਬਾਬ ਦੇ, ਹੁਣ ਵੀ ਬਾਬ ਦੇ ਦਰਸ਼ਨ ਦਿੱਤੇ ਨੇ। ਉਮੀਦ ਹੈ ਗੁਰੂ ਮਹਾਰਾਜ ਜੀ ਪੰਥ ਦੀ ਚੜ੍ਹਦੀ ਕਲਾ ਰੱਖਣਗੇ ਔਰ ਸਹਾਇਤਾ ਕਰਨਗੇ, ਔਰ ਗੁਰੂ ਮਹਾਰਾਜ ਜੀ ਆਪ ਸਹਾਇਤਾ ਦੇ ਕੇ ਪੰਥ ਦੀ ਜੀਤ ਕਰਨਗੇ, ਫਤਿਹ ਕਰਨਗੇ। ਇਹ ਇਸ਼ਤਿਹਾਰ ਜਿਹੜੇ ਹਨ ਬਾਹਰ ਪਏ ਹੋਣਗੇ ਲੈ ਜਾਣੇ, ਉਸ ਪੜ੍ਹ ਚੰਗੀ ਤਰ੍ਹਾਂ ਪੜ੍ਹਨੇ ਦੇ ਵੀ ਸਭ ਕੁਝ ਲਿਖਿਆ ਹੋਇਆ ਹੈ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ। ਅਤੇ ਹੁਣ ਦਿਵਾਲਾ ਜੀ ਆਪਣੇ ਇਹਨੂੰ ਸਾਨੂੰ ਪਾਠ ਕਰਕੇ ਫਿਰ ਅਰਦਾਸ ਵਿੱਚ ਕੀਤੀ ਹੈ। ਹੱਥਾਂ ਵਿੱਚ ਕਰਨ ਕਤਾਰਾਂ ਮੁਜਰੇ, ਇੱਕ ਥਾਪੜ ਥਾਪੜ ਕੇ ਬਾਹਰ ਕੱਢ ਰੱਖੀਆਂ ਤਲੀ ਦੇ ਜਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਬੱਬ ਦਰਦ ਦੀਪ ਸਿੰਘ ਨੇ ਮਾਲਵਿਓਂ ਗੱਭਰੂ ਲਿਆਂਦੇ ਚੁਣ ਕੇ, ਜਿਵੇਂ ਸਰਪ ਬੀਨ ਤੇਗੀ ਮੇਲ ਦੇ ਸ਼ਬਦ ਚੌਂਕੀਆਂ ਸੁਣ ਕੇ, ਨਾ ਡਰਦੇ ਮਰਨੇ ਤੋਂ ਸੂਰ ਮਾਤਾ ਦਾ ਬਹਾਦਰ ਨਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਫੜੇ ਕਿਰਦਣ ਦੰਦੀਆਂ ਜੀ ਆਕੜੇ ਗਾਟੇ ਫਰਕ ਦੇ ਬਾਜੂ, ਬਣ ਮੀਂਹ ਵਾਂਗ ਬਰਸਣਗੇ ਕੱਢਣ ਅਸਮਾਨ ਹਨੇਰੀ ਆਜੂ। ਕਦ ਗੋਲਡਨ ਟੈਬਲ ਜੀ ਬਣਾ ਕਰ ਕਹਿਰ ਦੌਰਾਨੀ ਖਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਪਮਾਇਣ ਸਵਾਲੀਆਂ ਜੀ ਕਦੇ ਨਾ ਡਰ ਕੇ ਮੌਤ ਤੋਂ ਲੁਕੀਆਂ, ਜਿੱਥੇ ਪੜਨ ਪੋਥੀਆਂ ਜੀ ਕਾਬਲੀ ਉਤਰੇ ਗੁੜਕਦੀਆਂ ਹੁਕੀਆਂ। ਸਰਪਾਲ ਖੜੋਤਾ ਜੀ ਸੀਸ ਨੂੰ ਕੱਟਦੇ ਚੱਕਰ ਮਾਰ ਕਰਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਸਿੱਧ ਬਾਜਾਂ ਵਾਲੇ ਦੇ ਸੀਸ ਭਰ ਕੇ ਸਮਸ਼ੇਰੇ ਪਰਮੇ, ਨਹੀਂ ਅਮਨ ਨਸੀਬਾਂ ਨੇ ਬਾਬੂ ਨੇ ਖੁਬੀਆਂ ਕੱਢਣ ਨੂੰ ਜਰਮੇ। ਤੁਮ ਪਾਲੋ ਦੁਨੀਆ ਨੇ ਮੇਰੇ ਜਗ ਮੇਰਾ ਬਸੰਤ ਜਵਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਬੱਬ ਦਰਦ ਦੀਪ ਸਿੰਘ ਨੇ ਮਾਲਵਿਓਂ ਗੱਭਰੂ ਲਿਆਂਦੇ ਚੁਣ ਕੇ, ਜਿਵੇਂ ਸਰਪ ਬੀਨ ਤੇਗੀ ਮੇਲ ਦੇ ਸ਼ਬਦ ਚੌਂਕੀਆਂ ਸੁਣ ਕੇ, ਨਾ ਡਰਦੇ ਮਰਨੇ ਤੋਂ ਸੂਰ ਮਾਤਾ ਦਾ ਬਹਾਦਰ ਨਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਫੜੇ ਕਿਰਦਣ ਦੰਦੀਆਂ ਜੀ ਆਕੜੇ ਗਾਟੇ ਫਰਕ ਦੇ ਬਾਜੂ, ਬਣ ਮੀਂਹ ਵਾਂਗ ਬਰਸਣਗੇ ਕੱਢਣ ਅਸਮਾਨ ਹਨੇਰੀ ਆਜੂ। ਚੱਲ ਗੋਲਡਨ ਟੈਬਲ ਜੀ ਬਣਾ ਕਰ ਕਹਿਰ ਦੌਰਾਨੀ ਖਾਨਾ, ਸੋਹਰੇ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ। ਪਮਾਇਣ ਸਵਾਲੀਆਂ ਜੀ ਕਦੇ ਨਾ ਡਰ ਕੇ ਮੌਤ ਤੋਂ
ਤੋਂ ਲੁਕੀਆਂ ਜਿੱਥੇ ਪੜਨ ਪੋਥੀਆਂ ਜੀ ਕਾਬਲੀ ਉਤਰੇ ਗੁੜ ਕਦੀਆਂ ਹੁਕੀਆਂ ਸਰਪਾਲ ਖੜੋਤਾ ਜੀ ਸੀਸ ਨੂੰ ਕੱਢਦੇ ਚੱਕਰ ਮਾਰ ਕਰਨਾ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਸਿੱਧ ਬਾਜਾ ਵਾਲੇ ਦੇ ਸੀਸ ਭਰ ਕੇ ਸਮਸ਼ੇਰੇ ਪਰਮੇ ਨਹੀਂ ਅਮਨ ਨਸੀਬਾਂ ਮੇ ਬਾਬੂ ਨੇ ਤਾਂ ਖੁਬੀਆਂ ਕੱਢਣ ਨੂੰ ਜਰਮੇ ਤੁਮ ਪਾਲੋ ਦੁਨੀਆਂ ਮੇ ਮੇਰੇ ਜਗ ਮੇਰਾ ਬਸੰਤ ਜਵਾਨਾ ਤੁਹਾਡੇ ਕਫਨਾ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਗੁਰੂ ਖਾਲਸਾ ਜੀ ਸ਼ਹੀਦ ਬਾਬਾ ਦੀਪ ਸਿੰਘ ਦਾ ਸਰਵਣ ਕੀਤਾ ਸਮਾਂ ਹੋਣ ਵਾਲਾ ਇੱਕ ਦੋ ਮਿੰਟ ਰਹਿੰਦੇ ਹਨ ਇੱਥੇ ਸਮਾਪਤ ਕਰਦੇ ਹਾਂ ਅਗਲੇ ਦੀਵਾਨ ਵਿੱਚ ਯਾਦ ਰੱਖਿਓ ਇੱਥੋਂ ਹੀ ਕਹਾਣੀ ਲੈ ਕੇ ਸਿਰੇ ਲਾਵਾਂਗੇ ਜਿਸ ਲੜੀ ਨੂੰ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਜਿਸ ਲੜੀ ਨੂੰ ਆਪਾਂ ਲੈ ਕੇ ਚੱਲਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਹਮਣੇ ਜ਼ਿਆਦਾ ਵਿਖਿਆਨ ਨਾ ਕਰੀਏ ਤਾਂ ਅਸੀਂ ਇਸ 'ਤੇ ਕੇਵਲ ਕਵਿਤਾ ਦੁਆਰਾ ਤੁਹਾਡੇ ਸਾਹਮਣੇ ਇਤਿਹਾਸ ਜਿੰਨਾ ਕੁ ਟਾਈਮ 'ਚ ਕਹਿ ਸਕਦੇ ਹੋ ਜੇ ਕਿਹਾ ਕਰਾਂਗੇ ਸੋ ਇੰਨੀ ਕੁ ਸੇਵਾ ਨੂੰ ਪ੍ਰਵਾਨ ਕਰਿਓ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪੰਥਕ ਅਤੈਸ਼ੀਆਂ ਨੇ ਇਤਿਹਾਸ ਦੇ ਕਦਰਦਾਨਾਂ ਨੇ ਇਤਿਹਾਸ ਦੇ ਸਤਿਕਾਰ 'ਚ ਆਪਣੀ ਪਵਿੱਤਰ ਕਮਾਈ 'ਚੋਂ ਮਾਇਆ ਭੇਜੀ ਹੈ ਮੈਂ ਉਹਨਾਂ ਦਾ ਤਿੰਨ ਸ਼ੁਕਰ ਅਤੇ ਧੰਨਵਾਦੀ ਹਾਂ ਇਹੀ ਕਾਮਨਾ ਕਰਾਂਗਾ ਸੱਚੇ ਪਾਤਸ਼ਾਹ ਤਰੱਕੀ ਬਖਸ਼ਿਸ਼ ਕਰੇ ਚਰਨਾਂ ਦੀ ਪ੍ਰੀਤੀ ਬਖਸ਼ੇ ਗੁਰੂ ਘਰ ਦਾ ਪ੍ਰੇਮ ਬਖਸ਼ਿਸ਼ ਕਰੇ ਪਰਿਵਾਰ 'ਚ ਇਤਿਫਾਕ ਮੁਹੱਬਤ ਪਿਆਰ ਬਖਸ਼ੇ ਅਤੇ ਇਸੇ ਤਰ੍ਹਾਂ ਹੀ ਕੌਮ ਦੇ ਨਾਲ ਆਪਣੇ ਧਰਮ ਦੇ ਨਾਲ ਉਹ ਜੁੜੇ ਰਹਿਣ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੇ ਇੰਨਾ ਕੁਝ ਕਹਿੰਦਾ ਹੋਇਆ ਸੰਗਤਾਂ ਤੋਂ ਖਿਮਾ ਚਾਹੁੰਦੇ ਹਾਂ ਅਗਲੇ ਦੀਵਾਨ 'ਚ ਫਿਰ ਹਾਜ਼ਰੀ ਭਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਤਹੀਣ ਤੇ ਸਰੋ ਤੇ ਜ਼ਿਆਦਾ ਮਤ ਵਾਲੇ ਬੈਠ ਗਏ ਕਚਹਿਰੀ ਲਾਗੁਨੀ ਰਿਸ਼ੀ ਮਨੀਸ਼ਰ ਪਾਰ ਲਾ ਕੇ ਸੱਚ ਕੇ ਤੇ ਉੱਡ ਗਿਆ ਜਹਾਨ ਵਿੱਚ ਖੋਟ ਝੂਠ ਚੋ ਗਲੀ ਚ ਫੇਰ ਹੈ ਖਨੀਸ਼ਰ ਅੱਜ ਕੱਲ ਦੀ ਦੇ ਘੱਟ ਭਗਤ ਜਗਤ ਵਿੱਚ ਭਗਵਾਨ ਜਿੰਨਾ ਤੇ ਮਿਹਰਬਾਨ ਈਸ਼ਰ ਰਜਬ ਅਲੀ ਛੰਦ ਨਾ ਸੁਣਾਉਣ ਦਾ ਵਕਤ ਰਹਿ ਗਿਆ ਚਾਲ ਕੱਟ ਲੈਂਦੇ ਗੱਠ ਕੱਢੀਏ ਕਵੀਸ਼ਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ 'ਚ ਸਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਆਓ ਦਾਸਾਂ ਦੀ ਅਤੇ ਆਪਣੀ ਹਾਜ਼ਰੀ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਤਾ ਪਰਤ ਦੀ ਦੁਆਨ ਦੀ ਆਰੰਭਤਾ ਵਾਂਗ
ਪਹਿਲੀ ਕਵਿਤਾ ਸਰਵਣ ਸਦਾਨੀ ਬਾਪੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪ੍ਰਾਰਥਨਾ, ਉਸ ਤੋਂ ਬਾਅਦ ਅਗਲੀ ਕਹਾਣੀ ਕਦਾ ਲਈ ਲੈ ਕੇ ਚੱਲਾਂਗੇ ਜੀ। ਕਲੰਗੀ ਤਰ ਦਸਮੇਸ ਨੇ ਵਾਰ ਵਾਰ ਪਰਵਾਰ ਲਾਤੀ ਭਾਰਤ ਵਰਸ ਦੀ ਰੁੜਦੀ ਬੇੜੀ ਪਾਰ। ਹਾਂ ਜਿਨੇ ਕਮਾ ਦੀ ਕੁੱਖੋਂ ਲੈ ਜਨਮ ਪਾਟਣੀ ਜੁਦਾ ਸਮੇਸ ਕਿੰਗ ਨੇ ਪਾਪ ਦੇ ਪਿਰ ਸਸੀ ਜੜਾਂ ਤੋਂ ਕੱਟਣੇ ਗੁਰੂ ਗੋਬਿੰਦ ਸਿੰਘ ਨੇ। ਉਹ ਸ਼ੂਦਰ ਵਿਪਾਰ ਭਲੇਖ ਪੱਤਰੀ ਭਰਮ ਚੱਕੇਸ ਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਦਰੀ ਗੁਰੂ ਜੀ ਦਾ ਸੰਦੇਸ ਨੇ। ਪਿਆਰੇ ਚੱਕਿਆ ਜਾਵੇ ਕਿਸੇ ਜ਼ੁਲਮੀ ਦਾ ਰਾਜ ਨਾ ਦਲੇਰ ਰਾਜ ਤੋਂ ਬਿਨਾ ਹੋਵੇ ਚੰਗੂ ਕਿਸੇ ਕੌਮ ਦਾ ਯਾ ਲਾਜ ਨਾ ਪਨਾਥ ਸਾਜੇ ਤੋਂ ਬਿਨਾ। ਉਹ ਗੰਗਾ ਕੜਾ ਜਾਵੇ ਕਿਰਪਾਨ ਕਾਦਰੀ ਸਜੇ ਕਸ਼ਹਿਰ ਕੇਸ ਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਦਰੀ ਗੁਰੂ ਜੀ ਦਾ ਸੰਦੇਸ ਨੇ। ਹੋ ਗਏ ਹੈ ਤਤਾਰੀ ਦਗੇ ਬਾਜ ਚਿੱਤ ਦੇ ਸ਼ੁਰੂ ਮੰਦਰ ਟਾਉਣ ਤੇ ਸਵਾ ਮਾਣ ਲੈਂਦੇ ਸੀ ਜਨੇਊ ਨਿੱਤ ਦੇ ਨਾ ਤਲੇ ਕਲਾਉਣ ਤੇ। ਉਹ ਵੈਸ਼ ਤੇ ਬਰੇ ਮਣ ਡਰਾਲ ਖੱਤਰੀ ਹਮੇਸ਼ ਦੇ ਕਲੇ ਸਮੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਤਰੀ ਗੁਰੂ ਜੀ ਦਾ ਸੰਦੇਸ ਨੇ। ਪਿਆਰੋ ਨਿੱਤ ਪਾਈ ਰੱਖਦੇ ਪਠਾਨ ਕਹਿ ਜੀਏ ਕਰਨ ਬਰਬਾਦੀਆਂ ਕੁੱਲ ਹਿੰਦੂ ਜਾਤੀ ਤੇ ਲਗਾ ਤੇ ਜੈ ਜੀਏ ਜਗਤਿਆ ਪੱਖ ਵਾਦੀਆਂ। ਉਹ ਸਾਰੀ ਹਿੰਦ ਵੈਣ ਫੇਰ ਦੀਪ ਮੱਤਰੀ ਸਹਾਰੇ ਦੁੱਖ ਦੇ ਸਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਤਰੀ ਗੁਰੂ ਜੀ ਦਾ ਸੰਦੇਸ ਨੇ। ਹਾਂ ਵੀ ਕਾਕੀਆਂ ਚੱਕਣ ਕਰ ਲਾਉਂਦੇ ਬਾਵਲ ਕਰਨ ਗਾਂਧੀ ਹੱਤਿਆ ਕਕੇ ਕਕੇ ਵਿੱਚ ਦੇ ਲਜਾ ਕੇ ਕਾਬਲ ਗਈ ਨਿਕਲ ਸੱਤਿਆ। ਉਹ ਰੋਂਦੀਆਂ ਮੜਾਲੀਆਂ ਨਰੈਣ ਵਾਤਰੀ ਦਰ ਦੀ ਨਰੇਸ ਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਦਰੀ ਗੁਰੂ ਜੀ ਦਾ ਸੰਦੇਸ ਨੇ। ਪਿਆਰੋ ਨਾਚ ਕਰਵਾਉਂਦੇ ਸੀ ਬਲਾ ਕੇ ਤੀਆਂ ਜੀ ਸੋਗ ਪੈ ਗਈ ਅਰਸ਼ ਮੇ ਉਦੋਂ ਦੀਆਂ ਲੱਗੀਆਂ ਲੱਗਣ ਤੀਆਂ ਜੀ ਭਾਰਤ ਵਰਸ਼ ਮੇ। ਉਹ ਤਮਾ ਕੋਲਾ ਅਧਿਕਾਰ ਨਾ ਬਛੱਤਰੀ ਮਾਰਤੇ ਮਲੇਸ ਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਦਰੀ ਗੁਰੂ ਜੀ ਦਾ ਸੰਦੇਸ ਨੇ। ਉਹ ਨੀਤ ਬਦਲੀ ਪਲੀ ਤੇ ਗੰਗੂ ਗੰਦ ਦੀ ਮੋੜੀ ਪੱਟੀ ਜੇ ਪਾਪੀ ਦੀ ਨਾਲੇ ਬੇੜੀ ਬਹਿ ਗਈ ਪਾਜੀ ਸੋਚਾ ਨੰਦ ਦੀ ਸੂਬੇ ਦੇ ਮਲਾਪੀ ਦੀ। ਉਹ ਮਾਰ ਤੇ ਦਲਾਰੇ ਦੋ ਕੰਧਾਂ ਚ ਕਾਤਰੀ ਵਜ਼ੀਰ ਦੀ ਅੜੇ ਸਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਦਰੀ ਗੁਰੂ ਜੀ ਦਾ ਸੰਦੇਸ ਨੇ। ਪਿਆਰੇ ਅਫਰੀਨ ਗੜ ਸਿੱਖੀ ਦੇ ਅਸਾਰ ਤੇ ਜੀ ਪਿਆਰੀ ਜਿੰਦ ਦੇ ਮਾਤਾ ਪਿਤਾ ਚਾਰੇ ਨੌ ਨਿਹਾਲ ਵਾਰ ਤੇ ਉਤੋਂ ਦੀ ਐਸ ਹਿੰਦ ਦੇ। ਉਹ ਜੁੱਟ ਸੀ ਮਚਾ ਤਾ ਧਾਰ ਕੇ ਤੇ ਜਾਤਰੀ ਲੱਗੇ ਜ਼ੁਲਮ ਮੇਸ ਨੇ ਹਿੰਦ ਤੇ ਧਰਮ ਦੀ ਖਿਲਾਰੀ ਸ਼ਾਦਰੀ ਗੁਰੂ ਜੀ ਦਾ ਸੰਦੇਸ ਨੇ। ਉਹ ਰੱਤ ਸਿੱਖ ਕੌਮ ਨੇ ਬੱਚਿਆਂ ਦੀ ਵਾਰ ਤੀ ਬੇਹਸਾਬੀ ਸੂਬੇ ਤੇ ਸੂਰਮਿਆਂ ਨੇ ਜਿੰਦੜੀ ਨਸਾਰ ਕਰਤੀ ਜੀ ਪੰਜਾਬੀ ਸੂਬੇ ਤੇ। ਉਹ ਬਾਬੂ ਸਰਕਾਰ ਨਾ ਕਰੇ ਦੀ ਮਾਤਰੀ ਬੜਾ ਲਿਖਿਆ ਪਰੇਸ ਨੇ ਹਿੰਦ ਤੇ ਧਰਮ ਦੀ ਖਿਲਾਰੀ ਛਤਰੀ ਗੁਰੂ ਜੀ ਦਾ ਸੰਦੇਸ ਨੇ। ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਸਜੀ ਹੋਈ ਸਾਧ ਸੰਗਤ ਜੀ, ਸਰਦਾਰ ਸਾਹਿਬ, ਬਜ਼ੁਰਗ ਸਾਹਿਬਾਨ, ਗੁਰੂ ਇਤਿਹਾਸ ਦੇ ਜਸ ਚਿਖੋਰ ਭਾਈ ਸਾਹਿਬਾਨ ਮਾਇਆ ਭੇਜ ਗਏ, ਇਸੇ ਤਰ੍ਹਾਂ ਹੀ ਕਾਕਾ ਤਰਸੇਮ ਸਿੰਘ ਬੇਅੰਤ ਮਾਇਆ ਭੇਜ ਗਏ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਣ। ਕੱਲ੍ਹ ਆਪ ਜੀ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਕੇ 'ਚੋਂ ਉਸ ਦੇ ਮੁੱਢ ਵਾਲਾ ਕੁਝ ਹਿੱਸਾ ਸਰਵਣ ਕੀਤਾ ਸੀ। ਕਹਾਣੀ ਜਿੱਥੋਂ ਆਪਾਂ ਛੱਡੀ ਸੀ ਉੱਥੋਂ ਲੈ ਕੇ ਚੱਲਣ ਲੱਗੇ ਹਾਂ। ਕੁਝ ਸੰਗਤ 'ਚ ਨਵੇਂ ਮੈਂਬਰ ਆਏ ਹੁੰਦੇ ਹਨ। ਜਦੋਂ ਹਰਿਮੰਦਰ ਸਾਹਿਬ ਪਵਿੱਤਰ ਉਸ ਹਰਿਮੰਦਰ ਸਾਹਿਬ ਨੂੰ ਜਹਾਨ ਖਾਂ ਨੇ ਬਰਬਾਦ ਕਰ ਦਿੱਤਾ, ਅਕਾਲ ਪੂਰ ਦਿੱਤਾ, ਕਿਸੇ ਏਲਚੀ ਨੇ ਕਿਸੇ ਦੁਖਿਆਰੇ ਨੇ ਬਾਬੇ ਦੀਪ ਸਿੰਘ ਤੱਕ ਜਦ ਕੂਕ ਪਹੁੰਚਾਈ, ਉਹ 6000 ਦਾ ਜੱਥਾ ਲੈ ਕੇ
ਹਰਿਮੰਦਰ ਸਾਹਿਬ ਨੂੰ ਅੱਜ ਦੀ ਤਰ੍ਹਾਂ ਆਜ਼ਾਦ ਕਰਾਉਣ ਲਈ ਬਾਬਾ ਜੀ ਆਪਣੀ ਫੌਜ ਲੈ ਕੇ ਤਰਨ ਤਾਰਨ ਪਹੁੰਚ ਗਏ ਸਨ, ਜਿੱਥੋਂ ਆਪਾਂ ਕਹਾਣੀ ਛੱਡੀ ਹੈ। ਸਰਕਾਰ ਦੇ CID ਦੇ ਕਿਸੇ ਕਰਮਚਾਰੀ ਨੇ ਜਹਾਨ ਖਾਂ ਨੂੰ ਜਾ ਕੇ ਖਬਰ ਦਿੱਤੀ। ਜਹਾਨ ਖਾਂ ਇੱਕ 85 ਸਾਲ ਦਾ ਬਜ਼ੁਰਗ ਬਾਬਾ, ਜਿਸ ਦਾ ਨਾਮ ਉਹ ਜਥੇਦਾਰ ਦੀਪ ਸਿੰਘ ਲੈਂਦੇ ਹਨ, ਉਹਦੀ ਰਹਿ ਨਵਾਈ ਥੱਲੇ 6000 ਦਾ ਜੱਥਾ ਰਾਤ ਦਾ ਤਰਨ ਤਾਰਨ ਸਾਹਿਬ ਪਹੁੰਚਿਆ। ਦਿਨ ਚੜ੍ਹ ਗਿਆ, ਤੇਰੇ 'ਤੇ ਹਮਲਾ ਹੋਣ ਵਾਲਾ। ਇਹ ਗੱਲ ਸੁਣ ਕੇ ਜਹਾਨ ਖਾਂ ਦੀਆਂ ਥਾਂ ਗਈਆਂ, ਆਪਣੀ ਸੈਨਾ ਨੂੰ ਲੈ ਕੇ ਅੰਮ੍ਰਿਤਸਰੋਂ ਮਾਰਚ ਕਰਤਾ ਤਾਂ ਕਿ ਬਾਬਾ ਦੀਪ ਸਿੰਘ ਸ਼ਹੀਦ ਦੀ ਫੌਜ ਨੂੰ ਤਰਨ ਤਾਰਨ ਹੀ ਰੋਕ ਲਿਆ ਜਾਵੇ। ਇਸ ਪਾਸਿਓਂ ਮੁਗਲਾਂ ਦੀ ਸੈਨਾ ਅੰਮ੍ਰਿਤਸਰੋਂ ਚੜ੍ਹ ਪਈ, ਕਰਕੇ ਪਵਿੱਤਰ ਸਰੋਵਰ 'ਚ ਇਸ਼ਨਾਨ ਨਿਤਨੇਮ ਸਿੰਘਾਂ ਨੇ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਆਪਣੀ ਫੌਜ ਨੂੰ ਲੈ ਕੇ ਅੰਮ੍ਰਿਤਸਰੋਂ ਤਰਨ ਤਾਰਨ ਤੋਂ ਅਰਦਾਸਾ ਸੋਧ ਕੇ ਰਵਾਨਾ ਹੋ ਗਏ। ਪਿਆਰਿਓ, ਦਰਿਆ ਦਾ ਹੈਡ ਬਣ ਗਿਆ। ਕਿਸੇ ਵੇਲੇ ਲੋਕ ਬੇੜੀਆਂ 'ਤੇ ਚੜ੍ਹ ਕੇ ਕੋਈ ਵਿਰਲਾ ਹੀ ਅੱਗੇ ਪਹੁੰਚਦਾ ਸੀ। ਹੈਡ ਬਣ ਨਾਲ ਸਾਰਾ ਦੇਸ਼ ਇੱਕ ਹੋ ਗਿਆ। ਮਾਝਾ, ਮਾਲਵਾ, ਦੁਆਬੇ ਦਾ ਕੋਈ ਸਵਾਲ ਨਾ ਰਿਹਾ। ਜਿੱਥੇ ਤੁਸੀਂ ਰੋਜ਼ ਯਾਤਰੂ ਜਾ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਪ੍ਰਣਾਮ ਕਰਕੇ ਖੁਸ਼ੀਆਂ ਲੈ ਕੇ ਤੁਰਦੇ ਹੋ, ਹਰੇਕ ਬੱਸ ਯਾਤਰੂ ਖੜੋ ਕੇ ਜਾਂਦੀ ਹੈ ਬਾਬਾ ਨੌਧ ਸਿੰਘ ਦੀ ਸਮਾਧ 'ਤੇ, ਉੱਥੋਂ ਹੀ ਸਿਵਦੇ ਪਾਸੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਮਾਧ ਹੈ। ਇਸ ਮੈਦਾਨ 'ਚ ਦੋਨੋਂ ਦਾ ਲਾਮੋ ਸਾਹਮਣੇ ਇਕੱਠੇ ਹੋ ਗਏ। ਜਦ ਬਾਬਾ ਦੀਪ ਸਿੰਘ ਜੀ ਨੇ ਆਕਾਸ਼ ਨੂੰ ਛੋਹਦੀ ਗਰਦ ਦੇਖੀ, ਹਾਥੀ 'ਤੇ ਊਠਾਂ 'ਤੇ ਸੈਨਾ ਆਉਂਦੀ ਦੇਖੀ, ਘੋੜਿਆਂ 'ਤੇ ਸੈਨਾ ਆਉਂਦੀ ਦੇਖੀ, ਉਹਨਾਂ ਨੇ ਆਪਣੀ ਫੌਜ ਨੂੰ ਰੋਕ ਲਿਆ ਅਤੇ ਉੱਥੇ ਫਿਰ ਇੱਕ ਗੱਲ ਕਹੀ, ਸਿੰਘੋ ਦੁਸ਼ਮਣ ਦੀ ਸੈਨਾ ਆ ਗਈ, ਇਸ ਨਾਲ ਹੁਣ ਸਾਡਾ ਪੰਜਾ ਪੈਣਾ, ਉਹਨਾਂ ਨੇ ਸਾਨੂੰ ਮਾਰਨਾ ਸੀ, ਉਹਨਾਂ ਨੂੰ ਮਾਰਨਾ, ਇਸ ਕਰਕੇ ਕਹਿ ਨਹੀਂ ਸਕਦੇ ਕਿ ਕਿਸਦਾ ਜ਼ਿਆਦਾ ਨੁਕਸਾਨ ਹੋਣਾ। ਭਾਈ, ਹੁਣ ਤਾਂ ਲੋੜ ਹੈ ਸਿਰ ਦੇਣ ਦੀ, ਜਿਹਨੂੰ ਆਪਣੀ ਜਾਨ ਪਿਆਰੀ ਹੈ ਉਹ ਹੁਣ ਚੱਲਿਆ ਜਾਵੇ, ਅਸੀਂ ਉਸ 'ਤੇ ਬੜੇ ਬਾਗੋ ਬਾਗ ਹੋਵਾਂਗੇ। ਵਰਨਾ ਜੇ ਸਾਡਾ ਦੁਸ਼ਮਣ ਨਾਲ ਜਦੋਂ ਮੱਥਾ ਲੱਗ ਗਿਆ ਤਾਂ ਫਿਰ ਭਾਈ ਜਿਹੜਾ ਕੋਈ ਪਿੱਛੇ ਮੁੜੇਗਾ ਤਾਂ ਫਿਰ ਸਾਡਾ ਰੋਮ ਰੋਮ ਉਸ 'ਤੇ ਨਾਰਾਜ਼ ਹੋਵੇਗਾ। ਆਓ ਜਰਾ ਤਵਜੋ ਨਾ ਤੱਕਣਾ, ਸਿਆਣਾ ਜਰਨੈਲ ਜਦੋਂ ਆਪਣੀ ਫੌਜ ਨੂੰ ਲੜਾਈ ਨੂੰ ਝੋਂਦਾ ਉਸ ਵੇਲੇ ਉਹ ਭਾਸ਼ਣ ਦਿੰਦਾ ਪਿੰਡ, ਆਪਣੀ ਫੌਜ 'ਚ ਜੋਸ਼ ਦੇ ਇੰਜੈਕਸ਼ਨ ਕਰਦਾ ਕਿ ਜਿਸ ਮਕਸਦ ਲਈ ਸਰਕਾਰ ਤੁਹਾਨੂੰ ਤਨਖਾਹਾਂ ਦਿੰਦੀ ਸੀ, ਤੁਹਾਨੂੰ ਪੁੱਤਾਂ ਅਤੇ ਜਵਾਈਆਂ ਤੋਂ ਵੱਧ ਪਾਲਦੀ ਸੀ, ਉਹ ਸਮਾਂ ਆ ਗਿਆ, ਹੁਣ ਬਹਾਦਰੀ ਦਿਖਾਇਓ, ਕਿਤੇ ਕਮਜ਼ੋਰੀ ਨਾ ਲੈ ਆਇਓ। ਪਹਿਲੀ ਤਾਂ ਗੱਲ ਆ, ਅਸੀਂ ਲੜਾਈ ਦੁਸ਼ਮਣ ਦੀ ਹੱਦ 'ਚ ਜਾ ਕੇ ਲੜਨੀ ਹੈ। ਦੂਸਰੀ ਗੱਲ ਆ, ਉਹ ਜਰਨੈਲ ਫਿਰ ਕਹਿੰਦਾ ਵੀ ਤੁਹਾਡੀ ਛਾਤੀ 'ਚ ਗੋਲੀਆਂ ਲੱਗਣ ਤਾਂ ਅਨੇਕਾਂ ਲੱਗਣ, ਪਰ ਮੈਂ ਚਾਹੁੰਦਾ ਕਿ ਤੁਹਾਡੀ ਕੰਢ 'ਚ ਗੋਲੀ ਨਹੀਂ ਕੋਈ ਲੱਗਣੀ ਚਾਹੀਦੀ। ਆਓ ਪਿਆਰੋ, ਜੋ ਬਾਬਾ ਦੀਪ ਸਿੰਘ ਜੀ ਅੱਧਾ ਘੰਟਾ ਆਪਣੇ ਬਹਾਦਰ ਫੌਜਾਂ ਦੇ ਵਿੱਚ ਭਾਸ਼ਣ ਦਿੰਦੇ ਹੈ, ਉਸ ਨੂੰ ਇਸ ਕਵਿਤਾ ਦੇ ਵਿੱਚ ਉਸਤਾਦ ਨੇ ਕਲਮਬੰਦ ਕੀਤਾ, ਤਵੱਜੋ ਨਾਲ ਸਰਵਨ ਕਰਨਾ ਉਹ ਕਹਿ ਰਹੇ ਜੀ। ਹਾਫਣ ਆਵਰ ਦੁਆਨ ਮੈਂ ਕੰਟੀਨਿਊ ਤਕਰੀਰ ਕੇਰੋ ਫੌਜ ਕੰਧਾਰ ਦੀ ਦਿਓ ਵਚਾਲੋ ਚੀਰ ਕਹੇ ਬਾਬਾ ਦੀਪ ਸਿੰਘ ਜੀ ਗੁਰੂ ਦੀ ਸੈਨਾ ਹੁਕਮ ਮਨ ਲੈਣ ਲੜਾ ਕੀ ਨਸਲੇ ਪਰਖਣੇ ਅਸਲੇ ਹਰਖ ਦਿਓ ਭਰਿਓ ਕਟਾਰਾਂ ਚੱਕ ਲੋ ਫਿਰ ਡਾਰ ਹਰਨੀਆਂ ਦੀ ਰਾਗ ਵਿੱਚ ਖੀਰੇ ਹਰਨ ਵਿੱਚ ਹੀਰੇ ਬਗਿਆੜੋ ਹੱਕ ਲੋ ਵੱਜਦੇ ਮੌਤ ਦੇ ਜੀ ਕਾਦੀਆਂ ਦੇ ਰੰਗੜਾ ਦਿਓ ਲੇ ਰਮਾ ਦਿਓ ਚਿੱਤਰੋ ਜੰਗਾਂ ਵਿੱਚ ਲਿਤਰੋ ਮਾਸ ਦਿਓ ਭੁੱਖਿਓ ਸੁੱਤੇ ਪੱਟ ਅੱਖ ਲਿਓ ਅਗ ਵਕਤ ਸ਼ਹੀਦੀ ਦਾ ਕਈਆਂ ਨੂੰ ਵੱਢ ਕੇ ਜਾਨ ਨੂੰ ਕੱਢ ਕੇ ਤਲੀ ਤੇ ਰੱਖ ਲਿਓ ਪਰ ਠੀਕ ਹੈ ਪੋਜੀਸ਼ਨ ਨੂੰ ਮਿਹਰਬਾਨ ਬਾਲਾ ਕਿਤੇ ਬਾਜਾਂ ਵਾਲਾ ਲਹੂ ਦੇ ਤਿਆਇਓ ਖੱਪਰ ਭਰ ਲਿਆਇਓ ਮਾਰ ਦੀਵਾ ਜਾਂ ਛਕੇ ਰਜ ਹੋਣੀ ਫੜ ਤੇ ਗਗਾਉਂਦਾ ਸੀ ਸ਼ੇਰ ਵਾਂਗ ਚਾ ਕੇ ਦੇਖ ਲਿਓ ਸਾਕੇ ਕਰੂੰ ਮੈਂ ਬੋਣੀ ਹਣ ਤੋਂ ਤੇ ਚਸ਼ਮੇ ਜੀ ਦਿਲਾਂ ਦੇ ਖੋਟੇ ਦੁਮਿਆਂ ਤੋਂ ਮੋਟੇ ਪਠੋਰੇ ਲੁੱਭ ਜੇ ਛੁਰੀ ਚੰਗੂ ਖੁੱਭ ਜੇ ਮਰੋੜੋ ਧੌਣਾ ਮਾਸ ਨੂੰ ਚੱਕ ਲਿਓ ਅਗਾ ਵਕਤ ਸ਼ਹੀਦੀ ਦਾ ਕਈਆਂ ਨੂੰ ਵੱਢ ਕੇ ਜਾਨ ਨੂੰ ਕੱਢ ਕੇ ਤਲੀ ਤੇ ਰੱਖ ਲਿਓ ਦੇਖਾ ਕਰਦਾ ਉੱਡਦੀਆਂ ਮੈਂ ਅੱਗੋਂ
ਪਜ ਬਹਿ ਜੋ ਕਟਾਰ ਹੀ ਡੈ ਜੋ ਕਕਰ ਜਿਉਂ ਸ਼ਾਂਗੇ ਬਣਾ ਦਿਓ ਲਾਂਗੇ ਵਖਾ ਦਿਓ ਡਿੱਗਦੇ ਪਛਾਣ ਹੋ ਮੋੜੋ ਦਰ ਯੋਧਨ ਟਕਰੇ ਜੇ ਮੇਰੀ ਆਪ ਹੀ ਮਾਂ ਗੁਰਜ ਮਰਨੀ ਮਾਂ ਪਟਾ ਨੂੰ ਤੋੜੋ ਡਿੱਗ ਚੱਲ ਜੇ ਖੂਨ ਦੀ ਜੀ ਭਵੇਂ ਪੁੱਤ ਥੋੜੇ ਉੜਾ ਦਿਓ ਘੋੜੇ ਥਾਪੜੋ ਇੱਕ ਜੀ ਜਵਾਨੇ ਇੱਕ ਜੀ ਪਾਣੇ ਹੋਰੇ ਗੰਢੇ ਇੱਕ ਸਵਾ ਲੱਖ ਲਿਓ ਅਗ ਵਕਤ ਸ਼ਹੀਦੀ ਆ ਕਈਆਂ ਨੂੰ ਵੱਢ ਕੇ ਜਾਨ ਨੂੰ ਕੱਢ ਕੇ ਤਲੀ ਤੇ ਰੱਖ ਲਿਓ ਅਜਾ ਉਤਰ ਪਹਾੜੋਂ ਜੀ ਹਲਕੀਆਂ ਡੈਣਾ ਡਰਦੀਆਂ ਮੈਂ ਨਾ ਵਿਲਕਦੀਆਂ ਕੁੜੀਆਂ ਖੰਡਾਂ ਦੀਆਂ ਪੁੜੀਆਂ ਤੁਸਾਂ ਦੇ ਹੁੰਦਿਆਂ ਲਾਉਣ ਨਾ ਗਾਸ਼ੇ ਰਿੰਗ ਤੜਫ ਬਰਛੀਆਂ ਜੀ ਮੇਰੀ ਉਹ ਸੂਰ ਬੱਦਲ ਤੇ ਪੂਰੋ ਜਾਣ ਨਾ ਰਾਸ਼ੇ ਕਲ ਮੰਦਰ ਗੁਰਾਂ ਦਾ ਜੀ ਤਾਲ ਨੂੰ ਵੱਟਦਾ ਜਹਾਨੋਂ ਵੱਟਦਾ ਲਾਜ ਨਾ ਰਹਿੰਦੀ ਖੀਰ ਤੇ ਬਹਿੰਦੀ ਅੜਾ ਭਰੇ ਮੱਖ ਲਿਓ ਅਗ ਵਕਤ ਸ਼ਹੀਦੀ ਦਾ ਕਈਆਂ ਨੂੰ ਵੱਢ ਕੇ ਜਾਨ ਨੂੰ ਕੱਢ ਕੇ ਤਲੀ ਤੇ ਰੱਖ ਲਿਓ ਬਹੁਤ ਡਰ ਨਾ ਮਹਾਜਨ ਜੀ ਖੋਣ ਮਠਿਆਈਆਂ ਸ਼ਰਬਤਾਂ ਪਿਆਈਆਂ ਸੇਠ ਤਨ ਵਾਲੇ ਹਾਂ ਕਦੇ ਲਾਲੇ ਕੱਢਣ ਪਏ ਹਾੜੇ ਡੇਗ ਦੇ ਲਾਲਾ ਪਜ ਸ਼ਰਮ ਉਤਾਰਨ ਜੀ ਕਸਰ ਨਾ ਛੱਡਦੇ ਸਗੋਂ ਉਹ ਕੱਢਦੇ ਉਲਟੀਆਂ ਗਾਲਾ ਮਿਲ ਗਿਆ ਤਰਸ ਦਿਆਨੋ ਸਹੰਸਰ ਬਾਹੂ ਲਾ ਦੇ ਉਹ ਆਹੂ ਹਿਕਾ ਤੇ ਬੁਰਜ ਅੜਾ ਦੋ ਬੁਰਜ ਬਾਬੂ ਦੇ ਵਤਨੀ ਗੁਰਾਂ ਦੀ ਪਖ ਲਿਓ ਅਗ ਵਕਤ ਸ਼ਹੀਦੀ ਦਾ ਕਈਆਂ ਨੂੰ ਵੱਢ ਕੇ ਜਾਨ ਨੂੰ ਕੱਢ ਕੇ ਤਲੀ ਤੇ ਰੱਖ ਲਿਓ ਬਾਜਾਂ ਵਾਲੇ ਪਾਤਸ਼ਾਹ ਦੇ ਬਹਾਦਰ ਸਪੂਤੋ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਾਥੀਆਂ 'ਚ ਅੱਧਾ ਘੰਟਾ ਭਾਸ਼ਣ ਦਿੱਤਾ ਜਿਸ ਫੌਜ ਦੀ ਕਮਾਂਡ ਬਾਬਾ ਜੀ ਕਰਦੇ ਹੋਣ ਉਸ ਵਿੱਚੋਂ ਕਮਜ਼ੋਰੀ ਕਿਸਨੇ ਦਿਖਾਉਣੀ ਸੀ ਉਹ ਤਾਂ ਪਹਿਲਾਂ ਹੀ ਬੜੇ ਤਕੜੇ ਸਨ ਹਰ ਲੜਾਈ ਪਲਾਨ ਨਾਲ ਲੜੀ ਜਾਂਦੀ ਹੈ ਸਕੀਮ ਨਾਲ ਲੜੀ ਜਾਂਦੀ ਹੈ ਕਈ ਸੱਜਣ ਫੌਜੀ ਹੋਣਗੇ 6000 ਫੌਜ ਦੇ 12 ਜੱਥੇ ਬਣਾਏ ਗਏ ਪੰਜ ਸੌ ਸਿੰਘਾਂ ਦਾ ਜੱਥਾ ਇਸ ਪੰਜ ਸੌ ਸਿੰਘ ਦਾ ਇੱਕ ਜਥੇਦਾਰ ਥਾਪਿਆ ਗਿਆ ਜਿਸ ਨੂੰ ਅਸੀਂ ਸਰਦਾਰ ਕਹਿੰਦੇ ਹਾਂ ਫੌਜ ਦਾ ਜਿਹੜਾ ਉਸ ਫੌਜ ਦੀ ਕਮਾਂਡ ਕਰੇ ਉਸ 500 ਨੌਜਵਾਨ ਦੀ ਕਮਾਂਡ ਕਰੇ ਤਾਂ ਬਾਬਾ ਦੀਪ ਸਿੰਘ ਨੇ ਕਿਹਾ ਭਾਈ ਤੁਸੀਂ ਆਪਣੀਆਂ ਕੰਡਾਂ ਜੋੜ ਕੇ ਜਿਸ ਤਰ੍ਹਾਂ ਪਰਿਵਾਰ ਦੇ ਵਿਚਕਾਰ ਚੰਦਰਮਾ ਹੁੰਦਾ ਇਸ ਤਰ੍ਹਾਂ ਲੜਾਈ ਲੜਨੀ ਆ ਦੁਸ਼ਮਣ ਦੇ ਦਲ 'ਚ ਧੱਸ ਜਾਣਾ ਜਾ ਕੇ ਥੋੜ੍ਹੇ ਥੋੜ੍ਹੇ ਫਾਸਲੇ ਨਾਲ ਇਹਨਾਂ 12 ਜਥਿਆਂ ਨੇ ਆਪਣੇ ਵਿਚਕਾਰ ਕੋਈ ਦੁਸ਼ਮਣ ਦਾ ਕਰਮਚਾਰੀ ਦਾਖਲ ਨਹੀਂ ਹੋਣ ਦੇਣਾ ਇਸ ਕਰਕੇ ਮੈਂ ਸੋਚਦਾ ਹਾਂ ਕਿ ਸਾਡੇ 12 ਜਥੇ ਨਹੀਂ 12 ਕਿਲੇ ਆ ਜਿਹੜੇ ਟੁੱਟ ਨਾ ਸਕਣ ਯਾਰੋ ਚਨਾਚੇ ਐਸਾ ਹੀ ਹੋਇਆ ਬਾਬਾ ਦੀਪ ਸਿੰਘ ਜੀ ਦੀ ਆਗਿਆ ਪਾ ਕੇ 12 ਦੇ 12 ਜਥੇ ਦੁਸ਼ਮਣਾਂ ਦੇ ਦਲ 'ਚ ਵੜ ਗਏ ਜਿਸ ਤਰ੍ਹਾਂ ਭੇਡਾਂ 'ਚ ਬਗਿਆੜ ਵੜ ਜਾਂਦਾ ਖਲਾਰੇ ਪਾ ਤੇ ਦੋਹਾਂ ਧਿਰਾਂ ਦਾ ਇੰਤਸ਼ਾਹ ਬੜਾ ਭਾਰਾ ਨੁਕਸਾਨ ਹੋਇਆ ਕਤਲੋ ਗਾਰਦ ਹੋਈ ਖੂਨ ਦੇ ਖਾਲੇ ਵਹਿਣ ਲੱਗੇ ਪਰ ਜਹਾਨ ਖਾਂ ਹਾਥੀ ਦੇ ਅਹੁਦੇ 'ਚ ਬੈਠਾ ਬੜੀ ਉੱਚੀ ਥਾਂ ਹੈ ਉਸਨੂੰ ਪਤਾ ਲੱਗਦਾ ਕਿ ਇਹਨਾਂ 12 ਜਥਿਆਂ ਦੇ ਵਿੱਚੋਂ ਸਾਡੀ ਫੌਜ ਦਾ ਸ਼ਾਹੀ ਫੌਜ ਦਾ ਨੁਕਸਾਨ ਕਿਹੜਾ ਜਥਾ ਜ਼ਿਆਦਾ ਕਰਦਾ ਗੁਰਮੁਖ ਪਿਆਰਿਓ ਸ਼ਾਹ ਜਹਾਨ ਜਿਹੜਾ ਸਭ ਤੋਂ ਅੱਗੇ ਜਥਾ ਵੱਧਦਾ ਆਪਣੇ ਸ਼ਰਾਬੀ ਹਾਥੀ ਨੂੰ ਮੁਹਾਵਤ ਨੂੰ ਕਹਿ ਕੇ ਉਸ ਪਾਸੇ ਮੋੜਦਾ ਅਤੇ ਇੱਕੇ ਵਾਰ ਦੋ ਤੀਰ ਜੋੜ ਕੇ ਕਮਾਨ ਦੇ ਗੋਸ਼ੇ 'ਤੇ ਚਾੜ ਕੇ ਉਹ ਸਿੰਘਾਂ ਦਾ ਬਹੁਤ ਭਾਰੀ ਨੁਕਸਾਨ ਕਰਨ ਲੱਗਾ ਇਹਨਾਂ 'ਚੋਂ ਬਾਬਾ ਦਿਆਲ ਸਿੰਘ ਜਦ ਉਸਨੇ ਦੇਖਿਆ ਵੀ ਉਹ ਹਾਥੀ ਵਾਲਾ ਜਿਹੜਾ ਹਾਥੀ ਦੇ ਅਹੁਦੇ 'ਚੋਂ ਜਿਹੜੇ ਤੀਰ ਆਉਂਦੇ ਆ ਉਹ ਸਿੰਘਾਂ ਦਾ ਬੜਾ ਨੁਕਸਾਨ ਕਰਦੇ ਆ ਉਹਨੇ ਸੋਚਿਆ ਮਨਾ ਵੈਸੇ ਤਾਂ ਬਾਬਾ ਜੀ ਦਾ ਹੁਕਮ ਨਹੀਂ ਪਰ ਮੇਰਾ ਮਨ ਇਹ ਚਾਹੁੰਦਾ ਕਿ ਭਾਵੇਂ ਮੈਂ ਹੋਰ ਕਿਸੇ ਨੂੰ ਮਾਰਾਂ ਜਾਂ ਨਾ ਮਾਰਾਂ ਪਰ ਜੇ ਮੈਂ ਇਕੱਲੇ ਹਾਥੀ ਵਾਲੇ ਨੂੰ ਲੈ ਲਵਾਂ ਮੈਂ ਸਮਝਾਂਗਾ ਵੀ ਮੈਂ ਬਹੁਤ ਵੱਡਾ ਪਰਉਪਕਾਰ ਕਰ ਲਿਆ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ ਪਿਆਰੋ ਬਾਬਾ ਦਿਆਲ ਸਿੰਘ ਜੀ ਆਪਣੇ ਜੱਥੇ 'ਚੋਂ ਨਿਕਲ ਕੇ ਗਾਤਰੇ ਵੱਡੀ ਤਲਵਾਰ ਹੈ ਹੱਥ ਵਿੱਚ ਗੰਦਾਲਾ ਹੈ ਪੁੱਠੇ ਪਾਸੇ ਗੰਦਾਲੀ ਜਿਹੜੀ ਹੈ ਉੱਪਰਲੇ ਪਾਸੇ ਨੇਜਾ ਹੈ ਤਾਂ ਬਾਬਾ ਦਿਆਲ ਸਿੰਘ ਸ਼ਰਾਬੀ ਹਾਥੀ ਬੰਨੀ ਦੌੜ ਗਿਆ ਜਿਸ ਤਰ੍ਹਾਂ ਕੋਈ ਨੌਜਵਾਨ ਕਿਸੇ ਸੋਟੀ ਜਾਂ ਡਾਂਗ ਦੇ ਸਹਾਰੇ ਸੂਆ ਕੱਸੀ ਟੱਪਦਾ ਹੈ ਤਾਂ ਜਦੋਂ ਹਾਥੀ ਦੇ ਨਜ਼ਦੀਕ ਚੱਲਿਆ ਗਿਆ ਹਾਥੀ ਦੇ ਸੁੰਡਾਂ ਨਾਲ ਵੱਧੀਆਂ ਤਲਵਾਰਾਂ ਦੁਸ਼ਮਣਾਂ ਦੀਆਂ ਅਤੇ ਬਾਬਾ ਦਿਆਲ ਸਿੰਘ ਨੇ ਆਪਣਾ ਗੰਦਾਲਾ ਘਬੋਇਆ ਜਿਉਂ ਮਾਰੀ ਹੁਬਕਲੀ ਦੋਨੋਂ ਪੈਰ ਹਾਥੀ ਦੇ ਦੰਦਾਂ 'ਤੇ ਜਾ ਰੱਖੇ ਅਤੇ ਸਿਰ ਨੂੰ ਉਹਨਾਂ ਦਾ ਖੱਬਾ ਹੱਥ ਪੈ ਗਿਆ ਪਰ ਜਿਹੜਾ ਸੱਜਾ ਹੱਥ ਗੰਦਾਲੇ ਨਾਲ ਸੀ
ਉਹ ਕਾਠੀ ਜ਼ਮੀਨ 'ਚ ਜ਼ਿਆਦਾ ਖੁੱਭ ਗਿਆ, ਜ਼ਿਆਦਾ ਧਸ ਗਿਆ, ਉਹ ਮੁੜ ਨੇਜਾ ਨਾ ਪੱਟਿਆ ਗਿਆ। ਪਰ ਬਾਬਾ ਜੀ ਨੇ ਉਹ ਆਪਣਾ ਹਥਿਆਰ ਛੱਡ ਕੇ ਮਿਆਨੋ ਸੂਤੀ ਤਲਵਾਰ ਅਤੇ ਜਿਹੜਾ ਹਾਥੀ ਦੇ ਗਰਦਨ 'ਤੇ ਬੈਠਾ ਮਹਾਵਤ ਹਾਥੀ ਨੂੰ ਤੋਰ ਰਿਹਾ ਸੀ, ਸਭ ਤੋਂ ਪਹਿਲਾਂ ਉਸਦਾ ਸਿਰ ਲਾਇਆ ਹਾਥੀ ਦੇ ਸਿਰ 'ਤੇ, ਗਰਦਨ 'ਤੇ ਆਪ ਸਵਾਰ ਹੋ ਗਿਆ। ਜਦੋਂ ਜਹਾਨ ਖਾਂ ਨੂੰ ਪਤਾ ਲੱਗਿਆ ਕਿ ਦੁਸ਼ਮਣ ਸਾਡੇ ਹਾਥੀ ਦੇ ਉੱਪਰ ਆ ਚੜਿਆ, ਪਿਆਰੋ ਨਾ ਤਾਂ ਨੇੜਿਓਂ ਵਾਰ ਜਹਾਨ ਖਾਂ ਦਾ ਹੋਵੇ, ਨਾ ਹੀ ਵਾਰ ਬਾਬਾ ਦਿਆਲ ਸਿੰਘ ਦਾ ਹੋਵੇ। ਆਖਰ ਬਾਬਾ ਦਿਆਲ ਸਿੰਘ ਇੱਕ ਵਾਰ ਹਾਥੀ ਦੇ ਗਰਦਨ ਤੋਂ ਐਸਾ ਪੈਰ ਥਿਬਿਆ, ਪਰ ਜਦੋਂ ਥੱਲੇ ਡਿੱਗਣੀ ਲੱਗਾ ਸੀ ਉਹਨਾਂ ਦਾ ਗਰਦਨ ਨੂੰ ਫਿਰ ਹੱਥ ਪੈ ਗਿਆ, ਸੰਭਲ ਗਏ। ਇੰਨੇ ਚਿਰ ਨੂੰ ਜਹਾਨ ਖਾਂ ਨੇ ਸੋਚਿਆ ਵੀ ਜਿਹੜਾ ਸਿੰਘ ਆ ਕੇ ਹਾਥੀ 'ਤੇ ਸਵਾਰ ਹੋਇਆ ਸੀ ਉਹ ਥੱਲੇ ਗਿਰ ਗਿਆ ਹਾਥੀ ਦੇ ਅਹੁਦੇ 'ਚੋਂ ਗਰਦਨ ਕੱਢ ਕੇ ਲੱਗਾ ਦੇਖਣ। ਇੰਨੇ ਚਿਰ ਨੂੰ ਬਾਬਾ ਦਿਆਲ ਸਿੰਘ ਸੰਭਲ ਚੁੱਕੇ ਸਨ, ਉਹਨਾਂ ਨੇ ਖੱਬਾ ਹੱਥ ਪਾਇਆ, ਜਦ ਸਿਰ ਪਛਾਹ ਮੋੜਨ ਲੱਗਾ ਗਿੱਚੀ ਦੀ ਜਿਹੜੀ ਝੰਡ ਸੀ ਉਹ ਬਾਬਾ ਜੀ ਦੇ ਦਿਆਲ ਸਿੰਘ ਦੇ ਹੱਥ 'ਚ ਆ ਗਈ ਅਤੇ ਉਹਨਾਂ ਨੇ ਖਿੱਚ ਕੇ ਸੱਜੇ ਹੱਥ ਨਾਲ ਸੂਤੀ ਮਿਆਨੋ ਤਲਵਾਰ ਜਿਹੜੀ ਸੂਤੀ ਸੀ ਉਸ ਨਾਲ ਉਹਨਾਂ ਦਾ ਸੀਸ ਉਤਾਰਤਾ। ਆਓ ਤਵੱਜੋ ਨਾ ਤੱਕਣਾ, ਬਾਬਾ ਦਿਆਲ ਸਿੰਘ ਜੀ ਜਹਾਨ ਖਾਂ ਨੂੰ ਅਹੁਦੇ 'ਚੋਂ ਕੱਢ ਕੇ ਇਸ ਤਰ੍ਹਾਂ ਸ਼ਹੀਦ ਕਰਦੇ ਨੇ। ਵੱਧਦਾ ਗਿਆ ਦਿਆਲ ਸਿਉਂ ਲੈ ਕਰ 500 ਜਵਾਨ ਹਾਥੀ ਉੱਪਰੋਂ ਗੇਰ ਲਿਆ ਲੜਦਾ ਖਾਨ ਜਹਾਨ। ਸੋਣੋ ਬੈਠ ਕੇ ਮੋਹਣਾ ਚੜੀ ਕਾਬਲੀ ਦੀ ਸੈਨਾ ਤੋਰੇ ਆਉਂਦੇ ਬੰਨੀ ਲੈਣਾ ਉੱਪਰ ਤਰੰਗਾਂ ਦੇ ਸਾਤ ਤੋਪ ਤੋਪ ਚੀ ਸਾਮਾਨੇ ਜੰਗਾਂ ਦੇ ਨਾਮ ਸੀ ਜਹਾਨ ਖਾਨ ਕਰੇ ਫੌਜ ਦੀ ਕਮਾਨ ਵੱਜੇ ਸੂਰਜ ਸਮਾਨ ਚਮਕਾਰ ਤਾਜਦਾ ਕਾਬਲੀ ਪਠਾਣ ਹਾਥੀ ਦੇ ਮਹਾਰਾਜਦਾ ਸਾਨਾ ਵਾਂਗੂ ਫਿਸੇਗੀ ਜਬਰ ਦਸ ਤੋਂ ਕੇਰਾ ਪਾ ਕੇ ਮਾਰ ਦੇ ਪਠਾਣ ਪਾਸ ਤੋਂ ਮਾਨ ਜੈਸਾ ਕੱਛਾ ਮਾਰੇ ਵੜ ਕੇ ਨੂੰ ਵੱਛਾ ਪੰਜ ਗੋਣੇ ਦੂਜਾ ਨਸ਼ਾ ਸੀ ਚੜਿਆ ਵੈ ਰਾਜ ਦਾ ਕਾਬਲੀ ਪਠਾਣ ਹਾਥੀ ਦੇ ਵੋ ਰਾਜ ਦਾ ਬੱਚੇ ਤੌੜੇ ਥੇ ਆ ਥੌੜੇ ਸੀ ਬਾਣਾ ਤੇ ਖਾਨੇ ਚੌੜੇ ਪੁੱਤ ਕੌੜੀ ਮਾਂ ਦੇ ਕੌੜੇ ਕੌੜੇ ਦੁੱਧ ਚੁੰਗ ਕੇ ਤੇਰੇ ਲਾਤਾ ਸੂਰਾਂ ਮਿਆਂ ਦੁੰਬਾਂ ਨੂੰ ਡੁੰਗ ਕੇ ਹਾਲੀ ਕੀਤਾ ਸਾਰਾ ਪੱਥਰ ਗੜਾ ਹਾਥੀ ਕੋਲੇ ਲੱਥਾ ਪਿੱਛੋਂ ਆ ਕੇ ਨਵਾਂ ਜੱਥਾ ਸੀ ਸਿੰਘਾਂ ਦਾ ਰਲ ਪਿਆ ਗਿਆਲ ਸਿੰਘ ਡੇਗ ਦਾ ਦਲਾਂ ਵੇ ਥੱਲ ਪਿਆ ਹੈ ਤਾਰੀਖ ਵਾਲੇ ਆਦੇ ਮਾਰੇ 9000 ਜ਼ਿਆਦੇ ਫਿਰ ਕਰ ਹਾਥੀ ਵਾਲੇ ਨੂੰ ਗੇੜਾ ਦੇਵੇ ਤੋਲੇ ਤੋਲੇ ਕੇ ਗਾਂਦਾਲੇ ਨੂੰ ਨਾਲੇ ਨਾਲੇ ਜਾਂਦਾ ਪੱਖ ਹੌਲੀ ਜੀ ਬਚਾ ਕੇ ਅੱਖ ਦੰਦਾਂ ਉੱਤੇ ਪੈਰ ਰੱਖ ਕੇ ਟਾਲੇ ਨਾ ਗੱਲ ਪਿਆ ਜਲ ਸਿੰਘ ਡੇਗ ਦਾ ਦਲਾਂ ਦੇ ਗੱਲ ਪਿਆ ਖਾਦੇ ਸੂਰਾਂ ਮੇਨੇ ਗੇੜੇ ਕਰੇ ਕੜੀ ਚ ਨਾ ਬੇੜੇ ਖੰਡਾ ਮਾਰਿਆ ਹੋ ਕੇ ਨੇੜੇ ਸੀ ਮੋਹਤ ਚੀਰਤਾ ਸਿੰਘ ਸਰਦਾਰ ਨੇ ਦਖਾਤੀ ਬੀਰਤਾ ਕੀਤਾ ਖਾਨਾ ਉੱਤੇ ਵਾਰ ਹੁੰਦਾ ਲਹੂ ਨਾਲ ਪਰ ਰੰਗ ਲਾਲ ਸੂਹਾ ਕਰ ਦਸ ਨੇਰੀ ਸਾਜਦ ਕਾਬਲੀ ਪਠਾਣ ਹਾਥੀ ਦੇ ਵਰਾਜਦ ਸੀਸ ਲਾਇਆ ਯੂਤਾ ਚੜ ਜੀਰੀ ਹੁੰਦੇ ਵਿੱਚ ਤੜ ਹਾਥੀ ਫੌਜ ਵਿੱਚ ਵੜ ਗਿਆ ਚਕਾਈਆਂ ਚੁੰਗੀਆਂ ਤਾਰਤੀ ਤੇ ਉਡਦੀਆਂ ਫਿਰਨ ਲੁੰਗੀਆਂ ਮਾਰਤਾ ਜਹਾਨ ਖਾਨ ਕਰੀ ਹਾਲਤ ਵਰਾਣਾ ਬਾਬੂ ਮਿਲ ਗਿਆ ਪਠਾਣ ਨੂੰ ਕਰੀ ਆ ਫਲ ਪਿਆ ਗਿਆਲ ਸਿੰਘ ਡੇਗ ਦਾ ਦਲਾਂ ਦੇ ਗੱਲ ਪਿਆ ਸਿਆਣਿਓ ਸਰੋਤੋ ਬਾਬਾ ਦਿਆਲ ਸਿੰਘ ਜੀ ਨੇ ਜਦੋਂ ਜਹਾਨ ਖਾਂ ਨੂੰ ਮਾਰਤਾ
ਹਾਥੀ ਦੇ ਗਰਦਨ ਤੋਂ ਛਲਾਂਗ ਮਾਰ ਕੇ ਥੱਲੇ ਉਤਰਿਆ ਅਤੇ ਹੱਥ ਵਿੱਚ ਖੱਬੇ 'ਚ ਪਕੜਿਆ ਜਹਾਨ ਖਾਂ ਦਾ ਸਿਰ ਬੋਦੀਆਂ ਤੋਂ ਫੜ ਕੇ ਅਤੇ ਸੱਜੇ ਹੱਥ ਵਿੱਚ ਖੰਡਾ ਹੌਸਲੇ 'ਚ ਦੁਸ਼ਮਣਾਂ ਦੀ ਫੌਜ ਬਣੀ ਵੱਧਦਾ ਜਾ ਰਿਹਾ। ਜਦੋਂ ਕਿਸੇ ਫੌਜ ਦਾ ਆਗੂ ਮਾਰਿਆ ਜਾਵੇ, ਜਰਨੈਲ ਮਾਰਿਆ ਜਾਵੇ, ਜਾਂ ਤਾਂ ਫੌਜ ਫਿਰ ਤਕੜੀ ਹੋ ਜਾਂਦੀ ਹੈ ਜਾਂ ਫਿਰ ਮਨ ਹਾਰ ਜਾਂਦੀ ਹੈ। ਇੱਕ ਵਾਰੀ ਦੁਸ਼ਮਣਾਂ ਨੂੰ ਚੜ੍ਹਿਆ ਜੋਸ਼, ਉਹ ਇੱਕ ਵਾਰ ਲਗੜਾਂ ਵਾਂਗ ਬਾਬਾ ਦਿਆਲ ਸਿੰਘ 'ਤੇ ਫੌਜ ਟੁੱਟ ਪਈ। ਬਾਬਾ ਦਿਆਲ ਸਿੰਘ ਜੀ ਦੀ ਜਾਨ ਖਤਰੇ 'ਚ ਆ ਗਈ। ਜਦ ਬਾਬਾ ਦੀਪ ਸਿੰਘ ਸ਼ਹੀਦ ਨੇ ਦੇਖਿਆ ਕਿ ਭਾਈ ਦਿਆਲ ਸਿੰਘ ਦੀ ਜਾਨ ਖਤਰੇ 'ਚ ਹੈ, ਉਹਦੀ ਮਦਦ ਕਰਨੀ ਚਾਹੀਦੀ ਹੈ, ਬਾਬਾ ਦੀਪ ਸਿੰਘ ਜੀ 18 ਸਿਰ ਦਾ ਖੰਡਾ ਲੈ ਕੇ ਅੱਗੇ ਟਿੱਡੀ ਦਾ ਲੈ ਕਿਹੜਾ ਰਸਤਾ ਸਾਫ਼ ਸੀ, ਜੇ ਤਾਂ ਇਸ ਪਾਸੇ ਖੰਡਾ ਵਾਹੁੰਦੇ ਹੈ ਇੱਕ ਦੋ ਸਿਰ ਇੱਧਰ ਡਿੱਗ ਪੈਂਦੇ ਹੈ, ਜੇ ਇਸ ਪਾਸੇ ਖੰਡਾ ਮੋੜਦੇ ਹੈ ਇੱਕ ਦੋ ਸਿਰ ਇੱਧਰ ਡਿੱਗ ਪੈਂਦੇ ਹੈ। ਤੋ ਬਾਬਾ ਦਿਆਲ ਸਿੰਘ ਜੀ ਦੀ ਸਹਾਇਤਾ ਕਰਨ ਲਈ ਬਾਬਾ ਦੀਪ ਸਿੰਘ ਜੀ ਵੱਧ ਦੇ ਗਏ। ਪਿਆਰਿਓ, ਜਮਾਲ ਸ਼ਾਹ ਨੌਜਵਾਨ ਮੁੰਡਾ ਜ਼ਬਰਦਸਤ ਖਾਂ, ਇਹ ਦੋਨੋਂ ਜਰਨੈਲ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਪਿੱਛਾ ਕੀਤਾ ਅਤੇ ਦੌੜੇ ਆਪਣੇ ਘੋੜੇ ਲੈ ਕੇ। ਹੈਰਾਨੀ ਦੀ ਗੱਲ ਹੈ, ਉਹ ਕਬਰ 'ਚ ਲੱਤਾਂ, 80-100 ਸਾਲ ਦਾ ਬੁੱਢਾ, ਅਨੇਕਾਂ ਮਾਵਾਂ ਦੇ ਨੌਜਵਾਨ ਪੁੱਤਰਾਂ ਨੂੰ ਉਹ ਸਦਾ ਦੀ ਨੀਂਦ ਸੁਆਈ ਜਾਂਦਾ ਹੈ। ਸਰੋਤੇ ਸੱਜਣੋ, ਘੋੜਿਆਂ ਦੀ ਟਾਪ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੱਜੇ ਮੋਢੇ ਉੱਤੋਂ ਦੀ ਔਕੜ ਕੇ ਪਿਛਾਹ ਨੂੰ ਦੇਖਿਆ। ਇੰਨੇ ਚਿਰ ਨੂੰ ਜਮਾਲ ਸ਼ਾਹ ਕਹਿੰਦਾ, ਬਾਬਾ ਦੇਖਦਾ ਕੀ ਹੈ, ਤੇਰੇ ਨਾਲ ਦੋ ਹੱਥ ਕਰਨ ਲਈ ਆਏ ਹੈ। ਤੋ ਬਾਬਾ ਦੀਪ ਸਿੰਘ ਜੀ ਸਹਿਜੇ ਹੀ ਕਹਿਣ ਲੱਗੇ, ਬਈ ਬਰਖੁਰਦਾਰ ਕਾਕਾ, ਤੇਰੇ ਹਾਣ ਦੇ ਬੜੇ ਨੌਜਵਾਨ ਫਿਰਦੇ ਹੈ, ਤੂੰ ਆਪਣੇ ਹਾਣਦਿਆਂ ਨਾਲ ਮੈਚ ਪਾ ਲਾ, ਮੈਂ ਤਾਂ ਆਪਣੇ ਹਾਣੀਆਂ ਨੂੰ ਲੱਭਦਾ ਫਿਰਦਾ। ਉਹ ਕਹਿੰਦਾ, ਉਹ ਬਾਬਾ ਤੂੰ ਸਾਰੀ ਉਮਰ ਖਾਈ ਬੈਠਾ, ਅਨੇਕਾਂ ਮਾਵਾਂ ਦੇ ਪੁੱਤਾਂ ਨੂੰ ਸਦਾ ਦੀ ਨੀਂਦ ਸੁਆਤਾ, ਇੰਨੀ ਗੱਲ ਕਹਿਣ ਦੀ ਡੇਰ ਸੀ। ਬਾਬਾ ਦੀਪ ਸਿੰਘ ਕਹਿਣ ਲੱਗਾ, ਜਿਨ੍ਹਾਂ ਮਾਵਾਂ ਦੇ ਪੁੱਤ ਜੰਗ 'ਚ ਲੜ ਕੇ ਸ਼ਹੀਦ ਹੋ ਰਹੇ ਹੈ, ਕੀ ਉਹਨਾਂ ਮਾਵਾਂ ਨਾਲ ਤੁਹਾਡੀ ਹਮਦਰਦੀ ਹੈ, ਕੀ ਉਹਨਾਂ ਭੈਣਾਂ ਨਾਲ ਤੁਹਾਡੀ ਹਮਦਰਦੀ ਹੈ ਜਿਨ੍ਹਾਂ ਭੈਣਾਂ ਦੇ ਵੀਰ ਇੱਥੇ ਵਿਛੜ ਰਹੇ ਹੈ। ਇਹ ਗੱਲ ਬਈ ਸਾਨੂੰ ਤਾਂ ਗਲ ਪਈ, ਲੜਾਈ ਲੜਨੀ ਪਈ, ਅਸੀਂ ਤਾਂ ਸਿਰ ਚਾੜੀ ਹੋਈ ਭਾਜੀ ਮੋੜ ਰਹੇ ਹਾਂ, ਪਰ ਸਾਨੂੰ ਕਿਸੇ 'ਤੇ ਵਾਅਦਾ ਕਰਨ ਦੀ ਲੋੜ ਨਹੀਂ ਸੀ, ਤੁਸੀਂ ਸਾਡੇ ਸਿਰ ਨਿਉਂਦਾ ਜਿਹੜਾ ਚਾੜਿਆ ਉਹਦਾ ਉਤਾਰਨਾ ਖਾਲਸੇ ਦਾ ਫਰਜ਼ ਹੈ। ਤੋ ਬਾਬਾ ਦੀਪ ਸਿੰਘ ਦੀ ਇਹ ਗੱਲ ਸੁਣ ਕੇ ਕਿ ਤੇਰੀ ਉਮਰ ਛੋਟੀ ਹੈ, ਤੂੰ ਆਪਣੇ ਹਾਣੀਆਂ ਨਾਲ ਜਾ ਕੇ ਲੜਾਈ ਲੜ ਲਾ, ਤੋ ਜਮਾਲ ਸ਼ਾਹ ਦੇ ਮਨ 'ਚ ਗਿਆ ਬਈ ਸ਼ਾਇਦ ਬਜ਼ੁਰਗ ਸਮਝਦਾ ਸਧਾਰਨ ਬੰਦਾ ਹੈ, ਕੋਈ ਸਧਾਰਨ ਸਿਪਾਹੀ ਹੈ। ਉਹਨੇ ਫਿਰ ਕਿਹਾ, ਬਾਬਾ ਮੈਂ ਤਾਂ ਇਸ ਫੌਜ ਦਾ ਸਹਾਇਕ ਜਰਨੈਲ ਹਾਂ, ਮੈਂ ਕੋਈ ਸਿਪਾਹੀ ਨਹੀਂ, ਜਰਨੈਲ ਦੀ ਜਰਨੈਲ ਨਾਲ ਲੜਾਈ ਹੋਣੀ ਚਾਹੀਦੀ ਹੈ। ਇੰਨੇ ਚਿਰ ਨੂੰ ਬਾਬਾ ਜੀ ਰੁਕ ਗਏ, ਚੰਗਾ ਭਾਈ ਤੇਰੀ ਮਰਜ਼ੀ ਹੈ। ਲਓ ਸਰੋਤੇ ਸੱਜਣੋ, ਇੱਕ ਹੋਰ ਬਹੁਤ ਵੱਡੀ ਗੱਲ ਕਹੀਤੀ ਜਮਾਲ ਸ਼ਾਹ ਨੇ, ਬਾਬਾ ਕਿਉਂ ਮਰਾਉਂਦੇ ਆ ਲੋਕਾਂ ਨੂੰ? ਅਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਪਹਿਲੇ ਨਹੀਂ ਮਰਾ ਕੇ ਰਾਜੀ, ਕੀ ਚਾਹੁੰਦਾ? ਕਹਿੰਦੇ ਤੁਸੀਂ ਅੰਮ੍ਰਿਤਸਰ ਛੱਡ ਜਾਵੋ ਅਤੇ ਸਾਡੀ ਤੁਹਾਡੇ ਨਾਲ ਲੜਾਈ ਕਾਹਦੀ ਹੈ, ਰੌਲਾ ਤਾਂ ਸਾਰਾ ਅੰਮ੍ਰਿਤਸਰ ਦਾ ਨਾ। ਉਹ ਆਦੇ ਜੀ, ਇਸ ਤਰ੍ਹਾਂ ਤਾਂ ਨਹੀਂ ਛੱਡਿਆ ਜਾਂਦਾ, ਕਿਸੇ ਬਹਾਨੇ ਨਾਲ ਛੱਡਿਆ ਜਾਓ, ਕੀ ਬਹਾਨਾ? ਆਦੇ ਤੇਰੀ ਮੇਰੀ ਹੋਣੀ ਚਾਹੀਦੀ ਹੈ ਲੜਾਈ, ਜੇ ਤਾਂ ਮੈਂ ਤੈਨੂੰ ਸ਼ਹੀਦ ਕਰ ਲਾਂ ਤੁਸੀਂ ਮੁੜ ਜਾਓ, ਜੇ ਤੂੰ ਮੈਨੂੰ ਸ਼ਹੀਦ ਕਰ ਦੇਵੇਂ ਤਾਂ ਅਸੀਂ ਮੁੜ ਜਾਵਾਂਗੇ। ਬਾਬਾ ਦੀਪ ਸਿੰਘ ਕਹਿਣ ਲੱਗੇ, ਜੀ ਤੁਸੀਂ ਤਾਂ ਮੁੜ ਤੁਸੀਂ ਤਾਂ ਬੇਸ਼ੱਕ ਮੁੜ ਜਾਵੋ, ਪਰ ਸਾਡਾ ਤਾਂ ਸਿੰਘ ਜਿੰਨਾ ਚਿਰ ਇੱਕ ਇੱਕ ਸ਼ਹੀਦ ਨਹੀਂ ਹੁੰਦਾ ਉਹਨਾਂ ਚਿਰ ਵਾਪਸ ਤਾਂ ਨਹੀਂ ਜਾਂਦਾ। ਪਿਆਰੋ, ਜ਼ਿਆਦਾ ਵਾਦ ਵਿਵਾਦ ਨਾ ਘਬਰਾਈਏ, ਗਿਣਤੀ ਦੇ ਮਿੰਟ ਹੈ। ਤੋ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਭਾਈ ਜਿਵੇਂ ਤੂੰ ਚਾਹੁੰਦਾ ਉਵੇਂ ਕਰ ਲਾ। ਉਸ ਜਰਨੈਲ ਨੇ ਕਹਿ ਕੇ ਨਗਾਰਚੀ ਨੂੰ ਟਮਕ ਵਜਾਤੀ, ਲਾਲ ਝੰਡੇ ਦੀ ਥਾਂ ਚਿੱਟਾ ਝੰਡਾ ਚੜ੍ਹ ਗਿਆ। ਇੱਕ ਪਾਸੇ ਦੁਸ਼ਮਣਾਂ ਦਾ ਦਲ ਖੜ੍ਹਾ, ਇੱਕ ਪਾਸੇ ਸਿੰਘਾਂ ਦੇ ਜੱਥੇ ਖੜੋਤੇ ਹੈ। ਫੈਸਲਾ ਹੋਇਆ ਕਿ ਬਾਬਾ ਦੀਪ ਸਿੰਘ ਅਤੇ ਜਮਾਲ ਸ਼ਾਹ ਦੀ ਲੜਾਈ ਹੋ ਜੇ। ਲਓ ਸਰੋਤੋ, ਤੁਸੀਂ ਬਹੁਤ ਕੁਝ ਚੰਗੇ ਚੰਗੇ ਜੱਥੇ ਸੁਣੇ ਹੈ, ਬੜੇ ਕਾਬਲ ਕਾਬਲ ਲੈਕਚਰਾਰ ਪ੍ਰਚਾਰਕ, ਬਹੁਤ ਚੰਗੇ ਚੰਗੇ ਪ੍ਰੀਚਰ ਤੁਸੀਂ ਇੱਥੇ ਮੰਗਵਾਏ ਹਨ। ਤੋ ਮੈਂ ਤਾਂ ਹਾਲੇ ਅੱਗੇ ਚੱਲ ਕੇ ਕਹਾਣੀ ਸ਼ੁਰੂ ਕਰਾਂਗੇ, ਇੱਕ ਦੋ ਦਿਨ ਹੋਏ ਹੈ, ਪਤਾ ਨਹੀਂ ਸੰਗਤ ਨੂੰ ਸਾਡੀ ਕਿਹੜੀ ਚੀਜ਼ ਪਸੰਦ ਆਉਣੀ ਹੈ। ਕੋਸ਼ਿਸ਼ ਕਰਾਂਗੇ ਕਿ ਜਿੰਨੀ ਕੁ ਗੁਰੂ ਨੇ ਵਿੱਦਿਆ ਬਖਸ਼ਿਸ਼ ਕੀਤੀ ਵੱਧ ਤੋਂ ਵੱਧ ਤੁਹਾਡੇ ਪਾਸ ਬਖੇਰ ਸਕੀਏ। ਬਾਬਾ ਦੀਪ ਸਿੰਘ ਅਤੇ ਜਮਾਲ ਸ਼ਾਹ ਮੈਦਾਨ 'ਚ ਖੜ੍ਹੇ ਹੈ। ਕਈ ਮੇਰੇ ਵਰਗੇ ਭੁੱਲੜ ਪ੍ਰਚਾਰਕ ਕਹਿ ਦਿੰਦੇ ਹੈ ਕਿ ਬਾਬਾ ਦੀਪ ਸਿੰਘ ਨੇ ਮਾਰਿਆ ਖੰਡਾ ਅਤੇ ਜਮਾਲ ਸ਼ਾਹ ਦਾ ਸਿਰ ਕੱਦੂ ਵਾਂਗੂ ਲਾਤਾ। ਸਰੋਤੇ ਸੱਜਣੋ, ਜਿਹੜੇ ਸੂਰਮੇ ਹੁੰਦੇ ਹੈ, ਜਿਹੜੇ ਬਹਾਦਰ ਹੁੰਦੇ ਹੈ, ਇਹਨਾਂ ਦੇ ਸਿਰ ਕੱਦੂ ਵਾਂਗੂ ਨਹੀਂ ਲੈਂਦੇ। ਇਹ ਤਾਂ ਬਹਾਦਰ ਘੰਟਿਆਂ ਬੱਧੀ ਲੜਦੇ ਰਹਿੰਦੇ। ਇਤਿਹਾਸ ਜਿਨ੍ਹਾਂ ਨੇ ਘੋਖਿਆ ਪਤਾ ਹੋਵੇਗਾ, ਬਾਬਾ ਦੀਪ ਸਿੰਘ ਅਤੇ ਜਮਾਲ ਸ਼ਾਹ ਇੱਕ ਪਹਿਰ ਲੜਦੇ ਰਹੇ 3 ਘੰਟੇ। ਇਹਨਾਂ ਸਾਨਾਂ ਦਾ ਜਿਵੇਂ ਭੇੜ ਹੁੰਦਾ, ਜ਼ਮੀਨ ਵਿੱਚ ਟੋਏ ਪੈ ਗਏ,
ਬਾਬਾ ਦੀਪ ਸਿੰਘ ਜੀ ਦਾ ਸਰੀਰ ਝੂਠਾ ਪੈ ਗਿਆ, ਲੱਤਾਂ ਥਿਬਕਦੀਆਂ, ਡੌਲੇ ਫਰਕਦੇ ਐ। ਇਸ ਪਾਸੇ ਤਾਂ ਬਜ਼ੁਰਗ ਸੀ, 85 ਸਾਲ ਦੇ ਸੀ, ਦੂਸਰੇ ਪਾਸੇ ਨੌਜਵਾਨ ਮੁੱਛ ਫੋਟ 22 ਸਾਲ ਦਾ ਉਹ ਜਮਾਲ ਸ਼ਾਹ, ਉਹਦੇ ਸਰੀਰ 'ਚ ਵੀ ਸੱਤਿਆ ਨਾ ਰਹੀ ਪਿਆਰਿਓ, ਉਹਦਾ ਸਰੀਰ ਥਿਬਕਦਾ ਫਿਰਦਾ। ਆਖਿਰ ਕਾਰਨ ਕੀ ਹੋਇਆ? ਦੋਨੋਂ ਬਹਾਦਰ ਲੜਦੇ ਆ ਸਾਂਝੇ ਚੱਲਣੇ ਵਾਰ, ਦੋਨਾਂ ਦੇ ਸੀਸ ਕੱਟੇ ਜਾਣੇ। ਆਓ ਤਵੱਜੋ ਨਾ ਤੱਕਿਓ, ਇੱਕ ਇੱਕ ਕਾਫੀਏ ਨੂੰ ਸਰਵਣ ਕਰੋਗੇ ਗੌਰ ਨਾਲ, ਸੱਚਮੁੱਚ ਇੱਕ ਪਾਸੇ ਜਮਾਲ ਸ਼ਾਹ, ਦੂਸਰੇ ਪਾਸੇ ਸ਼ਹੀਦ ਬਜ਼ੁਰਗ ਬਾਬਾ ਦੀਪ ਸਿੰਘ, ਉਹ ਦੋਹੇ ਬਹਾਦਰ ਮੈਦਾਨ 'ਚ ਲੜਦੇ ਆਪ ਨੂੰ ਨਜ਼ਰ ਆਉਣਗੇ, ਦੋਨੋਂ ਸੁਰਮੇ ਮੈਦਾਨ 'ਚੋਂ ਲੜ ਰਹੇ ਨੇ। ਬੜਾ ਜਵਾਨ ਜਮਾਲ ਸ਼ਾਹ ਆਉਂਦਾ ਨਹੀਂ ਸ਼ੁਮਾਰ, ਦੀਪ ਸਿੰਘ ਸਰਦਾਰ ਨੂੰ ਰਣ ਵਿੱਚ ਰਿਹਾ ਵੰਗਾਰ। ਉਹ ਦੀਪ ਸਿੰਘ ਸ਼ਾਹ ਜਮਾਲ ਲੜਾ ਕੇ ਉਤਰੇ ਵਿਚਾਲੇ ਰਣ ਦੇ, ਸ਼ਾਹ ਜਮਾਲ ਦੀ ਜਵਾਨੀ ਪਾਰਮੀ, ਦੀਪ ਸਿਉਂ 50 ਸਾਲ ਦਾ ਆ ਕੇ ਖੜੀਆਂ ਪਲਟਣਾ ਲਾਉਣੇ, ਵੇਖਦੇ ਤਮਾਸ਼ ਜੁੱਧ ਦੇ, ਇੱਕ ਤਰਫ ਸਿੰਘਾਂ ਦੀਆਂ ਪੂਰੀਆਂ, ਦੂਜੇ ਦਾ ਪਠਾਨ ਕਾਬਲੀ ਸਿੰਘ ਸੂਰਮਾ ਬੜਾ ਫਰਤੀਲਾ ਫੇਰਦਾ ਵਖਾਉਂਦਾ ਪੈਂਤਰੇ ਯਾਰ ਕੋਲ ਦਾ ਦੁਤਾਰਾ ਬਾਰਸ਼ਾ, ਲੜ ਜੂਅਡਾਰੀ ਮਾਰ ਕੇ ਗੇੜੇ ਕੱਢਦਾ ਦਰਾਨੀ ਪਾਰਾ, ਨਾਗ ਦੇ ਸਮਾਨ ਸ਼ੁਕਰੇ, ਹੀਰੇ ਜੜੇ ਵੇ ਸੁਨਹਿਰੀ ਮੁੱਠ ਤੇ ਬਿਜਲੀ ਸਮਾਨ ਲਾਸ਼ ਕੇ ਸਰਦਾਰ ਜੀ ਖੰਡੇ ਨੂੰ ਤੋਲੇ ਬਈ ਸਰਦਾਰ ਜੀ ਖੰਡੇ ਨੂੰ ਤੋਲੇ, ਮੁੱਖ ਚੋਂ ਜਕਾਰਾ ਬੋਲ ਕੇ ਅੱਖਾਂ ਕੌੜੀਆਂ ਮਸ਼ਹਿਰੇ ਫਾਰ ਕੇ, ਤੌਣ ਦੀ ਖੜੋਗੀ ਚੰਡ ਜੀ ਗੇੜੇ ਕੱਢਦਾ, ਫਿਰਦਾ ਹੱਥਾਂ ਤੇ ਵੱਢਦਾ ਗੱਭਰੂ ਮਕਾਬਲ ਦਾ, ਗੋਰੇ ਹੱਥ ਚ ਭਵਾਨੀ ਫਾਬਦੀ, ਚੱਕਦਾ ਪਠਾਨ ਚੁੰਗੀਆਂ ਦੀਪ ਸਿੰਘ ਨੇ ਬਣਾਤੇ ਟੋਏ, ਬਾਰਸ਼ਾ ਕਬੋ ਕੇ ਕੱਪਦੇ ਖੰਡਾ ਤੂਲਿਆ ਲਹੂ ਦਾ ਲਿਬੜਿਆ, ਇੱਕ ਚ ਬਣਾਈਆਂ ਮੋਰੀਆਂ ਖਾਨ ਮਾਸ ਦੇ ਅੜਾ ਤੇ ਬਚਰੇ, ਖਾਨ ਮਾਸ ਦੇ ਅੜਾ ਤੇ ਬਚਰੇ, ਤੇ ਰਿਸ਼ੀ ਕਟਾਰੀ ਮਾਰ ਕੇ ਜਾਣੀ ਫੁੱਟ ਪੇ ਜਿਸਮ ਚੋ ਸੋਮੇ, ਵਗਦੇ ਕਰਾਲ ਰੱਤ ਦੇ ਜਵਾਨ ਭੁੱਕਦੇ ਬਰੋਲਿਆਂ ਵਾਂਗੂ, ਰੱਬ ਨੇ ਕਰਾ ਤੇ ਟਾਕਰੇ ਪੋਜਾਂ ਥੱਕੀਆਂ, ਪੋਜਾ ਦੀਪ ਸਿੰਘ ਦੇ ਸੁਸਤ ਹੱਥ ਚੱਲਦੇ, ਰੁਕ ਕੇ ਚਲਾਵੇ ਬਾਰਸ਼ਾ ਪੂਜਾ ਥੱਕੀਆਂ ਥਿਬਕਦਾ ਫਿਰਦਾ ਗੱਭਰੂ ਕੰਧਾਰ ਵੱਲ ਦਾ, ਦੋਵੇਂ ਡਿੱਗੀਆਂ ਜ਼ਮੀਨ ਉੱਤੇ ਕੇਰ ਚਾ, ਧੌਣਾ ਦੇ ਵਿਚਾਲੇ ਵੱਜ ਕੇ ਸਲਵਾਰ ਚੋਂ ਨੁਚੜਦਾ ਮਹਿਲਾ, ਭਿੱਜ ਗਿਆ ਕਸ਼ਹਿਰਾ ਸਿੰਘ ਦਾ, ਵਾਰ ਚੱਲ ਗਏ ਦੋਹਾਂ ਦੇ ਸਾਂਝੇ, ਧੌਣਾ ਤੋਂ ਉਤਾਰ ਸੀਸ ਗਏ ਵੱਜੇ ਦਮ ਦੇ ਤੇ ਬਾਬੂ ਜੀ ਦਲੇਰ ਸੂਰਮੇ ਨਾਨੇ ਤੇ ਜੰਮਦੇ। ਸਰੋਤੇ ਸੱਜਣਾ, ਸੰਸਾਰ ਲੋਕ ਰੋਜ਼ ਜੰਮਦੇ ਆ, ਰੋਜ਼ ਸੰਸਾਰ ਦੇ ਲੋਕ ਮਰਦੇ ਹਨ, ਪਰ ਨੀਤੀਵਾਨ ਬੁੱਧੀਜੀਵੀ ਕਹਿੰਦੇ ਆ, ਦਾਤਾ ਤੇ ਭਗਤ ਤੇ ਸੂਰਮਾ ਨਿੱਤ ਨਿੱਤ ਮਾਂ ਦੀ ਪੇਟੋ ਜਨਮ ਨਹੀਂ ਲੈਂਦੇ। ਉਸ ਮਾਂ ਦੀ ਬਹੁਤ ਵੱਡੀ ਕਈਆਂ ਜਨਮਾਂ ਦੀ ਤਪੱਸਿਆ ਹੁੰਦੀ ਹੈ, ਜਿਸਦੇ ਕੁੱਖ ਚੋਂ ਭਗਤ ਜਨਮ ਲੈਂਦਾ। ਉਸ ਮਾਂ ਦੀ ਵੀ ਬਹੁਤ ਉੱਚੀ ਕਮਾਈ ਹੁੰਦੀ ਹੈ, ਜਿਸਦੇ ਪੇਟੋਂ ਸੂਰਮਾ ਜਨਮ ਲੈਂਦਾ। ਉਹ ਵੀ ਮਾਂ ਦਾ ਬਹੁਤ ਜਨਮਾਂ ਦੀ ਭਗਤੀ ਇਕੱਠੀ ਹੁੰਦੀ ਹੈ, ਜਿਸਦੇ ਪੈਦੋਂ ਕੁੱਖੋਂ ਦਾਤਾ ਪੈਦਾ ਹੁੰਦਾ। ਇਸ ਤਰ੍ਹਾਂ ਦੋਨਾਂ ਬਹਾਦਰਾਂ ਦੇ ਸਾਂਝੇ ਚੱਲੇ ਵਾਰ, ਦੋਨਾਂ ਦੇ ਸਿਰ ਕਲਮ ਹੋ ਗਏ, ਤੜਫ ਤੜਫ ਕੇ ਸ਼ਾਂਤ ਹੋ ਗਏ। ਨਾ ਖਾਲਸੇ ਦੀ ਜਿੱਤ ਹੋਈ, ਨਾ ਸਲਾਮੀਆਂ ਦੀ ਹਾਰ ਹੋਈ। ਸਰੋਤੇ ਸੱਜਣੋ, ਮੁਸਲਮਾਨ ਮਨ ਹਾਰ ਕੇ ਬੈਠ ਗਏ। ਅਸੀਂ ਤਾਂ ਇੱਕ ਜਰਨੈਲ ਨੂੰ ਰੋਂਦੇ ਸਾਂ, ਇੱਕ ਹੋਰ ਜਰਨੈਲ ਦੇ ਬੈਠੇ। ਇੰਨੇ ਚਿਰ ਨੂੰ ਮੁਸਲਮਾਨਾਂ ਦੀ ਖਾਨਾਂ ਦੀ ਫੌਜ ਪਛਾਂ ਹੋ ਗਈ। ਹੁਣ ਸਿੱਖ ਖਾਲਸਾ ਪੰਥ
ਫੈਸਲਾ ਕਰਨ ਲੱਗਾ ਹੁਣ ਕੀ ਕੀਤਾ ਜਾਏ। ਪੰਜ ਸਿੰਘ ਇਕੱਠੇ ਹੋ ਗਏ ਅਤੇ ਬਾਬਾ ਦੀਪ ਸਿੰਘ ਜੀ ਦੀ ਲਾਸ਼ ਕੋਲੇ ਕਹਿਣ ਲੱਗੇ, ਤੁਸੀਂ ਕੱਲ੍ਹ ਅਰਦਾਸ ਸੁਣੀ ਲਈ ਸੀ, ਬਾਬਾ ਜੀ ਨੇ ਪ੍ਰਤਿਗਿਆ ਕੀਤੀ ਸੀ ਨਾ ਕਿ ਜੇ ਸਾਡਾ ਸਿਰ ਲੱਗੇ ਤਾਂ ਪਰਕਰਮਿਆਂ 'ਤੇ ਜਾ ਕੇ ਲੱਗੇ। ਉਹ ਆਦੇ ਬਾਬਾ ਤੂੰ ਕਿੱਡਾ ਝੂਠ ਬੋਲਿਆ, ਜੇ ਤੂੰ ਸਾਡਾ ਨੇਤਾ ਹੋ ਕੇ ਤੂੰ ਰਾਹੇ ਰਹਿ ਗਿਆ, ਹੁਣ ਦੱਸ ਅਸੀਂ ਫਿਰ ਕਿਹੜੇ ਖੂਹ 'ਚ ਜਾਈਏ, ਗਾਂਹ ਜਾਈਏ ਜਾਂ ਪਛਾਹ ਜਾਈਏ, ਅਰਦਾਸ ਕੀਤੀ ਹੈ। ਆਓ ਪਿਆਰੋ, ਬਾਬਾ ਜੀ ਦੀ ਲਾਸ਼ ਕੋਲੇ ਬਹਿ ਕੇ ਜੋ ਗੱਲਾਂ ਕਰਨ ਲੱਗੀਆਂ ਨਾ ਸਿੰਘ, ਉਹ ਇਸ ਕਵਿਤਾ 'ਚੋਂ ਸਰਵਣ ਕਰੋਗੇ, ਤਵੱਜੋ ਨਾਲ ਸਰਵਣ ਕਰਨਾ। ਕਹਿਣ ਬਿਰਦ ਦੇ ਨਾਲ ਦੇ ਗਿਆ ਜਵਾਨੋ ਹਾਰ, ਗੂੜੀ ਨੀਂਦਰ ਸੌ ਗਿਆ ਕਰਕੇ ਕਾਲ ਕਰਾਰ। ਉਹ ਸਿੰਘ ਤਾਨੇ ਮਾਰ ਦੇ ਸੀ ਰਹਿ ਗਿਆ ਰਾਹੇ ਸੂਰਮਾ, ਬਾਬਾ ਮਰ ਜਾ ਗਿਆ ਖਿੜ ਕੇ ਤੇ ਮਾਰ ਕੇ ਮੈਂ ਕ ਫੁੱਲਾਂ ਦਾ ਸ਼ਾਬਾ। ਇੱਕ ਵਾਰ ਹੋਵ ਗਲੀ ਤੋਂ ਅਜੇ ਨਾ ਖੋਲ ਸੌਣ ਨੂੰ ਤਣੀਆਂ, ਲਾਲ ਪਤਨ ਡੁੱਬਦਿਆਂ ਨੂੰ ਗੁਰੂ ਦਿਆ ਸ਼ੇਰ ਤੇ ਗਿਆ ਤਨੀਆਂ। ਤੇਰੀ ਮਜਲ ਦਰੇਡੀ ਹੈ ਅਜੇ ਕੋਈ ਕਹਿਉ ਦਾ ਫੈਸਲਾ ਰਹਿੰਦਾ, ਬਾਬਾ ਪਹੁੰਚ ਟਕਾਣੇ ਤੇ ਬੋਲ ਕਰ ਪੂਰਾ ਬਿਲਾ ਸ਼ਕ ਟੈਂਦਾ। ਉੱਠ ਮਾਰ ਸਬੂਕਾ ਤੂੰ ਸੁਤੇ ਨੂੰ ਘੇਰਾ ਹੋ ਗਿਆ ਗਲੀਆਂ, ਲਾਲ ਪੱਤਰ ਡੁੱਬਦਿਆਂ ਨੂੰ ਗੁਰੂ ਦਿਆ ਸ਼ੇਰ ਤੇ ਗਿਆ ਤਲੀਆਂ। ਸਾਨੂੰ ਕਰੇ ਤਗੀਦਾ ਤੂੰ, ਸਾਨੂੰ ਕਰੇ ਤਗੀਦਾ ਤੂੰ, ਉਰੇ ਨਾ ਗਿਰ ਨਾ ਤਾਵ ਪਰ ਸੋਣਾ, ਕਰ ਬੋਲ ਜਵਾਨਾਂ ਤੋਂ ਲੇਟ ਗਏ ਰਾਹੇ ਕਟਾ ਕੇ ਤਾਉਣਾ। ਯੇ ਡੋਬ ਵਿਚਾਲੇ ਤੋਂ ਹੌਸਲੇ ਟਹਿ ਗਏ ਛਾਤੀਆਂ ਛੜੀਆਂ, ਲਾਲ ਪਤਨ ਡੁੱਬਦਿਆਂ ਨੂੰ ਗੁਰੂ ਦਿਆ ਸ਼ੇਰ ਤੇ ਗਿਆ ਤਲੀਆਂ। ਖੜਾ ਹੋ ਜਾ ਮਲਕੜੇ ਜੀ ਜਰਾ ਪਰ ਦੇ ਕੇ ਸਹਾਰੇ ਲੱਤ ਕੇ, ਬਾਬਾ ਬਦਲ ਪੈਂਤਰਾ ਤੂੰ ਅਗਾਂ ਨੂੰ ਵੱਧ ਜਾ ਖੇਲਦਾ ਗੱਤ ਕੇ। ਲਾਲ ਢੇਰ ਪਠਾਣਾ ਦੇ ਜਿਸਮ ਚੋ ਕਰਨ ਲਹੂ ਦੀਆਂ ਕਣੀਆਂ, ਲਾਲ ਪਤਨ ਡੁੱਬਦਿਆਂ ਨੂੰ ਗੁਰੂ ਦਿਆ ਸ਼ੇਰ ਤੇ ਗਿਆ ਤਨੀਆਂ। ਕੁਝ ਨਜ਼ਰ ਆਮਦਾ ਨਾ ਸਾਹਮਣਿਓ ਚੜ ਗਈ ਜ਼ੁਲਮ ਦੀ ਨੇਰੀ, ਹਰ ਮੰਦਰ ਛਡਾਉਣਾ ਸੀ ਪਿਤਾ ਜੀ ਬੜੀ ਜ਼ਰੂਰਤ ਤੇਰੀ। ਸਰ ਬਣਿਆ ਸਿਆਉਣੇ ਦਾ ਛੱਤਾਂ ਹੇਠ ਲੱਟ ਕੇ ਲਾਲ ਤੇ ਮਣੀਆਂ, ਲਾਲ ਪਤਨ ਡੁੱਬਦਿਆਂ ਨੂੰ ਗੁਰੂ ਦਿਆ ਸ਼ੇਰ ਤੇ ਗਿਆ ਤਲੀਆਂ। ਮਾਰ ਮਾਰ ਪਠਾਣਾ ਨੂੰ, ਮਾਰ ਮਾਰ ਪਠਾਣਾ ਨੂੰ, ਪਹੁੰਚ ਜਾ ਅੰਮ੍ਰਿਤ ਸਰ ਵਿੱਚ ਕੁੱਦਦਾ, ਜਗ ਮੇਲ ਬਸੰਤ ਸਿਆਂ ਜਾਮਦਾ ਵਕਤ ਗੁਜਰਦਾ ਜੁਦਦਾ। ਬੜਾ ਜੋਸ਼ ਚੜਾਵਣ ਜੀ ਸ਼ਹਿਰੀਆਂ ਉਮਰ ਸੀਰਤੀਆਂ ਬਣੀਆਂ, ਸ਼ਹਿਰੀਆਂ ਉਮਰ ਸੀਰਤੀਆਂ ਬਣੀਆਂ, ਲਾਲ ਪਤਨ ਡੁੱਬਦਿਆਂ ਨੂੰ ਗੁਰੂ ਦਿਆ ਸ਼ੇਰ ਤੇ ਗਿਆ ਤਨੀਆਂ। ਬਹੁਤ ਸਾਰੀਆਂ ਸਿੱਖ ਸੰਗਤਾਂ ਆਪਣੀ ਪਵਿੱਤਰ ਕਮਾਈ ਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਦੇ ਮਾਣ 'ਚ ਬੇਅੰਤ ਮਾਇਆ ਭੇਜੀ ਹੈ। ਮੈਂ ਆਪਣੇ ਜਿੱਥੇ ਵੱਲੋਂ ਅਤਿ ਮਸ਼ਕੂਰ ਅਤੇ ਧੰਨਵਾਦੀ ਹੈ। ਇਹੀ ਇੱਛਾ ਰੱਖਦਾ ਕਿ ਸੱਚੇ ਪਾਤਸ਼ਾਹ ਸਰਦਾਰੀਆਂ ਕਾਇਮ, ਪਰਿਵਾਰਾਂ 'ਚ ਸੁੱਖ ਸ਼ਾਂਤੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਗੁਰਸਿੱਖਾਂ ਵਾਲਾ ਜੀਵਨ ਵਰਦਾਨ ਕਰਨਾ, ਸਭ ਤੋਂ ਵੱਡੀ ਦਾਤ ਕਲਯੁੱਗ ਦੇ ਵਿੱਚ ਅਮੋਲਕ ਕਿ ਆਪਣੇ ਦਰੋ ਘਰੋਂ ਸਾਰੀਆਂ ਸਿੱਖ ਸੰਗਤਾਂ ਮਾਈ ਭਾਈ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੀ। ਹਾਂ ਪਿਆਰੋ, ਇੱਕ ਕਵਿਤਾ ਦਾ ਸਮਾਂ ਰਹਿ ਗਿਆ, ਸਮਝੋ ਨਾ ਸਰਵਣ ਕਰਨਾ, ਮੇਰੀ ਗੱਲ ਕਹਿਣ ਦੀ ਨਹੀਂ, ਇਤਿਹਾਸ ਇਸ ਗੱਲ ਦੀ ਸ਼ਹਾਦਤ ਹੈ, ਅਗਵਾਈ ਦਿੰਦਾ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਾਸ਼ ਸਿੱਧੀ ਪਈ ਹੈ। ਜਦ ਸਿੱਖਾਂ ਨੇ ਆਪਣੀ ਗੱਲ ਮੁਕਾਈ, ਇਸਨੇ ਕਰਵਟ ਲਿਆ, ਪਾਸਾ ਲਿਆ, ਬਾਬਾ ਦੀਪ ਸਿੰਘ ਜੀ ਗੋਡਿਆਂ ਤੇ ਕੂਹਣੀਆਂ ਦੇ ਭਾਰ ਕੋਡੇ ਹੋਏ ਹੈ, ਨੇੜੇ ਸਿਰ ਪਿਆ, ਉਹ ਖਿੱਚ ਕੇ ਖੱਬੀ ਹਥੇਲੀ ਤੇ ਧਰ ਲਿਆ, ਕੋਲੇ 18 ਸੇਰ ਦਾ ਖੰਡਾ ਪਿਆ ਤੇ ਬਾਬਾ ਜੀ ਹੁਬਕਲੀ ਮਾਰ ਕੇ ਉੱਠੇ ਹੈ। ਦੋ ਕੁ ਵਾਰ ਐਂ ਡੋਲੇ ਖਾਧੇ, ਦੋ ਕੁ ਵਾਰ ਇਸ ਪਾਸੇ ਡੋਲੇ ਖਾਧੇ, ਸਰੀਰ ਸੰਭਲ ਗਿਆ। ਫਿਰ ਅੰਮ੍ਰਿਤ ਸਰਵਨੀ ਬਾਬਾ ਜੀ ਦਾ ਮੂੰਹ ਹੋਵੇ, ਉਹ ਮਾਰੇ ਬੰਦੇ ਥੋੜੇ ਤੇ ਭਜਾਏ ਜ਼ਿਆਦਾ, ਜਿਸ ਦਾ ਸਿਰ ਹਥੇਲੀ ਤੇ ਧਰਿਆ ਹੋਵੇ, ਖੂਨ ਚੋਂਦਾ ਆਉਂਦਾ ਹੋਵੇ, ਜਿਸ ਤਰ੍ਹਾਂ ਤੁਸੀਂ ਕੈਲੰਡਰ ਤੇ ਉਹਨਾਂ ਦਾ ਚਿੱਤਰ ਦੇਖਦੇ ਹੋ, ਤਸਵੀਰ ਦੇਖਦੇ ਹੋ। ਪਿਆਰੋ, ਜਿਹੜੇ ਮੁਗਲ ਕਹਿੰਦੇ ਸੀ
ਕਿ ਅਸੀਂ ਸਿੰਘਾਂ ਨੂੰ ਅੰਮ੍ਰਿਤਸਰ ਵਿੱਚ ਦਾਖਲ ਨਹੀਂ ਹੋਣ ਦੇਣਾ। ਸੱਚ ਜਾਣਿਓ ਅੰਮ੍ਰਿਤਸਰ ਇਸ ਸ਼ਹਿਰ ਇਸ ਤਰ੍ਹਾਂ ਹੋ ਗਿਆ ਜਿਵੇਂ ਜਿੰਨ ਜਾਂ ਦਿਓ ਪਿਆ ਹੁੰਦਾ, ਆਪੋ ਤਾਪ, ਖੰਡੇ ਵਾਲਾ ਖੰਡਾ ਸਿੱਟ ਕੇ ਭੱਜ ਗਿਆ, ਤਲਵਾਰ ਵਾਲਾ ਤਲਵਾਰ, ਬੰਦੂਕ ਵਾਲਾ ਬੰਦੂਕ। ਆਓ ਇਹੀ ਕਵਿਤਾ ਕਹਿ ਕੇ ਸਮਾਪਤ ਕਰਾਂਗੇ, ਮਿਥਿਆ ਹੋਇਆ ਸਮਾਂ ਪੂਰਾ ਹੋਣ ਵਾਲਾ ਹੈ। ਬਾਬਾ ਦੀਪ ਸਿੰਘ ਜੀ ਨੇ ਆਪਣਾ ਪਵਿੱਤਰ ਸਿਰ, ਆਪਣਾ ਪਵਿੱਤਰ ਸੀਸ ਉਸ ਪਵਿੱਤਰ ਪ੍ਰਕਰਮਾ 'ਤੇ ਜਾ ਕੇ ਜਿਸ ਤਰ੍ਹਾਂ ਭੇਟ ਕੀਤਾ ਹੈ, ਉਹ ਇਸ ਕਵਿਤਾ ਦੇ ਵਿੱਚੋਂ ਸਰਵਨ ਕਰੋਂਗੇ। ਇੱਕ ਇੱਕ ਕਾਫੀਏ ਨੂੰ ਗੌਰ ਨਾਲ ਸਰਵਨ ਕਰਨ ਦੀ ਕਿਰਪਾਲਤਾ ਕਰਿਓ। ਖੜਾ ਹੋ ਗਿਆ ਸੂਰਮਾ ਨਾ ਚੱਲ ਸਕਦਾ ਤਾਨਾ, ਸੀਸ ਕੱਟੇ ਜੰਗ ਕਰ ਰਿਹਾ ਦੀਪ ਸਿੰਘ ਬਲਵਾਨ। ਬਈ ਸਾਥ ਦਿਆਂ ਬੋਲੀ ਮਾਰੀ ਖੁਬਗੀ ਜਿਉਂ ਤੇਜ ਕਟਾਰੀ, ਜੋਸ਼ ਨਾਲ ਪਰ ਗਿਆ ਜੁੱਸਾ ਬਾਬੇ ਨੂੰ ਆ ਗਿਆ ਗੁੱਸਾ, ਦੋਵੇਂ ਬਾਜੂ ਫਰਕ ਰਹੇਗੀ ਉਹਨੇ ਗੋਦਣੇ ਜ਼ਮੀਨ ਉੱਤੇ ਧਰ ਕੇ, ਹਰਖ ਨਾਲ ਉੱਠਿਆ ਦੋਹਾਂ ਬਾਹਾਂ ਦਾ ਜ਼ੋਰ ਕਰਕੇ, ਹਰਖ ਨਾਲ ਸੰਭਲ ਸਿੰਘ ਬਾਬਾ ਧਰਮੀ ਪਿੰਡੇ ਨੂੰ ਆ ਗਈ ਗਰਮੀ, ਲੱਗਿਆ ਸੀ ਲਾਉਣ ਸਮਾਧੀ ਕੇ ਵਾਰ ਜੁਮਸ਼ ਖਾਧੀ, ਸੀਸ ਕੱਟੇ ਹੱਥ ਦੇ ਧਰੇ ਤੇ ਬਾਬਾ ਮਾਲਕ ਮਲਕ ਉੱਠ ਖੜਦਾ ਮੰਦਰ ਤੱਕ, ਸੀਸ ਕੱਟੇ ਆ ਗਿਆ ਸੀ ਤਾੜ ਲੜਦਾ ਮੰਦਰ ਤੱਕ, ਬਾਹਾਂ ਨੂੰ ਦੇ ਕੇ ਚਟਕੇ ਪੈਰਾਂ ਨਾਲ ਧਰਤੀ ਪਟਕੇ, ਪੈਰਾਂ ਨਾਲ ਧਰਤੀ ਪਟਕੇ ਬਈ ਬਾਹਾਂ ਨੂੰ ਦੇ ਕੇ ਚਟਕੇ, ਬਾਬਾ ਉੱਠ ਕੇ ਖੜੋ ਗਿਆ ਅੱਗੋਂ ਸੀ ਸ਼ਿਕਾਰ ਨਿਕਲਿਆ ਜੀ ਦੇਖ, ਰੋਮ ਜੇ ਗਿੱਚੀ ਦੇ ਖੜ ਗਏ ਬਗਿਆੜ ਵਾਂਗੂ, ਸਾਰੇ ਰੋਮ ਗਿੱਚੀ ਦੇ ਉੱਤੇ ਖੜ ਗਏ ਬਗਿਆੜ ਵਾਂਗੂ, ਸੰਭਲ ਕੇ ਵੱਧਦਾ ਗਾਹਾਂ ਲੋਹੇ ਦੀਆਂ ਬਣੀਆਂ ਬਾਹਾਂ, ਲੱਗ ਗਏ ਅੰਗ ਫਰਕਣ ਸਾਰੇ ਨਹੀਂ ਰਹਿੰਦੇ ਮਾਰ ਫਕਾਰੇ, ਰਣ ਵਿੱਚ ਕੋਕਦਾ ਫਿਰੇ ਤੇ ਸੀਰੀ ਸਾਬਜ ਚਾ ਕੇ ਫੜਦਾ ਮੰਦਰ ਤੱਕ, ਸੀਸ ਕੱਟਿਆ ਗਿਆ ਤੜ ਲੜਦਾ ਮੰਦਰ ਤੱਕ, ਬਾਬਲੀ ਪੌਣ ਕਕਾਰਾ ਸੂਰਮਾ ਸਿਰ ਤੋਂ ਬਾਰਾ, ਕੋਈ ਨਾ ਖੜਦਾ ਅੱਗੇ ਜੀ ਇਹੋ ਜੇ ਸ਼ੇਰ ਬੱਗੇ, ਆਉਣ ਨਾ ਨਜ਼ਰ ਜੱਗ ਤੇ ਜੀ ਕੀਤੇ ਜੰਮਣ ਵਿਰਲੀਆਂ ਮਾਵਾਂ ਜਹਾਨ ਵਿੱਚ, ਜਿੱਥੇ ਖੜਨਾ ਸਹਾਉਂਦੀਆਂ ਥਾਵਾਂ ਜਹਾਨ ਵਿੱਚ, ਬਾਬੇ ਨੇ ਕਰਤੇ ਹਮਲੇ ਡੇਗ ਤੇ ਉਸਰੇ ਥਮਲੇ, ਰਣ ਦੇ ਵਿੱਚ ਸੀੜਾਂ ਕਰੀਆਂ ਸਿੱਟੀ ਗਿਆ ਵੜ ਵੜ ਭਰੀਆਂ, ਲਹੂ ਨਾਲ ਲਿਬੜਿਆ ਵਿਆਹ ਤੇ ਖੰਡਾ ਜਾਵੇ ਰਾਵਣ ਵਾਂਗੂ ਪੜਦਾ ਮੰਦਰ ਤੱਕ, ਸੀਸ ਕੱਟਿਆ ਗਿਆ ਤੜ ਲੜਦਾ ਮੰਦਰ ਤੱਕ, ਉਹ ਰਤ ਦੇ ਵਗੇ ਵਾਟਰ ਕੋਰਸ ਲੜਦਾ ਜਿਉਂ ਰਾਣਾ ਪੁਰਸ, ਖਾ ਗਿਆ ਖੌਫ ਸਿਕੰਦਰ ਦਿਸਦਾ ਨਾ ਨੇੜੇ ਮੰਦਰ, ਮਾਲਵੇ ਲੜਾ ਕੇ ਦੇਸ ਦੇ ਜੀ ਸਾਰੇ ਜਵਾਨ ਖਾਮ ਦੇ ਖਵੀਆਂ ਚਿੱਤਰਿਆਂ ਨੂੰ, ਖਾ ਗਏ ਹਰਨ ਹਰਨੀਆਂ ਲਵੀਆਂ ਚਿੱਤਰਿਆਂ ਨੂੰ, ਫੇਰੀਆਂ ਵਾਂਗੂ ਚੰਬੜਾ ਕਾਬਲੀ ਥਰ ਥਰ ਕੰਬਣਾ, ਨੱਕਦੇ ਨਾਲ ਕੜਦੇ ਲੀਕਾਂ ਅੰਮ੍ਰਿਤਸਰ ਸੁਣਦੀਆਂ ਚੀਕਾਂ, ਸਿਰ ਦੇ ਪਠਾਨ ਕਾਬਰੇ ਤੇ ਵਾਗੇ ਰੇਵਰ ਲਹੂ ਛਪੜੇ ਬਾਲਦ ਨਾ ਚੱਲਦੇ ਜਾਂਦੇ ਪੜਸ਼ਾਵੇਂ ਢਲਦੇ, ਥਿਰੀ ਬਟੇ ਫੋਰ ਮਾਰਤੇ ਤੇ ਬਾਕੀ ਵੈਰੀ ਕੇਰ ਕੇ ਲਿਆਂਦੇ ਲਾਹੌਰ ਵੱਲ, ਰਾਸ਼ੇ ਪਸ ਤੋਂ ਮਾਰ ਦੇ ਜਾਂਦੇ ਲਾਹੌਰ ਵੱਲ, ਲਾਜ ਰੱਖੀ ਮਾਂ ਦੇ ਜੁੱਦਦੀ ਪਟਲੀ ਸੀ ਚੰਡੀ ਜੁੱਦਦੀ, ਜਾ ਕੇ ਪਰਕਰਮਿਆ ਕੋਲੇ ਬਾਬੇ ਨੇ ਛੜਤੇ ਚੋਲੇ, ਅੰਦਰ ਵਗਾ ਤਾ ਸੀਸ ਨੂੰ ਤੇ ਬਾਬੂ ਰੱਖ ਲਿਆ ਸੱਚੇ ਨੇ ਪੜਦਾ ਮੰਦਰ ਤੱਕ, ਸੀਸ ਕੱਟਿਆ ਗਿਆ ਤੜ ਲੜਦਾ ਮੰਦਰ ਤੱਕ।
ਗੁਰੂ ਖਾਲਸਾ ਜੀ ਤੁਹਾਡਾ ਇਤਿਹਾਸ ਸੰਸਾਰ ਦੇ ਇਤਿਹਾਸ ਨਾਲੋਂ ਅਨੋਖਾ ਹੈ। ਵਿਸ਼ਵ ਭਰ ਦੇ ਸ਼ਹੀਦਾਂ ਨੂੰ ਇਕੱਠੇ ਕੀਤਾ ਜਾਵੇ ਅਤੇ ਇਸ ਮੁੱਠੀ ਭਰ ਕੌਮ ਨੇ ਇੰਨੇ ਸ਼ਹੀਦ ਪੈਦਾ ਕੀਤੇ ਹੈ ਅਤੇ ਸਾਰੇ ਸੰਸਾਰ ਦੇ ਸ਼ਹੀਦਾਂ ਨਾਲੋਂ ਤੁਹਾਡਾ ਪਲੜਾ ਪਾਰੀ ਹੈ। ਪਰ ਪਿਆਰਿਓ, ਪਰਖ ਦੀਆਂ ਘੜੀਆਂ ਵਿੱਚ ਦੀ ਅਸੀਂ ਲੰਘ ਰਹੇ ਹਾਂ। ਅੱਜ ਵੀ ਤੁਹਾਡੇ ਸ਼ਹੀਦ, ਤੁਹਾਡੇ ਸ਼ਹੀਦਾਂ ਦੀ ਸੰਤਾਨ, ਉਹ ਦਿੱਤੀ ਹੋਈ ਪੌਲ ਬਾਜਾਂ ਵਾਲੇ ਪਾਤਸ਼ਾਹ ਦੀ, ਗੁਰੂ ਦੀ, ਉਸੇ ਤਰ੍ਹਾਂ ਸ਼ਮਾਂ ਅਤੇ ਪਮੱਕੜਾਂ ਵਾਂਗੂ ਪੁੱਜੇ ਹੈ ਅਤੇ ਪੁੱਜਣਗੇ। ਤੋ ਮੈਂ ਇੱਥੇ ਸੰਕੋਚ ਕਰਦਾ, ਪੂਰਾ ਸਮਾਂ ਹੋ ਗਿਆ, ਕੱਲ੍ਹ ਦੇ ਦੀਵਾਨ 'ਚ ਆਪਾਂ ਕੋਈ ਨਵੀਂ ਕਹਾਣੀ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਆਪਣੇ ਇਤਿਹਾਸ ਤੋਂ ਵਾਕਫ ਹੋਣ ਵਾਸਤੇ ਨਵੀਂ ਪੀੜ੍ਹੀ ਦੇ ਬੱਚੇ ਬੱਚੀਆਂ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ, ਅਹਿਸਾਸ ਹੋ ਸਕੇ ਕਿ ਅਸੀਂ ਕਿੰਨਾ ਦੀ ਔਲਾਦ ਹੈ, ਕਿੰਨਾ ਦੀ ਸੰਤਾਨ ਹੈ, ਸਾਡੇ ਬਜ਼ੁਰਗਾਂ ਦੇ ਕੀ ਕਾਰਨਾਮੇ ਕੀਤੇ ਹੈ। ਇਸੇ ਕਰਕੇ ਕੌਮ ਬਲਵਾਨ ਬਣਦੀ ਹੈ, ਤਕੜੀ ਬਣਦੀ ਹੈ, ਜਦੋਂ ਆਪਣੇ ਇਤਿਹਾਸ ਦਾ ਉਹਨੂੰ ਪਤਾ ਲੱਗ ਜੇ ਅਸੀਂ ਕਿੰਨਾ ਦਾ ਖੂਨ ਹੈ ਅੱਗੇ ਖੁੱਲ੍ਹੇ ਸਮੇਂ 'ਚ। ਕਿਉਂਕਿ ਜਿਸ ਦਿਨ ਆਪਣੇ ਕੋਲ ਖੁੱਲ੍ਹਾ ਸਮਾਂ ਹੋਇਆ ਕਰੇਗਾ ਉਸ ਦਿਨ ਜ਼ਿਆਦਾ ਵਿਚਾਰਾ ਕਰਿਆ ਕਰਾਂਗੇ। ਮੈਂ ਇੱਥੇ ਸੰਕੋਚ ਕਰਦਾ, ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ, ਮਾਈ ਭਾਈ ਨੇ ਇਤਿਹਾਸ ਦੇ ਸਤਿਕਾਰ 'ਚ ਮਾਇਆ ਭੇਜੀ ਹੈ। ਮੈਂ ਤੁਹਾਡਾ ਤੀਰਣੀ ਅਤੇ ਮਸ਼ਕੂਰ ਹਾਂ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ ਰਮਦਾਨ ਫਤਿਹ ਬਖਸ਼ਿਸ਼ ਕਰੇ, ਇੰਨੀ ਕਿਸੇ ਅਨੁਭੂਤੀ ਕਰਕੇ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।